ਵੀ ਉਹ ਤੇਰਾ ਨੌਕਰ ਤਾਂ ਨਹੀਂ ਵੀ ਤੇਰੀਆਂ ਮੱਝਾਂ ਦਾ ਖਿਆਲ ਰੱਖੇ ਅਤੇ ਤੂੰ ਘਰ ਏਸੀ 'ਚ ਸੁੱਤਾ ਹੋਵੇਂ। ਬਾਪ ਤੇਰਾ ਮੁਲਾਜ਼ਮ ਤਾਂ ਨਹੀਂ ਗਾ ਸਾਰਾ ਦਿਨ ਪੈਲੀਆਂ 'ਚ ਪੱਠੇ ਵੱਢਦਾ ਰਹੇ ਅਤੇ ਇਹ ਸ਼ਾਮ ਨੂੰ ਚੌਧਰੀ ਬਣ ਕੇ ਆ ਜਾਂਦਾ, ਅੱਬਾ ਜੀ ਪੱਠੇ ਨਹੀਂ ਜੇ ਲਿਆਉਂਦੇ, ਅੱਬਾ ਜੀ ਪਾਣੀ ਨਹੀਂ ਜੇ ਡਾਇਆ। ਮੈਂ ਕਿਹਾ ਚੱਲਿਆ ਤੇਰਾ ਪਿਓ ਵੇ, ਤੇਰਾ ਨੌਕਰ ਨਹੀਂ, ਨੌਕ ਤਾਂ ਲੋਕਰਾਂ ਨਾਲ ਵੀ ਇੰਝ ਗੱਲ ਨਹੀਂ ਕਰਦੇ। ਬਾਬਾ ਜੀ ਮੈਂ ਕਿਹਾ ਅੱਬਾ ਕਿੱਥੇ? ਆਂਦਾ ਡੇਰੇ 'ਤੇ। ਮੈਂ ਕਿਹਾ ਜੇ ਡੇਰੇ 'ਤੇ ਜਾਈ ਤਾਂ ਅੱਬੇ ਦੇ ਪੈਰ ਫੜ ਲਈ। ਆਂਦਾ ਸਾਰੀ ਜ਼ਿੰਦਗੀ ਨਹੀਂ ਫੜੇ। ਮੈਂ ਕਿਹਾ ਨਹੀਂ ਫੜੇ ਤਾਂ ਹੀ ਤਾਂ ਰੋਲਣਾ ਪਿਆ ਜਿਹਨਾਂ ਮਾਂ ਪਿਓ ਨੂੰ ਛੱਡਿਆ। ਮੈਂ ਕਿਹਾ ਅੱਜ ਜਾ ਕੇ ਨਾ ਪੈਰ ਫੜ ਲਿਆ ਤਾਂ ਕੀ ਕਰਾਂ। ਮੈਂ ਕਿਹਾ ਪੈਰ ਫੜ ਕੇ ਆਖੀ ਅੱਬਾ ਜੀ ਮਾਫ਼ ਕਰੋ ਅਤੇ ਦੁਆ ਕਰੋ ਪੁੱਤਰ ਵਾਸਤੇ। ਹਾਏ 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 ਬੁੱਢਿਆਲੇ, ਆਹ ਜੁਮਲੇ ਕਰੋੜਾਂ ਦੇ ਨੇ ਸੁਲਤਾਨੀ ਦੇ। ਆਂਦਾ ਮੈਂ ਗਿਆ, ਮੈਂ ਜਾ ਕੇ ਅੱਬੇ ਦੇ ਪੈਰ ਫੜੇ ਤਾਂ ਅੱਬਾ ਰੋਣ ਲੱਗ ਪਿਆ। ਰੋਣਾ ਮੈਨੂੰ ਚਾਹੀਦਾ ਸੀ ਅਤੇ ਰੋਣ ਅੱਬਾ ਲੱਗ ਪਿਆ। ਮੈਂ ਕਿਹਾ ਅੱਬਾ ਕਿਉਂ ਰੋਇਆ? ਕਹਿੰਦਾ ਪੁੱਤਰ ਜ਼ਿੰਦਗੀ 'ਚ ਪਹਿਲੀ ਵਾਰੀ ਅੱਜ ਤੂੰ ਮੇਰੇ ਕੋਲ ਬੈਠਾ, ਇੰਜ ਮੁਹੱਬਤ ਨਾਲ ਬੈਠਾ, ਦੱਸ ਕੀ ਚਾਹੀਦਾ ਜੀ? ਕਹਿੰਦਾ ਅੱਬਾ ਕੁਝ ਨਹੀਂ ਚਾਹੀਦਾ, ਤੇਰੀ ਦੁਆ ਚਾਹੀਦੀ। ਕੀ ਚਾਹੀਦੀ ਤੇਰੀ? ਇਹ ਗੱਲਾਂ ਸੁਣਨ ਵਾਲੀਆਂ 'ਚ ਲੈ ਜਾਓ, ਤੋਹਫ਼ਾ ਲੈਣ ਲੈ ਜਾਓ। ਉਹਨੇ ਅੱਬੇ ਨੇ ਦੁਆ ਕੀਤੀ। ਇੱਕ ਹਫ਼ਤੇ ਤੋਂ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਸੁਲਤਾਨੀ ਸਾਹਿਬ ਮੇਰਾ ਇੰਜ ਦਾ ਕੰਮ ਤੁਰਿਆ ਕਿ ਦੁਨੀਆ ਹੈਰਾਨ ਹੈ। ਮੈਂ ਕਿਹਾ ਸੁਣਾ ਫਿਰ, ਅੱਬੇ ਦੀ ਦੁਆ ਲੱਗੀ ਹੈ ਕਿ ਨਹੀਂ ਲੱਗੀ? ਮਾਂ ਦੀ ਦੁਆ ਲੱਗੀ ਹੈ ਕਿ ਨਹੀਂ ਲੱਗੀ? ਆਖਰੀ ਸ਼ੇਰ ਪੜ੍ਹ ਕੇ ਉਸ ਤੋਂ ਬਾਅਦ ਇਜਾਜ਼ਤ। ਆਪਣੇ ਅੱਬੇ ਨਾਲ ਸੁਲਾਹ ਕਰ ਲੈ ਜੇ ਨਾਰਾਜ਼ ਹੈ, ਆਪਣੀ ਅੰਮਾ ਨਾਲ ਸੁਲਾਹ ਕਰ ਲੈ ਜੇ ਨਾਰਾਜ਼ ਹੈ। ਇਹਨਾਂ ਨੂੰ ਕਦੀ ਨਾਰਾਜ਼ ਨਾ ਹੋਣ ਦੇਵੀ। ਨਾਰਾਜ਼ ਹੋ ਵੀ ਜਾਣ ਤਾਂ ਜੱਫਾ ਮਾਰ ਲਈ ਦਾ ਅੱਬੇ ਨੂੰ, ਅੱਬਾ ਜੀ ਕੋਈ ਗੱਲ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਮੈਨੂੰ ਚਪੇੜ ਮਾਰ ਲਓ, ਮੈਨੂੰ ਜੁੱਤੀ ਮਾਰ ਲਓ। ਅੰਮਾ ਨੂੰ ਕਿਹਾ ਅੰਮਾ ਮੈਨੂੰ ਜਿੰਨਾ ਮਾਰਨਾ ਹੁੰਦਾ ਜੇ ਮਾਰੋ, ਮੈਂ ਤੁਹਾਡਾ ਪੁੱਤਰ। ਮਾਸ਼ਾਅੱਲਾ, ਅੱਜ ਦੀ ਇਹ ਬਜ਼ਮੇ ਪਾਕ ਸਲਾਨਾ ਖਤਮੇ ਪਾ ਕੇ ਜਨਾਬੇ ਮੁਹੰਮਦ ਅਕਰਮ ਮਰਹੂਮ ਸਾਹਿਬ ਉਹਨਾਂ ਦਾ ਸਲਾਨਾ ਖਤਮੇ ਪਾ ਕੇ ਇੰਤਜ਼ਾਮੀ ਮਹਿਫਲ ਬਾਨੀ ਮਹਿਫਲ ਜਨਾਬੇ ਮੁਹੰਮਦ ਬਸ਼ੀਰ ਸਾਹਿਬ, ਜਨਾਬੇ ਨੂਰ ਹੁਸੈਨ ਸਾਹਿਬ, ਮੁਹੰਮਦ ਤਨਵੀਰ ਸਾਹਿਬ, ਮੁਹੰਮਦ ਆਲਿਮ ਸਾਹਿਬ, ਮੁਹੰਮਦ ਸ਼ਮਤ ਸਾਹਿਬ, ਅੱਲਾ ਕਰੀਮ ਇਹਨਾਂ ਸਾਰਿਆਂ ਦਾ ਮਿਲ ਬੈਠਣਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਕਿਉਂਕਿ ਟਾਈਮ ਦੀ ਬੜੀ ਪਾਬੰਦੀ ਹੈ ਅਤੇ ਮੈਂ ਆਪਣੇ ਟਾਈਮ 'ਤੇ ਤੁਹਾਡੇ ਪਿੰਡ ਪਹੁੰਚ ਗਿਆ ਜਿਹੜਾ ਮੈਂ ਟਾਈਮ ਦਿੱਤਾ ਸੀ। ਹੁਣ ਘਰ ਵਾਲੇ ਆਉਣ ਅਤੇ ਭਾਵੇਂ ਨਾ ਆਉਣ, ਉਹਨਾਂ ਦੀ ਮਰਜ਼ੀ, ਅਸਾਂ ਤਕਰੀਰ ਕਰਕੇ ਟੁੱਟ ਜਾਣਾ ਕਿਉਂਕਿ ਅਸੀਂ 2:30 ਵਜੇ ਗੁਜਰਾਤ ਪਹੁੰਚਣਾ, ਮਾੜੀ ਖੋਖਰਾ ਐਡਮਰਾਲਾ ਕ੍ਰਾਸ ਕਰਕੇ ਅਤੇ ਨਾਲ ਹੀ ਪਿੰਡ। ਅਤੇ ਇਨਸ਼ਾਅੱਲਾ ਤੁਸੀਂ ਜਿੰਨੇ ਬੈਠੇ ਹੋ ਬਜ਼ੁਰਗ ਚਿਹਰੇ ਹੋ ਅਤੇ ਸ਼ਰੀਫ ਫਰਮਾਓ। ਸਾਨੂੰ ਘਰ ਵਾਲਿਆਂ ਨੇ ਹੁਕਮ ਫਰਮਾਇਆ, ਕਿਬਲਾ ਅਲਾਮਾ ਸਾਹਿਬ ਵੀ ਮੌਜੂਦ ਨੇ, ਆਪ ਦੇ ਗਾਉਂ ਦੇ ਇਮਾਮ ਸਾਹਿਬ, ਅੱਲਾ ਇਹਨਾਂ ਦੇ ਇਲਮੋ ਅਮਲ ਅੰਦਰ ਵੀ ਮਜ਼ੀਦ ਬਰਕਤਾਂ ਅਤਾ ਫਰਮਾਏ। ਬਾਬਾ ਜੀ ਗੱਲ ਇਹ ਵੇ ਕਿ ਜਦੋਂ ਬਾਹਰੋਂ ਕੋਈ ਮਹਿਮਾਨ ਹੁੰਦਾ ਤਾਂ ਉਹ ਆ ਕੇ ਪਿੰਡ ਵਹਿੰਦਾ ਕਿ ਪਿੰਡ ਵਾਲਿਆਂ ਦਾ ਜ਼ੌਕ ਕੀ ਹੈ ਔਰ ਪਿੰਡ ਵਾਲੇ ਕਿਸ ਤਰ੍ਹਾਂ ਦੇ ਨੇ, ਕੀ ਚਾਹੁੰਦੇ ਨੇ। ਤੁਸੀਂ ਬੜੀ ਮੁਹੱਬਤ ਨਾਲ ਬੈਠੇ ਹੋ, ਜਿੰਨੇ ਮਹਿਮਾਨ ਵੀ ਆਏ ਹੋ, ਪਿੰਡ ਦਰ ਵੀ ਆਏ ਹੋ। ਇਨਸ਼ਾਅੱਲਾ ਬਿਆਨ ਸ਼ੁਰੂ ਹੋਵੇਗਾ ਅਤੇ ਲੋਕ ਇਨਸ਼ਾਅੱਲਾ ਰੁਖ ਕਰਨਗੇ। ਅੱਲਾ ਤਮਾਮ ਦਾਣਾ ਜਿਹੜੇ ਇੰਤਜ਼ਾਮੀਆਂ ਨੇ, ਘਰ ਵਾਲੇ ਨੇ, ਉਹਨਾਂ ਅੱਗੇ ਵੀ ਗੁਜ਼ਾਰਿਸ਼ ਹੈ ਕਿ ਸਾਰੇ ਕੰਮ ਛੱਡ ਕੇ ਅਤੇ ਉਹ ਪੰਡਾਲ ਦੇ ਅੰਦਰ ਤਸ਼ਰੀਫ ਲਿਆਓ। ਕਿਉਂਕਿ ਜਿਸ ਵਾਸਤੇ ਮਹਿਫਲ ਸਜਾਈ ਗਈ ਹੈ, ਜਦੋਂ ਉਹੀ ਕੰਮ ਨਹੀਂ ਹੋਣਾ ਤਾਂ ਫਾਇਦਾ ਕੀ ਹੈ? ਦੇਗਾਂ ਤਾਂ ਵਗਦੀਆਂ ਰਹਿਣੀਆਂ ਨੇ, ਲੰਗਰ ਤਾਂ ਵਗਦਾ ਰਹਿਣਾ। ਅਸਲ ਏਡੀ ਦੂਰੋਂ ਸਾਨੂੰ ਤੁਸੀਂ ਬੁਲਾਇਆ, ਫਿਰ ਜਿਹੜਾ ਅਗਲਾ ਰਸਤਾ, ਮੈਂ ਤਾਂ ਜਾਂਦੀ ਵਾਰੀ ਦੁਆ ਕਰਨਾ ਵੀ ਅਗਲੇ ਵਾਰੀ ਜਦੋਂ ਆਵਾਂ ਇਹ ਰੋਡ ਬਣਿਆ ਹੋਵੇ। ਦੁਆ ਕਰਨਾ ਸਾਡਾ ਕੰਮ ਹੈ, ਕੀ ਪਤਾ ਜੇ ਕਿਤੇ ਕਬੂਲ ਹੋ ਜਾਏ ਜੀ। ਅਤੇ ਅੱਲਾਹ ਤਾਲਾ ਕਰਮ ਫਰਮਾਏ, ਫਜ਼ਲ ਫਰਮਾਏ। ਮਾਸ਼ਾਅੱਲਾ ਇਹ ਕਿਬਲਾਕਾਰੀ ਸਾਹਿਬ, ਇਹ ਪਿੰਡ ਬੜਾ ਮਾਸ਼ਾਅੱਲਾ ਜ਼ੋਕ ਵਾਲਾ ਪਿੰਡ ਹੈ ਅਤੇ ਚਿੱਟੀਆਂ ਦਾੜੀਆਂ ਵਾਲੇ ਬੈਠੇ ਹੋ ਅਤੇ ਮੈਂ ਜੇ ਪੜ੍ਹਨੀ ਵੀ ਮਾਂ ਬਾਪ ਦੀ ਸ਼ਾਨ ਹੈ। ਅਤੇ ਤੁਸੀਂ ਸਾਰੇ ਹਜ਼ਰਾਤ ਤਸ਼ਰੀਫ ਫਰਮਾਓ। ਇਹ ਬਜ਼ੁਰਗੋ ਕਦੀ ਨੇੜੇ ਮੇਰੇ ਥੋੜ੍ਹੇ ਹੋਰ ਹੋ ਜਾਓ ਨਾ ਮਿਹਰਬਾਨੀ, ਇਹ ਸਾਹਮਣੇ ਥੋੜ੍ਹੇ ਆ ਜਾਓ ਵੀ ਜਿੰਨੇ ਵੀ ਹੋ ਅੱਲਾਹ ਤੁਹਾਨੂੰ ਬਰਕਤਾਂ ਅਤਾ ਫਰਮਾਏ। ਸੋਹਣੇ ਹੋ ਤੁਸੀਂ, ਮੇਰੇ ਤੋਂ ਸਾਰੇ ਹੱਲ ਆਵੋ। ਤੁਸੀਂ ਵੀ ਭਾਈ ਜੀ ਥੋੜ੍ਹੇ ਜਿਹੇ ਅੱਗੇ ਆ ਜਾਓ ਮਿਹਰਬਾਨੀ। ਅੱਲਾਹ ਪਾਕ ਸਾਹਿਬ ਦਾ ਬਹਿਣਾ, ਇੰਝ ਨਾ ਮਹਿਫਲ ਦਾ ਜ਼ਰਾ ਮਾਹੌਲ ਬਣ ਜਾਂਦਾ ਨਾ ਜ਼ਰਾ, ਕੋਈ ਮਸਲਾ ਨਹੀਂ ਥੋੜ੍ਹੇ ਹੋ। ਅਤੇ ਇਹ ਤਾਂ ਤੁਸੀਂ ਗੁਲਾਮ ਹੋ ਹਜ਼ੂਰ ਦੇ, ਅਸੀਂ ਵੀ ਹਜ਼ੂਰ ਦੇ ਗੁਲਾਮ ਹਾਂ। ਬਾਬਾ ਜੀ ਇਹ ਵੇਖੋ,
ਚਾਰ ਕੈਮਰੇ ਲੱਗੇ ਨੇ, ਵੀਡੀਓ ਬਣਦੀ ਪਈ ਹੈ। ਸੁਬਹਾ ਤੁਸੀਂ ਵੇਖਣਾ ਕਿ ਆ ਵੀਡੀਓ ਕਿਹੜੇ ਕਿਹੜੇ ਮੁਲਕ 'ਚ ਚੱਲਦੀ ਹੈ ਅਤੇ ਕਿੱਥੇ ਕਿੱਥੇ ਚੱਲਦੀ ਹੈ। ਯੂਟਿਊਬ 'ਤੇ, ਫੇਸਬੁੱਕ 'ਤੇ, ਸੂਫੀ ਸਾਹਿਬ ਪੂਰੀ ਦੁਨੀਆ 'ਤੇ ਚੱਲ ਜਾਣੀ ਹੈ। ਵਜਦਾਨ ਸਾਊਂਡ ਸਿਸਟਮ ਆਲਾ ਸਾਊਂਡ, ਅੱਲਾ ਮਜ਼ੀਦ ਬਰਕਤਾਂ ਤਾ ਫਰਮਾਏ। ਸਿਆਲਕੋਟ ਤੋਂ ਸਫ਼ਰ ਕਰਕੇ ਆਏ, ਮੌਸਮ ਦੀ ਵੀ ਸੂਰਤ ਹਾਲ ਇਸ ਤਰ੍ਹਾਂ ਦੀ, ਅਗਰ ਹੋਰ ਲੇਟ ਕਰਾਂਗੇ ਤਾਂ ਸਾਡਾ ਹੀ ਨੁਕਸਾਨ ਹੈ, ਕਿਉਂਕਿ ਸੂਰਤ ਹਾਲ ਹੀ ਇਸ ਤਰ੍ਹਾਂ ਦੀ ਹੈ ਨਾ ਜੀ। ਇਹਨਾਂ ਬੜਾ ਇੰਤਜ਼ਾਮ ਕੀਤਾ ਵਿਚਾਰਿਆਂ, ਤੰਬੂਕਨਾਥਾਂ ਦਾ ਸਾਰਾ ਬੜਾ ਇੰਤਜ਼ਾਮ ਕੀਤਾ। ਚਲੋ ਕੋਈ ਗੱਲ ਨਹੀਂ, ਜੇ ਇਹਨਾਂ ਦਾ ਅੱਬਾ ਰਾਜ਼ੀ ਹੋ ਗਿਆ ਨਾ ਕਬਰ ਵਿੱਚ ਤਾਂ ਸਾਰਾ ਕੁਝ ਹੀ ਕਬੂਲ ਹੋ ਜਾਏਗਾ, ਹੈਂ ਸਾਰਾ ਕੁਝ ਹੀ ਕਬੂਲ ਹੋ ਜਾਏਗਾ। ਬਾਬਾ ਜੀ ਤਵੱਜੋ ਫਰਮਾਇਆ, ਜੇ ਅੱਲਾਹ ਦਾ ਕੁਰਾਨ ਐਲਾਨ ਫਰਮਾ ਰਿਹਾ, ਰੱਬਾ ਨਗ ਫਿਰਲੀ ਵਲੀ ਵਾਲੀ ਦਈਆ, ਅੱਜ ਕਿਸੇ ਦੀ ਮਾਂ ਗਈ ਹੈ, ਤੁਹਾਡਾ ਕਬਰਸਤਾਨ ਹੈ, ਜਾ ਕੇ ਵੇਖੋ ਨਾ ਕਿਹੜੇ ਕਿਹੜੇ ਬਜ਼ੁਰਗ ਲੇਟੇ ਹੋਣੇ ਨੇ, ਕਿਸੇ ਦੀ ਮਾਂ ਲੇਟੀ ਹੈ, ਕਿਸੇ ਦਾ ਬਾਪ ਹੈ, ਕਿਸੇ ਦਾ ਭਾਈ ਹੈ। ਬਾਬਾ ਜੀ ਟੁਰ ਤਾਂ ਸਾਰਿਆਂ ਜਾਣਾ, ਪਰ ਮੈਨੂੰ ਇਮਾਨਦਾਰੀ ਨਾਲ ਦੱਸੋ, ਉਹ ਖੁਸ਼ ਨਸੀਬ ਉਹ ਵਾਲਦੈਨ ਹੁੰਦੇ ਨੇ ਕਿ ਜਿਹੜੇ ਦੁਨੀਆ ਤੋਂ ਟੁਰ ਵੀ ਜਾਣ ਨਾ ਤਾਂ ਔਲਾਦ ਉਹਨਾਂ ਪਿੱਛੇ ਦੁਆ ਕਰਦੀ ਰਹੇ, ਕੀ ਕਰਦੀ ਰਹੇ, ਦੁਆ ਕਰਦੀ ਰਹੇ, ਹੱਥ ਚੁੱਕ ਕੇ ਦੁਆ ਕਰੇ ਅਤੇ ਕੀ ਆਖੇ, ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ, ਕੀ ਆਖੇ, ਮੌਲਾ ਮੈਨੂੰ ਵੀ ਮਾਫ਼ ਕਰ, ਮੇਰੀ ਮਾਂ ਨੂੰ ਵੀ ਮਾਫ਼ ਕਰ, ਮੇਰੇ ਬਾਪ ਨੂੰ ਵੀ ਮਾਫ਼ ਕਰ। ਅਲਾਮਾ ਸਾਹਿਬ ਜਿਹੜੇ ਆਉਂਦੇ ਨੇ ਨਾ, ਖਤਮ ਕਿੱਥੇ ਲਿਖਿਆ, ਜਿਹੜੇ ਆਉਂਦੇ ਨੇ ਨਾ, ਦੁਆ ਕਿੱਥੇ ਲਿਖੀ ਹੈ, ਉਹ ਵੀ ਮਸੀਤੇ ਬਹਿ ਕੇ ਮੰਗਦੇ ਜੇ। ਮੈਂ ਦਲੀਲ ਕੁਰਾਨ ਦੀ ਦਿਆਂਗਾ ਬਾਬਾ ਜੀ, ਵੀਡੀਓ ਬਣ ਰਹੀ ਹੈ, ਮੈਂ ਨੱਸ ਨਹੀਂ ਸਕਦਾ ਆਪਣੀ ਗੱਲ ਤੋਂ, ਕਿਉਂਕਿ ਜਦੋਂ ਇੱਕ ਚੀਜ਼ ਰਿਕਾਰਡ ਹੋ ਜਾਏ ਫਿਰ ਬੰਦਾ ਦੌੜ ਨਹੀਂ ਸਕਦਾ, ਨੱਸ ਨਹੀਂ ਸਕਦਾ। ਮੈਂ ਵੀਡੀਓ ਦੀ ਮੌਜੂਦਗੀ ਵਿੱਚ, ਰਿਕਾਰਡ ਦੀ ਮੌਜੂਦਗੀ ਵਿੱਚ ਕਹਿ ਰਿਹਾ, ਜਿਹੜੇ ਆਉਂਦੇ ਨਾ, ਖਤਮ ਕਿੱਥੇ ਲਿਖਿਆ ਜੀ, ਇਹ ਦਰੂਦ ਕਿੱਥੇ ਲਿਖਿਆ ਜੀ, ਇਹ ਤੁਸੀਂ ਜਿਹੜਾ ਦਮ ਦਰੂਦ ਹੈ ਖਤਮ ਦਵਾਉਂਦੇ ਕਿੱਥੇ? ਮੈਂ ਕਿਹਾ ਇਹ ਜਿਹੜਾ ਅਸੀਂ ਕਰਨੇ ਆ ਦੁਆ ਹੈ, ਅਤੇ ਦੁਆ ਦਾ ਹੁਕਮ ਤਾਂ ਅੱਲਾਹ ਨੇ ਕੁਰਾਨ 'ਚ ਫਰਮਾਇਆ। ਮੈਨੂੰ ਆ ਕੇ ਇੱਕ ਆਖਣ ਲੱਗਾ, ਮੌਲਵੀਆਂ ਦਾ ਸੁਲਤਾਨੀ ਕਿੱਥੇ ਹੁਕਮ ਲਿਖਿਆ? ਮੈਂ ਕਿਹਾ ਤੂੰ ਵੀ ਮੰਗਣਾ, ਆਂਦਾ ਮੈਂ ਤਾਂ ਨਹੀਂ ਮੰਗਦਾ। ਮੈਂ ਕਿਹਾ ਤੂੰ ਅੱਤਾ ਹਯਾ 'ਚ ਨਹੀਂ ਬਹਿੰਦਾ? ਆਂਦਾ ਬਹਿਣਾ ਵਾਂ। ਮੈਂ ਕਿਹਾ ਦਰੂਦੇ ਇਬਰਾਹਿਮੀ ਪੜ੍ਹਨਾ? ਆਂਦਾ ਪੜ੍ਹਨਾ ਵਾਂ। ਮੈਂ ਕਿਹਾ ਦਰੂਦੇ ਇਬਰਾਹਿਮੀ ਪੜ੍ਹ ਕੇ ਸਲਾਮ ਫੇਰ ਲੈਣਾ? ਬੋਲਿਓ ਜ਼ਰਾ, ਤੁਹਾਡੇ ਨਾਲ ਗੱਲ ਹੈ, ਸਿਆਣੇ ਲੋਕ ਭਰਿਆ ਪੰਜਾਬ ਦੇ। ਬਾਬਾ ਜੀ ਦਰੂਦੇ ਇਬਰਾਹਿਮੀ ਪੜ੍ਹ ਕੇ ਸਲਾਮ ਨਹੀਂ ਫੇਰਿਆ ਜਾਂਦਾ, ਇੱਕ ਦੁਆ ਮੰਗੀ ਜਾਂਦੀ ਹੈ, ਰੱਬੀ ਜਾਲਨੀ ਅਸੀਂ ਉਹਨੂੰ ਕਹਿੰਦੇ ਹਾਂ, ਰੱਬੀ ਜਾਲਨੀ। ਬੰਦਾ ਦੁਆ ਮੰਗਦਾ, ਇਹ ਕੁਰਾਨ ਦੀਆਂ ਆਇਤਾਂ ਨੇ। ਬੰਦਾ ਦੂਸਰੀ ਆਏ ਤਾਂ ਬੰਦਾ ਪਤਾ ਕੀ ਆਉਂਦਾ ਨਮਾਜ਼ ਵਿੱਚ ਬਹਿ ਕੇ, ਇਹ ਬੁੱਢਾ ਕੀ ਨਾਂ ਹੈ ਪਿੰਡ ਦਾ, ਬੁੱਢਾ ਤਰਾਗਾਂ ਲਿਓ, ਤਵੱਜੋ ਫਰਮਾਇਆ ਜੇ, ਬੜਾ ਵੱਡਾ ਜੁਮਲਾ ਜੇ, ਬੰਦਾ ਪਤਾ ਕੀ ਆਉਂਦਾ, ਨਮਾਜ਼ ਵਿੱਚ ਬਹਿ ਕੇ, ਅੱਲਾਹ ਦੇ ਘਰ ਬਹਿ ਕੇ, ਮਸਜਿਦ 'ਚ ਬਹਿ ਕੇ, ਉਹਦੀ ਅਜ਼ਾਨ ਨਮਾਜ਼ ਉਹਦੀ, ਸਜਦੇ ਉਹਦੇ, ਅਤੇ ਬੰਦਾ ਆਉਂਦਾ ਰੱਬਾ ਨਗ ਫਿਰਲੀ ਯਾ ਅੱਲਾ ਮੈਨੂੰ ਮਾਫ਼ ਕਰ, ਅਤੇ ਨਾਲ ਹੀ ਬੁੱਢਾ ਲਿਓ, ਇੱਧਰ ਤਵੱਜੋ ਕਰਿਓ, ਨਾਲ ਹੀ ਅਗਲੇ ਪਾਸੇ ਪਤਾ ਕੀ ਆਉਂਦਾ, ਵਾਲੀ ਵਾਲੀ ਦਈਆ, ਮੇਰਿਆ ਰੱਬਾ ਮੇਰੇ ਅੱਬੇ ਨੂੰ ਵੀ ਮਾਫ਼ ਕਰ, ਮੇਰੀ ਮਾਂ ਨੂੰ ਵੀ ਮਾਫ਼ ਕਰ। ਅੱਲਾ ਦੀ ਇੱਜ਼ਤ ਦੀ ਕਸਮ ਹੈ, ਮੈਨੂੰ ਇਮਾਨਦਾਰੀ ਨਾਲ ਯਾਰ ਦੱਸੋ, ਜੇ ਦੁਆ ਜਾਂਦੀ ਨਹੀਂ ਕਬਰ ਵਿੱਚ ਤਾਂ ਅੱਲਾ ਨਮਾਜ਼ ਵਿੱਚ ਕਿਉਂ ਪਿਆ ਮੰਗਵਾਉਂਦਾ? ਜੇ ਦੁਆ ਅੱਬੇ ਨੂੰ ਲੱਗਦੀ ਨਹੀਂ, ਜੇ ਦੁਆ ਮਾਂ ਨੂੰ ਲੱਗਦੀ ਨਹੀਂ ਕਬਰ 'ਚ, ਦਮ ਦਰੂਦ ਖਤਮ ਜਾਂਦਾ ਹੀ ਨਹੀਂ, ਤਾਂ ਅੱਲਾ ਨਮਾਜ਼ ਵਿੱਚ ਬਿਠਾ ਕੇ ਪਿਆਂਦਾ ਮੰਗ ਦੁਆ? ਮੈਂ ਕਿਹਾ ਯਾ ਅੱਲਾ ਜਾਂਦੀ ਨਹੀਂ, ਉੱਥੋਂ ਆਵਾਜ਼ ਆਈ, ਪਹੁੰਚਾਉਣਾ ਤੁਹਾਡਾ ਕੰਮ ਨਹੀਂ, ਮੰਗਣਾ ਤੁਹਾਡਾ ਕੰਮ ਹੈ ਜੀ, ਮੰਗਣਾ ਤੁਹਾਡਾ ਕੰਮ ਹੈ, ਜਿਹੜੀ ਡਿਊਟੀ ਸਾਡੀ ਹੈ ਸਾਂ ਉਹ ਕਰਨੀ ਹੈ। ਇੰਤਜ਼ਾਮੀਆਂ ਬੈਠੀ, ਰਿਸ਼ਤੇਦਾਰ ਆਇਓ, ਤਲਕਦਾਰ ਆਇਓ, ਮੁਹੰਮਦ ਅਕਰਮ ਸਾਹਿਬ ਦੇ ਖਤਮ 'ਚ ਬਾਬਾ ਜੀ ਜੁਮਲੇ ਸੁਣਿਓ, ਹਲ ਹਲ ਐਲਾਨ ਆਨਾ, ਉਹਦੀ ਮਾਂ ਵੀ ਖੁਸ਼ ਹੁੰਦੀ ਜੇ ਕਬਰ ਵਿੱਚ, ਉਹਦਾ ਬਾਪ ਵੀ ਖੁਸ਼ ਹੁੰਦਾ, ਜਿਹਦੀ ਔਲਾਦ ਪਿੱਛੇ ਅੱਬੇ ਦਾ ਖਤਮ ਦਵਾਉਂਦੀ ਰਹੇ, ਅੱਬੇ ਵਾਸਤੇ ਦੁਆ ਕਰਦੀ ਰਹੇ, ਮਾਂ ਵਾਸਤੇ ਦੁਆ ਕਰਦੀ ਰਹੇ, ਅੱਲਾਹ ਉਹਦੀ ਦੁਨੀਆ ਵੀ ਆਬਾਦ ਕਰ ਛੱਡਦਾ, ਅੱਲਾਹ ਉਹਦੀ ਕਬਰ ਹਸ਼ਰ ਵੀ ਆਬਾਦ। ਇੱਕ ਵਾਰੀ ਬੋਲਿਆ ਜੇ, ਅੱਲਾ ਕਬਰ ਹਸ਼ਰ ਵੀ ਆਬਾਦ ਕਰ ਸਕਦਾ। ਮੈਂ ਤੁਹਾਡੇ ਸਾਹਮਣੇ ਕੁਰਾਨ ਪੜ੍ਹਨਾ ਅਤੇ ਤੁਹਾਨੂੰ ਦੱਸਣਾ ਕਿ ਬਾਪ ਦੀ ਸ਼ਾਨ ਕੀ ਹੈ, ਮਾਂ ਦੀ ਸ਼ਾਨ ਕੀ ਹੈ, ਇਹਨਾਂ ਦਾ ਮਰਤਬਾ ਕੀ ਹੈ। ਮੇਰੇ ਨਬੀ ਨੇ ਫਰਮਾਇਆ, ਮਾਂ ਦੀਆਂ ਪੈਰਾਂ ਥੱਲੇ ਜੰਨਤ ਜੇ, ਅਤੇ ਬਾਪ ਜੰਨਤ ਦਾ ਦਰਵਾਜ਼ਾ ਹੈ। ਬਾਪ ਜੰਨਤ ਦਾ, ਇਹ ਵੇਖੋ ਮੌਸਮ ਵੀ ਬਣ ਗਿਆ ਅਤੇ ਸੋਹਣੇ ਲੋਕ ਬੈਠੇ ਹੋਏ ਹੋ, ਬਾਪ ਜੰਨਤ ਦਾ, ਇੱਕ ਵਾਰੀ ਬੋਲਣਾ, ਬਾਪ ਜੰਨਤ ਦਾ
ਬਾਬਾ ਜੀ ਤਾਈਓ ਰੋਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਲੈਣ ਕਲਮ ਉਠਾਈਏ ਤੇ ਮੀਆਂ ਸਾਹਿਬ ਆਂਦੇ ਨੇ ਸਦਾ ਨਾ ਬਾਗੀ ਬੋਲੇ ਗੱਲ ਸ਼ੁਰੂ ਹੋ ਗਈ ਤਕਰੀਰ ਇੱਧਰ ਵੇਖਣੀ ਆ ਹੇ ਸਦਾ ਨਾ ਬਾਗੀ ਹੇ ਬੋਲੇ 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 ਇੱਧਰ ਵੇਖਿਓ ਜੀ ਹੇ ਸਦਾ ਨਾ ਬਾਗੀ ਹੇ ਬੋਲੇ 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 ਤੇ ਸਦਾ ਨਾ ਬਾਗ ਬਹਾਰਾ ਸਦਾ ਨਾ ਮਾਪ ਅੱਲਾ ਦੀ ਕਸਮ ਹੈ ਬਾਬਾ ਜੁਮਲੇ ਜ਼ਾਇਆ ਨਾ ਕਰਿਆ ਰੇ ਅੱਜ ਕਿਸੇ ਦੀ ਮਾਂ ਗਈ ਹੈ ਅੱਜ ਕਿਸੇ ਦਾ ਬਾਪ ਗਿਆ ਹੈ ਅੱਜ ਪੁੱਤਰ ਰੋਂਦੇ ਰਹਿ ਗਏ ਨੇ ਅੱਜ ਧੀਆਂ ਰੋਂਦੀਆਂ ਰਹਿ ਗਈਆਂ ਨੇ ਅੱਜ ਵੀਰ ਰੋਂਦੇ ਰਹਿ ਗਏ ਨੇ ਰੱਬੇ ਕਾਬਾ ਦੀ ਕਸਮ ਹੈ ਬਾਬਾ ਜੁਮਲੇ ਜ਼ਾਇਆ ਨਾ ਕਰਿਆ ਰੇ ਹਲ ਅਲ ਇਲਾਨ ਸੁਲਤਾਨੀ ਕਹਿ ਰਿਹਾ ਹੈ ਹੇ ਸਦਾ ਨਾ ਬਾਗੀ ਹੇ ਬੁੱਲੇ ਬੁੱਲੇ ਬੋਲੇ ਬਾਬਾ ਜੀ ਹੇ ਸਦਾ ਨਾ ਬਾਗ ਪਹਾਰਾ ਹੇ ਸਦਾ ਨਾ ਮਹਾਪੇ ਹੁਸੈਨ ਜਵਾਨੀ ਇੱਧਰ ਵੇਖਣੇ ਹੇ ਸਦਾ ਨਾ ਮਹਾਪੇ ਬਾਬਾ ਜੀ ਸਦਾ ਮਾਂ ਨੇ ਵਿਹੜੇ ਨਹੀਂ ਰਹਿਣਾ ਸਦਾ ਆਪੇ ਨੇ ਵਿਹੜੇ ਨਹੀਂ ਰਹਿਣਾ ਇੱਕ ਵੇਲਾ ਆਉਣਾ ਹੈ ਇੱਥੋਂ ਬਾਪ ਦੀ ਮੈਯਤ ਉੱਠ ਜਾਣੀ ਹੈ ਤੇਰੇ ਪਿੰਡ ਦੀਆਂ ਮਸਜਿਦਾਂ 'ਚ ਐਲਾਨ ਆਉਣਾ ਹੈ ਹਜ਼ਰਾਤ ਇੱਕ ਜ਼ਰੂਰੀ ਐਲਾਨ ਸੁਣਿਆ ਰੇ ਹਜ਼ਰਾਤ ਅਕਰਮ ਸਾਹਿਬ ਟੁਰ ਗਏ ਨੇ ਹਜ਼ਰਾਤ ਫਲਾਂ ਸਾਹਿਬ ਟੁਰ ਗਏ ਨੇ ਅੱਜ ਪੁੱਤਰ ਵੀ ਬੈਠੇ ਹੋਏ ਹੋ ਹੋਏ ਅੱਜ ਚਾਚੇ ਵੀ ਬੈਠੇ ਹੋਏ ਹੋ ਹੋਏ ਅੱਜ ਮਾਮੇ ਵੀ ਬੈਠੇ ਹੋਏ ਹੋ ਹਜ਼ਰਾਤ ਜੁਮਲੇ ਜ਼ਾਇਆ ਨਾ ਕਰੀ ਸੁਲਤਾਨੀ ਬੜਾ ਵੱਡਾ ਜੁਮਲਾ ਦੇ ਲਗਾਏ ਅੱਲਾ ਦੀ ਕਸਮ ਲੋਗੋ ਅੱਜ ਮਾਂ ਜ਼ਿੰਦਾ ਤੇ ਮਾਂ ਨੂੰ ਸੀਨੇ ਲਾ ਲਓ ਅੱਜ ਬਾਪ ਜ਼ਿੰਦਾ ਤੇ ਬਾਪ ਨੂੰ ਸੀਨੇ ਲਾ ਲਓ ਕਦੀ ਮਾਂ ਨੂੰ ਝਿੜਕ ਨਾ ਮਾਰਿਆ ਰੇ ਕਦੀ ਬਾਪ ਨੂੰ ਝਿੜਕ ਨਾ ਮਾਰਿਆ ਰੇ ਕਦੀ ਮਾਂ ਨੂੰ ਦਾਬਾ ਨਾ ਮਾਰਿਆ ਜੇ ਬਾਬਾ ਜੀ ਮਾਂ ਦੀਆਂ ਪੈਰਾਂ ਥੱਲੇ ਜੰਨਾ ਦੇ ਅੱਜ ਸਾਰੀ ਦੁਨੀਆ ਤੇਰੇ ਪਿੰਡ ਦੀ ਮਹਿਫਲ ਵੇਖੇ ਅੱਜ ਲੋਕਾਂ ਨੂੰ ਪਤਾ ਲੱਗੇ ਬੁੱਢੇ ਵਿੱਚ ਬਹਿ ਗਏ ਅੱਜ ਨਬੀ ਦਾ ਜਸ਼ਨ ਮਨਾਇਆ ਅੱਜ ਮਾਂ ਦੀ ਸ਼ਾਨ ਹੋਈ ਹੈ ਅੱਜ ਅੱਬੇ ਦੀ ਸ਼ਾਨ ਹੋਈ ਹੈ ਕਦੀ ਪਿਓ ਨੂੰ ਝਿੜਕ ਨਾ ਮਾਰਿਆ ਰੇ ਕਦੀ ਬਾਪ ਨੂੰ ਗਾਲੀ ਨਾ ਦਿਆ ਰੇ ਕਦੀ ਬਾਪ ਨੂੰ ਝਿੜਕ ਨਾ ਮਾਰਿਆ ਰੇ ਕਦੀ ਅੱਬੇ ਦੇ ਸਾਹਮਣੇ ਉੱਚੀ ਨਾ ਬੋਲਿਆ ਰੇ ਹੈ ਪਿਓ ਪਿਓ ਆਉਂਦੇ ਨੇ ਬਾਬਾ ਜੀ ਬਾਪ ਜੰਨਤ ਦਾ ਦਰਵਾਜ਼ਾ ਆਏ ਹਾਏ ਹਾਏ ਹੈ ਬਾਪ ਜੰਨਤ ਦਾ ਦਰਵਾਜ਼ਾ ਆਏ ਹੈ ਬਾਪ ਜੰਨਤ ਦਾ ਮੇਨ ਗੇਟ ਅੱਲਾ ਦੀ ਕਸਮ ਰੋਣ ਵਾਲਿਆ ਉਹਨਾਂ ਯਤੀਮਾਂ ਨੂੰ ਪੁੱਛਿਆ ਰੇ ਜਿਨ੍ਹਾਂ ਦੇ ਵਿਹੜੇ ਬਾਪ ਕੋਈ ਨਹੀਂ ਉਹਨਾਂ ਬੱਚਿਆਂ ਨੂੰ ਪੁੱਛਿਆ ਰੇ ਜਿਨ੍ਹਾਂ ਦੇ ਵਿਹੜੇ ਅੱਪਾ ਕੋਈ ਨਹੀਂ ਹਜੇ ਪਿਓ ਨੂੰ ਯਾਦ ਕਰ ਕਰ ਪੇ ਰੋਂਦੇ ਨੇ ਹਜੇ ਅਕਰਮ ਨੂੰ ਯਾਦ ਕਰ ਕਰ ਪੇ ਰੋਂਦੇ ਨੇ ਆਂਦੇ ਨੇ ਅੱਬੂ ਜੀ ਇੱਕ ਵਾਰੀ ਆ ਜਾਓ ਇੱਧਰ ਵੇਖੀ ਇੱਕ ਵਾਰੀ ਸੀਨੇ ਲਾ ਲਾ ਅੱਬਾ ਜੀ ਤੁਹਾਡੇ ਬਗੈਰ ਵਿਹੜੇ ਉਜੜ ਗਏ ਨੇ ਤੁਹਾਡੇ ਬਗੈਰ ਰੌਣਕਾਂ ਮੁੱਕ ਗਈਆਂ ਨੇ ਤੁਹਾਡੇ ਬਗੈਰ ਬਹਾਰਾਂ ਮੁੱਕ ਗਈਆਂ ਨੇ ਵੈਸ਼ਾਲਾ ਮਰਨੇ ਆਏ ਹਾਏ ਹਾਏ ਸੁਣੀ ਵੈਸ਼ਾਲਾ ਮਰਨੇ ਨਾ ਪਾ ਫੇ ਕਿਸੇ ਦੇ ਤੇ ਨਾ ਹੋਣ ਨੀ ਮਾਨੀਆਂ ਥੀਆਂ
ਬਾਬਾ ਜੀ ਹੈ ਸ਼ਾਲਾ ਮਰਨ ਹੈ ਸ਼ਾਲਾ ਮਰਨ ਬਾ ਕਿਸੇ ਦੇ ਤੇ ਨਾ ਹੋਣ ਨੀ ਮਾਣੀਆਂ ਆਏ ਹਾਏ ਤੇ ਨਾ ਹੋਣ ਨੀ ਮਾਣੀਆਂ ਕਿਆਂ ਹੈ ਜਿਸ ਦੀ ਦਾ ਹੈ ਬਾਪ ਨ ਗੋਏ ਉਸ ਕੀ ਦੁਨੀਆ ਤੋਂ ਲੈਣਾ ਹਜੇ ਅੱਬਾ ਜ਼ਿੰਦਾ ਆਉਂਦਾ ਹਜੇ ਪੁੱਤਰਾਂ ਨੂੰ ਸੀਨੇ ਲਾ ਲੈਂਦਾ ਅਲਾਮਾ ਸਾਹਿਬ ਪਿਓਵਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਪਿਓਵਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ ਬਾਪ ਨਾਲ ਵਿਹੜੇ ਦੀ ਰੌਣਕ ਆਉਂਦੀ ਹੈ ਅਗਰ ਬਾਪ ਮਰ ਜਾਏ ਚਾਚੇ ਛੱਡ ਜਾਂਦੇ ਨੇ ਅਗਰ ਬਾਪ ਮਰ ਜਾਏ ਮਾਮੇ ਛੱਡ ਜਾਂਦੇ ਨੇ ਅੱਲਾ ਦੀ ਕਸਮੇ ਬਾਬਾ ਜੁਮਲੇ ਜ਼ਾਇਆ ਨਾ ਕਰਿਆ ਰੇ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ ਹਜੇ ਅੱਬੇ ਨੂੰ ਸੀਨੇ ਲਾ ਲਿਆ ਰੇ ਹਜੇ ਬਾਪ ਨੂੰ ਸੀਨੇ ਲਾ ਲਿਆ ਰੇ ਹਜੇ ਅੱਬੇ ਦਾ ਮੱਥਾ ਚੁੰਮ ਲਿਆ ਰੇ ਹਜੇ ਅੱਬੇ ਦੀ ਦਾੜੀ ਚੁੰਮ ਲਿਆ ਰੇ ਇਹਨਾਂ ਸਦਾ ਤੇਰੇ ਵਿਹੜੇ ਨਹੀਂ ਰਹਿਣਾ ਇਹਨਾਂ ਸਦਾ ਤੇਰੇ ਗੁਲਸ਼ਨ 'ਚ ਨਹੀਂ ਰਹਿਣਾ ਅੱਲਾ ਦੀ ਕਸਮ ਰੋਣਾ ਲਿਆ ਉਹਨਾਂ ਤੀਆਂ ਨੂੰ ਪੁੱਛਿਆ ਜੇ ਜਿਹਨਾਂ ਦੇ ਵਿਹੜੇ ਬਾਪ ਕੋਈ ਨਹੀਂ ਉਹਨਾਂ ਤੀਆਂ ਨੂੰ ਪੁੱਛਿਆ ਜੇ ਜਿਹਨਾਂ ਦੇ ਵਿਹੜੇ ਅੱਬਾ ਕੋਈ ਨਹੀਂ ਅੱਜ ਪਰਦੇਸਣਾ ਵਿਹੜੇ ਆ ਕੇ ਰੋਂਦੀਆਂ ਪਈਆਂ ਨੇ ਅੱਜ ਪਰਦੇਸਣਾ ਅੱਬੂ ਦੀ ਤਸਵੀਰ ਵੇਖ ਕੇ ਰੋਂਦੀਆਂ ਪਈਆਂ ਨੇ ਆਂਦੀਆਂ ਆਉਣੀਆਂ ਨੇ ਅੱਬੂ ਜੀ ਇੱਕ ਵਾਰੀ ਧੀ ਨੂੰ ਸੀਨੇ ਲਾ ਲਓ ਅੱਬੂ ਜੀ ਇੱਕ ਵਾਰੀ ਆ ਕੇ ਧੀਆਂ ਦਾ ਮੱਥਾ ਚੁੰਮ ਲਿਆ ਰੇ ਹੱਲਾ ਦੀ ਕਸਮੇ ਰੋਣ ਵਾਲਿਆ ਜੁਮਲੇ ਸੁਣਿਆ ਰੇ ਕਦੀ ਅੱਬੇ ਦੀ ਨਾ ਫਰਮਾਨੀ ਨਾ ਕਰਿਆ ਰੇ ਕਦੀ ਬਾਪ ਨੂੰ ਥੱਪੜ ਨਾ ਮਾਰਿਆ ਇੱਧਰ ਵੇਖੀ ਹੁਣ ਹੱਲਾ ਦੀ ਕਸਮੇ ਸਾਰੀ ਦੁਨੀਆ ਵੀਡੀਓ ਵੇਖ ਰਹੀ ਹੈ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ ਆਪਣੀ ਮਾਂ ਨੂੰ ਸੀਨੇ ਲਾ ਲੈ ਆਪਣੇ ਅੱਬੇ ਨੂੰ ਸੀਨੇ ਲਾ ਲੈ ਆਪਣੇ ਅੱਬੇ ਦੀ ਦਾੜੀ ਚੁੰਮ ਲੈ ਇਹਨੇ ਸਾਰੀ ਜ਼ਿੰਦਗੀ ਤੇਰੇ ਪਿੱਛੇ ਗੁਜ਼ਾਰੀ ਆ ਇਹਨੇ ਸਾਈਕਲਾਂ ਚਲਾਈਆਂ ਤੇ ਪੁੱਤਰ ਜਵਾਨ ਹੋਏ ਬਾਬਾ ਜੀ ਇੱਧਰ ਵੇਖਿਆ ਜੀ ਜ਼ਰਾ ਇਹਨੇ ਸਾਈਕਲਾਂ ਚਲਾਈਆਂ ਨੇ ਹਾਜੀ ਪੁੱਤਰ ਚੌਧਰੀ ਬਣ ਗਏ ਨੇ ਹਾਜੀ ਪੁੱਤਰ ਡੇਰੇਦਾਰ ਬਣ ਗਏ ਨੇ ਹਾਜੀ ਪੁੱਤਰ ਮਾਲ ਡੰਗਰ ਵਾਲੇ ਬਣ ਗਏ ਨੇ ਇਹਨੇ ਹਵੇਲੀਆਂ ਬਣਾਈਆਂ ਤੇ ਪੁੱਤਰਾਂ ਵਾਸਤੇ ਬਾਬਾ ਜੀ ਇਹਨੇ ਹਵੇਲੀਆਂ ਬਣਾਈਆਂ ਤੇ ਪੁੱਤਰਾਂ ਵਾਸਤੇ ਇਹਨੇ ਡੇਰਾ ਬਣਾਇਆ ਤੇ ਪੁੱਤਰਾਂ ਵਾਸਤੇ ਅੱਜ ਸਾਰੀ ਦੁਨੀਆ ਤੇਰੀ ਮਹਿਫਲ ਸੁਣ ਰਹੀ ਆ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਇਹਨੇ ਮਾਲ ਬਣਾਇਆ ਤੇ ਪੁੱਤਰਾਂ ਵਾਸਤੇ ਇਹਨੇ ਜ਼ਮੀਨਾਂ ਬਣਾਈਆਂ ਤੇ ਪੁੱਤਰਾਂ ਵਾਸਤੇ ਇਹਨੇ ਕੋਠੀਆਂ ਬਣਾਈਆਂ ਤੇ ਪੁੱਤਰਾਂ ਵਾਸਤੇ ਅੱਜ ਪੁੱਤਰ ਉੱਠ ਕੇ ਪਿਓ ਨੂੰ ਗਾਲੀਆਂ ਦਿੰਦੇ ਨੇ ਅੱਜ ਪੁੱਤਰ ਉੱਠ ਕੇ ਪਿਓ ਨੂੰ ਝਿੜਕਾਂ ਮਾਰਦੇ ਨੇ ਆਂਦੇ ਨੇ ਅੱਬਾ ਤੂੰ ਸਾਡੇ ਵਾਸਤੇ ਬਣਾਇਆ ਕੀ ਹੈ ਆਂਦੇ ਨੇ ਅੱਬਾ ਤੂੰ ਸਾਡੇ ਵਾਸਤੇ ਕੀਤਾ ਕੀ ਹੈ ਮੈਂ ਕਿਹਾ ਚੱਲਿਆ ਨਾ ਨਾ ਹੈ ਬੁੱਢੇ ਵਾਲੇ ਇਹਨੇ ਸਾਰੀ ਜ਼ਿੰਦਗੀ ਪੁੱਤਰਾਂ ਵਾਸਤੇ ਕਮਾਇਆ ਹੈ ਇਹਨੇ ਸਾਰੀ ਜ਼ਿੰਦਗੀ ਔਲਾਦ ਵਾਸਤੇ ਕਮਾਇਆ ਹੈ ਇਹਨੇ ਸੱਕੇ ਵੀਰ ਛੱਡ ਦਿੱਤੇ ਨੇ ਬਾਬਾ ਜੀ ਜੁਮਲੇ ਸੁਣਨ ਵਾਲੇ ਨੇ ਇਹਨੇ ਸੱਕੇ ਵੀਰ ਛੱਡ ਦਿੱਤੇ ਨੇ ਇਹ ਔਲਾਦ ਛੱਡ ਕੇ ਦੌੜਿਆ ਨਹੀਂ ਇਹ ਪੁੱਤਰ ਛੱਡ ਕੇ ਗਿਆ ਨਹੀਂ ਇਹਨੇ ਮਿਹਨਤਾਂ ਕੀਤੀਆਂ ਪੁੱਤਰ ਜਵਾਨ ਹੋਏ ਨੇ ਇਹਨੇ ਮਿਹਨਤਾਂ ਕੀਤੀਆਂ ਪੁੱਤਰ ਹੱਡ ਮਸਤਰ ਬਣ ਗਏ ਨੇ ਹਾਜੀ ਪੁੱਤਰ ਜੱਜ ਬਣ ਗਏ ਨੇ ਹਾਜੀ ਪੁੱਤਰ ਵਕੀਲ ਬਣ ਗਏ ਨੇ ਹੱਲਾ ਦੀ ਕਸਮੇ ਬਾਬਾ ਜੁਮਲੇ ਸੁਣ ਜਾਇਆ ਨੇ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਹੈ ਜਿੰਨੇ ਮਾਂ ਨੂੰ ਸਤਾਇਆ ਆਏ ਹਾਏ ਹਾਏ ਇਹ ਸੁਣੀ ਸ਼ੇਰ ਸੁਣੀ ਜ਼ਰਾ ਦਰਦੇ ਦਿਲ ਨਾਲ ਹੈ ਜਿੰਨੇ ਮਾਂ ਨੂੰ ਸਤਾਇਆ ਆ ਬੜਾ ਵੱਡਾ ਸ਼ੇਰ ਸੁਲਤਾਨੀ ਦੇਣ ਲਗਾਈ ਤੇਰੇ ਪਿੰਡ ਆ ਕੇ ਹੈ ਜਿੰਨੇ ਮਾਂ ਨੂੰ ਸਤਾਇਆ
ਹੇ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੋਲਾਇਆ ਉਹਨੇ ਅਰਸ਼ ਹਿਲਾਇਆ ਆਏ ਹਾਏ ਹਾਏ ਹੇ ਜਿਹਨੇ ਮਾਂ ਨੂੰ ਸਸਾਇਆ ਹੇ ਦਿਲ ਪਿਓ ਦਾ ਦੁਖਾਇਆ ਬਾਬਾ ਜੀ ਜਿਹਨੇ ਮਾਂ ਨੂੰ ਸਤਾਇਆ ਹੇ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੋਲਾਇਆ ਉਹਨੇ ਅਰਸ਼ ਹਿਲਾਇਆ ਸੂਫੀ ਜੀ ਜੁਮਲੇ ਸੁਣਿਓ ਜੇ ਉਹਨੇ ਅਰਸ਼ ਹਿਲਾਇਆ ਅੱਜ ਬੀਵੀ ਅੱਗੇ ਹੋ ਗਈ ਹੈ ਅੱਜ ਮਾਂ ਪਿੱਛੇ ਹੋ ਗਈ ਆ ਸੁਣ ਸੱਚੀਆਂ ਅੱਜ ਬੀਵੀ ਅੱਗੇ ਹੋ ਗਈ ਹੈ ਅੱਜ ਅੱਬਾ ਪਿੱਛੇ ਹੋ ਗਿਆ ਏ ਅੱਜ ਬੀਵੀ ਦੀ ਮੰਨਦਾ ਬਾਪ ਦੀ ਨਹੀਂ ਉਹ ਮੰਨਦਾ ਅੱਜ ਬੀਵੀ ਦੀ ਮੰਨਦਾ ਮਾਂ ਦੀ ਨਹੀਂ ਉਹ ਮੰਨਦਾ ਸਾਰੀ ਰਾਤ ਅੱਬਾ ਡੇਰੇ ਤੇ ਰੋਂਦਾ ਰਿਹਾ ਵੇ ਆਂਦਾ ਰੱਬਾ ਸੋਹਣਿਆ ਮੈਂ ਬੜੇ ਔਖੇ ਪਾਲੇ ਨੇ ਰੱਬਾ ਸੋਹਣਿਆ ਮੈਂ ਬੜੇ ਔਖੇ ਜਵਾਨ ਕੀਤੇ ਨੇ ਅੱਜ ਮੇਰੇ ਜੰਮੇ ਮੈਨੂੰ ਦਾਬੇ ਮਾਰਦੇ ਨੇ ਅੱਜ ਮੇਰੇ ਪੁੱਤਰ ਮੈਨੂੰ ਤਾਨੇ ਮਾਰਦੇ ਨੇ ਅੱਜ ਪੁੱਤਰ ਰੋ ਕੇ ਪਿਓ ਨੂੰ ਦਾਬਾ ਮਾਰਿਆ ਹੇ ਤੇਰੀ ਜ਼ੁਬਾਨ ਗੁੰਗ ਕਿਉਂ ਨਹੀਂ ਹੋ ਗਈ ਹੇ ਤੇਰੀ ਜ਼ੁਬਾਨ ਬੰਦ ਕਿਉਂ ਨਹੀਂ ਹੋ ਗਈ ਹੇ ਬੁੱਢਾ ਮਰ ਗਾਲਿਆ ਅੱਲਾ ਦੀ ਕਸਮ ਉਠਾ ਗਿਆ ਨਾ ਵਾਂ ਹੇ ਬੀਵੀਆਂ ਲੱਭ ਜਾਂਦੀਆਂ ਜੇ ਸਜਣਾ ਪਿਓ ਨਹੀਂ ਜੇ ਲੱਭਦੇ ਆਏ ਹਾਏ ਬਾਬਾ ਜੁਮਲੇ ਸੁਣੀ ਬੀਵੀਆਂ ਲੱਭ ਜਾਣੀਆਂ ਨੀ ਇਸ ਪਿਓ ਨੇ ਤੇਰੇ ਵੇੜੇ ਨਹੀਂ ਆਉਣਾ ਇੱਕ ਵਾਰੀ ਅੱਬਾ ਨਾਰਾਜ਼ ਹੋ ਕੇ ਤੁਰ ਗਿਆ ਇੱਕ ਵਾਰੀ ਮਾਂ ਨਾਰਾਜ਼ ਹੋ ਕੇ ਤੁਰ ਗਈ ਅਲਾਮਾ ਸਾ ਸਾਰੀ ਜ਼ਿੰਦਗੀ ਰੋਵੇਂਗਾ ਹੇ ਤੇਰੇ ਵੇੜੇ ਸਕੂਨ ਨਹੀਂ ਆਉਣਾ ਹੇ ਤੇਰੇ ਵੇੜੇ ਚੈਨ ਨਹੀਂ ਆਉਣਾ ਅੱਜ ਪਿਓ ਨੂੰ ਵੇੜੀਓਂ ਕੱਢਿਆਈ ਅੱਜ ਮਾਂ ਨੂੰ ਵੇੜੀਓਂ ਕੱਢਿਆਈ ਆਂਦਾ ਅੱਬਾ ਮੇਰੇ ਵੇੜੀਓਂ ਬੰਨੇ ਆਉ ਜਾ ਸੁਣੀ ਲੂਣੀ ਆਂਦਾ ਅੱਬਾ ਮੇਰੇ ਵੇੜੀਓਂ ਬੰਨੇ ਆਉ ਜਾ ਹੇ ਮੈਂ ਕਿਹਾ ਕਮੀਨਿਆ ਕਿਸ ਬਾਪ ਨੂੰ ਵੇੜੀਓਂ ਬੰਨੇ ਕੀਤਾ ਕਿਸ ਅੱਬੇ ਨੂੰ ਝਿੜਕਾਂ ਮਾਰੀਆਂ ਨੀ ਕਿਸ ਬਾਪ ਨੂੰ ਦਾਬੇ ਮਾਰੇ ਨੀ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ ਹੇ ਜਿਹਨੇ ਮਾਂ ਨੂੰ ਸਤਾਇਆ ਕਿਆ ਬਾਤ ਹੈ ਯਾਰ ਤੁਹਾਡੀ ਥੋੜੇ ਉਹ ਤੇ ਸੁਣਨ ਵਾਲੇ ਹੋ ਥੋੜੇ ਉਹ ਸੁਣਨ ਵਾਲੇ ਹੋ ਜਿਹਨੇ ਮਾਂ ਨੂੰ ਸਤਾਇਆ ਆਏ ਹਾਏ ਹੇ ਦਿਲ ਪਿਓ ਦਾ ਦੁਖਾਇਆ ਇੱਧਰ ਵੇਖਣਾ ਹੈ ਬਾਬਾ ਜਿਹਨੇ ਮਾਂ ਨੂੰ ਸਤਾਇਆ ਤੇਰਾ ਪਿੰਡ ਪਿਆ ਸੁਣਦਾ ਪੂਰਾ ਪੂਰੇ ਪਿੰਡ ਆਵਾਜ਼ ਆ ਰਹੀ ਹੈ ਪੂਰੇ ਪਿੰਡ ਨੂੰ ਦੱਸਣਾ ਪਿਆ ਜਿਹਨੇ ਮਾਂ ਨੂੰ ਸਤਾਇਆ ਹੇ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੋਲਾਇਆ ਉਹਨੇ ਅਰਸ਼ ਹਿਲਾਇਆ ਤੇਰੇ ਬਾਬੇ ਰੋਬੇ ਨੇ ਜੁਮਲੇ ਸੁਣਿਆ ਰੇ ਪੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਪੜ ਖੋਲ ਕੇ ਕੁਰਾਨ ਬਾਬਾ ਜੀ ਪੜ ਖੋਲ ਕੇ ਕੁਰਾਨ ਰੱਬੀ ਰਹਿਮ ਹੁਮਾ ਕਮਾ ਰੱਬਾ ਯਾਨੀ ਸਗੀਰਾ ਪੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਰੱਬਾ ਨਗ ਫਿਰ ਲੇ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ ਮੈਂ ਕੁਰਾਨ ਪਿਆ ਪੜ੍ਹਨਾ ਬੁੱਢੇ ਵਾਲੇ ਕੁਰਾਨ ਅੱਲਾ ਦਾ ਕੁਰਾਨ ਕਹਿ ਰਿਹਾ ਏ ਉਫੀ ਵਾਲਾ ਤਨ ਹਰ ਹੁਮਾ ਵਾ ਕੁੱਲਾ ਹੁਮਾ ਕੌਲੈ ਕਰੀਮਾ ਫਰਮਾਇਆ ਅੱਬੇ ਦੇ ਸਾਹਮਣੇ ਉਫ ਨਾ ਕਰਿਆ ਰੇ ਫਰਮਾਇਆ ਅੰਮਾ ਦੇ ਸਾਹਮਣੇ ਉਫ ਨਾ ਕਰਿਆ ਰੇ ਅੱਲਾ ਦੀ ਕਸਮ ਸ਼ਬੀਰ ਜੱਟ ਸਾਹਿਬ ਸ਼ਮਸ ਜੱਟ ਸਾਹਿਬ ਅਲ ਇਲਾਨ
ਸ਼ਾਨ ਜੁਮਲੇ ਦੇ ਰਿਹਾ ਵਾਂ, ਹਲਲ ਇਲਾਨ ਕਹਿ ਰਿਹਾ ਵਾਂ, ਹਜ ਬੀਵੀ ਨੂੰ ਰਾਜ਼ੀ ਕਰ ਲਿਆਈ, ਹਜ ਮਾਂ ਨੂੰ ਨਾਰਾਜ਼ ਕਰ ਲਿਆਈ, ਹਜ ਬੀਵੀ ਨੂੰ ਰਾਜ਼ੀ ਕਰ ਲਿਆਈ, ਹਜ ਅੱਬੇ ਨੂੰ ਨਾਰਾਜ਼ ਕਰ ਲਿਆਈ, ਆਂਦਾ ਅੱਬਾ ਮੇਰੇ ਵਿਹੜੇ ਨਾ ਆਵੀਂ, ਆਂਦਾ ਅੰਮਾ ਮੇਰੇ ਵਿਹੜੇ ਨਾ ਆਵੀਂ, ਹੋਏ ਮੈਂ ਕਿਹਾ ਬੱਚਿਆ ਵਿਹੜੇ ਤੇਰੇ ਨਹੀਂ, ਹੇ ਵਿਹੜੇ ਤੇਰੇ ਅੱਬੇ ਦੇ ਨੇ, ਆਏ ਹਾਏ, ਹੇ ਵਿਹੜੇ ਤੇਰੇ ਬਾਪ ਦੇ ਨੇ, ਇਹ ਹਵੇਲੀਆਂ ਤੇਰੇ ਅੱਬੇ ਦੇ ਪੈਸੇ ਤੂੰ ਬਣੀਆਂ ਨੇ, ਹੇ ਮਕਾਨ ਤੇਰੇ ਅੱਬੇ ਦੇ ਪੈਸੇ ਤੋਂ ਬਣੇ ਨੇ, ਉਹਨਾਂ ਬੱਚਿਆਂ ਨੂੰ ਪੁੱਛਿਆ ਜੇ, ਉਹਨਾਂ ਮੇਰੀਆਂ ਧੀਆਂ ਨੂੰ ਪੁੱਛਿਆ ਰੇ, ਸਜਣਾ ਜਿਨ੍ਹਾਂ ਦਾ ਪਿਓ ਮਰ ਗਿਆ, ਜਿਨ੍ਹਾਂ ਦਾ ਬਾਪ ਕੋਈ ਨਹੀਂ, ਅੱਜ ਬੁੱਢੇ ਦੀਆਂ ਸੜਕਾਂ ਤੇ ਰੁੱਲ ਗਈਆਂ ਨੇ, ਅੱਜ ਰਿਸ਼ਤਾ ਲੈਣ ਵਾਲਾ ਵੀ ਕੋਈ ਨਹੀਂ, ਅੱਜ ਮਾਮੇ ਵੀ ਛੱਡ ਗਏ ਨੇ, ਅੱਜ ਚਾਚੇ ਵੀ ਛੱਡ ਗਏ ਨੇ, ਇਹਨਾਂ ਯਤੀਮਾਂ ਦੇ ਰਿਸ਼ਤੇ, ਉਹ ਬੱਚਿਓ ਬਹਿ ਜਾਓ ਯਾਰ, ਕੀ ਹੋ ਗਿਆ ਹਜ਼ਰਾ, ਜੁਮਲੇ ਸੁਣ ਜਾ ਯਾਰ, ਹਲ ਹਲ ਇਲਾਨ ਜੁਮਲੇ ਦੇ ਰਿਹਾ ਵਾਂ, ਅੱਜ ਸਜਣਾ ਇਹਨਾਂ ਦੀ ਕਦਰ ਕਰ ਲਿਆ ਰੇ, ਅੱਜ ਮਾਂ ਦੀ ਕਦਰ ਕਰ ਲਿਆ ਰੇ, ਅੱਜ ਅੱਬੇ ਦੀ ਕਦਰ ਕਰ ਲਿਆ ਰੇ, ਉਹਨਾਂ ਮੇਰੀਆਂ ਧੀਆਂ ਨੂੰ ਪੁੱਛਿਆ ਰੇ, ਹੱਲਾ ਦੀ ਕਸਮ ਰੋਣ ਵਾਲਿਆ ਸ਼ਬੀਰ ਜੱਟ ਸਾਹਿਬ, ਜੁਮਲੇ ਵੱਡੇ ਦੇਣ ਲਗਾਵਾਂ, ਉਹਨਾਂ ਬੱਚੀਆਂ ਨੂੰ ਪੁੱਛਿਆ ਜੇ, ਜਿਹੜੀਆਂ ਅੱਬੂ ਦੀਆਂ ਜੁੱਤੀਆਂ ਚੁੰਮ ਚੁੰਮ ਰੋਂਦੀਆਂ ਨੇ, ਜਿਹੜਾ ਅੱਬੂ ਦੇ ਕੱਪੜੇ ਚੁੰਮ ਚੁੰਮ ਰੋਂਦੀਆਂ ਨੇ, ਹੋਏ ਬੁੱਢੇ ਵਾਲਿਆ ਮੇਰੀ 6 ਸਾਲ ਦੀ ਧੀ ਏ, ਆ ਮੈਂ ਤੈਨੂੰ ਆਪਣੀ ਗੱਲ ਸੁਣਾ ਲਗਾਉਂ, ਹੈ ਮੇਰੀ ਛੋਟੀ ਜੀ ਬੱਚੀ ਏ, ਬਾਬਾ ਜੀ ਜਦੋਂ ਵੇੜੀਓਂ ਬੰਨੇ ਆਉਣਾ ਵਾ, ਹੋਏ ਮੇਰੀਆਂ ਜੁੱਤੀਆਂ ਲੈ ਕੇ ਸਾਹਮਣੇ ਆ ਜਾਂਦੀ ਏ, ਆਂਦੀ ਏ ਬਾਬਾ ਜੀ ਕਦੋਂ ਵਾਪਸ ਆਓਗੇ, ਹੱਲਾ ਦੀ ਕਸਮ ਏ ਜਦੋਂ ਮੇਰੀ ਧੀ ਸਾਹਮਣੇ ਆਉਂਦੀ ਏ, ਅਲਾਮਾ ਸਾਹਿਬ ਮੈਨੂੰ ਕਰਬਲਾ ਦਾ ਕਾਰੀ ਹੁਸੈਨ ਯਾਦ ਆਉਂਦਾ ਏ, ਇਹ ਮੁਹੱਰਮ ਦਾ ਮਹੀਨਾ ਜੇ, ਇਹ ਮੁਹੱਰਮ ਦਾ ਮਹੀਨਾ ਜੇ, ਮੇਰੀਆਂ ਮਾਵਾਂ ਭੈਣਾਂ ਵੀ ਸੁਣ ਰਹੀਆਂ ਨੇ, ਸਾਰੇ ਪਿੰਡ ਨੂੰ ਐਲਾਨ ਕਰਕੇ ਸੁਲਤਾਨੀ ਕਹਿ ਰਿਹਾ ਏ, ਬਾਬਾ ਜੀ 6 ਸਾਲ ਦੀ ਧੀ ਏ, ਹੋਏ ਆਪਣੀ ਅੱਬੂ ਦੀ ਲਾਸ਼ ਤੇ ਖਲੋ ਕੇ ਵੀ ਰੋਂਦੀ ਏ, ਸਕੀਨਾ ਆਂਦੀ ਏ ਬਾਬਾ ਅੱਖਾਂ ਖੋਲ, ਇੱਧਰ ਵੇਖਿਓ, ਆਂਦੀ ਏ ਬਾਬਾ ਅੱਖਾਂ ਖੋਲ, ਤੇਰੀ ਸਕੀਨਾ ਆਈ ਆ, ਹਾਏ ਬਾਬਾ ਜੀ ਤੇਰੀ ਧੀ ਤੈਨੂੰ ਮਿਲਣ ਆਈ ਆ, ਹੇ ਬਾਬਾ ਜਾਨੀ ਤੇਰੀ ਪਰਦੇਸਣ ਦੀ ਸਕੀਨਾ ਆਈ ਆ, ਹੇ ਰੋਣ ਵਾਲਿਓ ਜੁਮਲੇ ਸੁਣਿਆ ਰੇ, ਜਨਾਬੇ ਸਕੀਨਾ ਬਾਪ ਦੇ ਪੈਰਾਂ ਨਾਲ ਚਿਮੜ ਕੇ ਰੋ ਰਹੀਆਂ ਨੇ, ਆਂਦੀਆਂ ਨੇ ਅੱਬੂ ਜੀ ਅੱਖਾਂ ਖੋਲੋ, ਅੱਬੂ ਜੀ ਤੁਹਾਨੂੰ ਮਿਲਣ ਤੁਹਾਡੀ ਧੀ ਆਈ ਆ, ਅੱਬੂ ਜੀ ਅੱਖਾਂ ਖੋਲੋ ਸਕੀਨਾ ਆਈ ਆ, ਹਜੇ ਵੀ ਬਾਪ ਦੀ ਮੰਜੀ ਪਈ ਹੋਵੇ, ਹਜੇ ਵੀ ਧੀਆਂ ਰੋਂਦੀਆਂ ਰਹਿੰਦੀਆਂ ਨੇ, ਹਜੇ ਵੀ ਪੁੱਤਰ ਰੋਂਦੇ ਰਹਿੰਦੇ ਨੇ, ਬਾਬਾ ਜੀ ਮੇਰੇ ਜੁਮਲੇ ਜ਼ਾਇਆ ਨਾ ਕਰ ਯਾਰੇ, ਟਾਈਮ ਥੋੜ੍ਹਾ ਗੱਲਾਂ ਜ਼ਿਆਦਾ ਕਰ ਚੱਲਾ ਵਾਂ, ਅੱਜ ਜਦੋਂ ਬਾਪ ਫੋਤ ਆਉਂਦਾ ਆਵੇ, ਅੱਜ ਧੀਆਂ ਲਾਹੌਰ ਰੋਣ, ਅੱਜ ਧੀਆਂ ਨਾਰੋ ਵਾਲ ਆਉਣ, ਅੱਜ ਧੀਆਂ ਬਸਰੂਰ ਤੇ ਸਿਆਲਕੋਟ ਆਉਣ, ਅੱਜ ਫੋਨ ਜਾਂਦਾ ਨੀ ਧੀਏ ਤੁਸੀਂ ਯਤੀਮ ਹੋ ਗਏ ਹੋ, ਹੋਏ ਅੱਜ ਬਾਪ ਤੁਹਾਡਾ ਵਿਹੜਾ ਛੱਡ ਗਿਆ ਏ, ਅੱਜ ਅੱਬਾ ਤੁਹਾਡਾ ਵਿਹੜਾ ਛੱਡ ਗਿਆ ਏ, ਹੈ ਬੁੱਢੇ ਵਾਲਿਆ ਸਾਰੀ ਦੁਨੀਆ ਵੀਡੀਓ ਵੇਖ ਰਹੀ ਆ, ਹਲ ਹਲ ਐਲਾਨ ਸੁਲਤਾਨੀ ਕਹਿ ਰਿਹਾ ਏ, ਹੁਣ ਧੀਆਂ ਦੀਆਂ ਦੌੜਾਂ ਲੱਗ ਜਾਂਦੀਆਂ ਨੇ, ਕਾਰੀ ਸਾਹਿਬ ਅੱਧੀ ਰਾਤ ਨੂੰ ਜੁੱਤੀ ਨਹੀਂ ਪਾਉਂਦੀਆਂ, ਆਪਣੇ ਬੰਦੇ ਨੂੰ ਆਉਂਦੀਆਂ ਨੇ, ਜਲਦੀ ਕਰ ਮੇਰਾ ਅੱਬਾ ਮਰ ਗਿਆ ਈ, ਜਲਦੀ ਕਰ ਮੇਰਾ ਬਾਪ ਟੁਰ ਗਿਆ ਈ, ਹੇ ਰੋਣ ਵਾਲਿਆ ਜੁਮਲੇ ਸੁਲਤਾਨੀ ਦੇ ਸੁਣ ਜਾ ਯਾਰ, ਹੇ ਬਾਬਾ ਅੱਲਾ ਤੇਰਾ ਰੋਣਾ ਕਬੂਲ ਕਰੇ, ਅੱਧੀ ਰਾਤ ਨੂੰ ਸਪੈਸ਼ਲ ਗੱਡੀ ਕਰਾ ਕੇ ਇਸ ਬੁੱਢੇ ਪਿੰਡ ਵਿੱਚ ਆ ਜਾਂਦੀ ਏ, ਬਾਬਾ ਜੀ ਅੱਧੀ ਰਾਤ ਨੂੰ ਲੋਕਾਂ ਨੂੰ ਪਤਾ ਲੱਗਦਾ ਏ, ਅੱਜ ਕਿਸੇ ਦੀ ਧੀ ਆਈ ਆ, ਅੱਜ ਕਿਸੇ ਦੀ ਜੰਮੀ ਆਈ ਏ, ਅੱਜ ਪਰਦੇਸਣ ਦੀ ਅੱਬੇ ਨੂੰ
ਅਲਵਿਦਾ ਆਖਣ ਆਈਏ, ਹਜੇ ਬਾਪ ਨੂੰ ਆਖਰੀ ਸਲਾਮ ਕਰਨ ਆਈ ਆ, ਹਜੇ ਅੱਬੇ ਨੂੰ ਆਖਰੀ ਸਲਾਮ ਦੇਣ ਆਈ ਆ। ਹੈ ਬੁੱਢੇ ਵਾਲਿਓ ਜੁਮਲੇ ਸੁਣਿਆ ਨੇ, ਆ ਕੇ ਦੀ ਸਭ ਨਾਲੋਂ ਪਹਿਲਾਂ ਆਪਣੇ ਅੱਬੇ ਦੀ ਮੰਜੀ ਨੂੰ ਜੱਫੇ ਪਾ ਲੈਂਦੀ ਏ, ਆਪਣੇ ਅੱਬੇ ਦਾ ਮੱਥਾ ਚੁੰਮਦੀ ਜੇ, ਸਾਰਾ ਪਿੰਡ ਰੁਲਾ ਦਿੰਦੀ ਏ, ਆਪਣੇ ਬਾਪ ਦੇ ਪੈਰਾਂ ਨੂੰ ਜੱਫੇ ਮਾਰ ਲੈਂਦੀ ਏ। ਹਰ ਰੋ ਕੇ ਆਉਂਦੀ ਏ, ਬਾਬਲਾ ਬੜੀ ਜਲਦੀ ਤੁਰ ਚੱਲਾਂ ਏ, ਹੇ ਮੇਰਿਆ ਸੋਹਣਿਆ ਬਾਬਲਾ ਬੜੀ ਜਲਦੀ ਕਰ ਲਈ ਆ, ਹੇ ਆਪਣੀ ਧੀ ਨੂੰ ਆਉਣ ਦਾ ਮੌਕਾ ਵੀ ਨਹੀਂ ਦਿੱਤਾ। ਹੇ ਰੋਣ ਵਾਲਿਓ ਜੁਮਲੇ ਸੁਣ ਜਾਇਆ ਰੇ, ਕੀ ਆਪਣੀ ਅੱਬੇ ਦੀ ਮਈਅਤ ਖਲੋ ਕੇ ਰੋਂਦੀ ਏ, ਹੇ ਰੋ ਰੋ ਕੇ ਆਉਂਦੀ ਏ ਬਾਬਲਾ। ਆਏ ਹਾਏ ਹਾਏ, ਇੱਥੇ ਜੁਮਲੇ ਸੁਣੀ ਨੇ ਨੀ ਅੱਜ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇ, ਸਾਰੀ ਦੁਨੀਆ ਸੁਣੇ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਜਿਹਦੇ ਵੇੜੇ ਧੀਏ ਜਿਹਦੇ ਵੇੜੇ ਧੀਏ ਬੋਲੇ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ। ਤੇ ਧੀ ਕੀ ਆਉਂਦੀ ਅੱਬੇ ਦੀ ਮੰਜੀ ਤੇ ਖਲੋ ਕੇ ਤੇ ਕਬਰ ਤੇ ਖਲੋ ਕੇ ਇੱਕੋ ਹੀ ਗੱਲ ਆਉਂਦੀ ਹੈ, ਆਉਂਦੀ ਹੈ ਸਾਡੇ ਵੇੜੇ ਆ ਜਾ ਬਾਪ, ਜਿਹੜਾ ਸੁਣਦਾ ਪਿਆ ਉਹਦੇ ਨਾਲ ਗੱਲ, ਦੂਸਰੇ ਨਾਲ ਗੱਲ ਨਹੀਂ, ਤੇਰੇ ਅਥਰੂ ਨਾ ਹੋਣ ਸੁਲਤਾਨੀ ਜ਼ਿੰਮੇਦਾਰ, ਸਾਡੇ ਵੇੜੇ ਆ ਜਾ ਬਾਬਲ ਜੀ। ਬਾਬਾ ਜੀ ਅੱਲਾ ਤੇਰਾ ਬੈਠਣਾ ਕਬੂਲ ਫਰਮਾਏ, ਸਾਡੇ ਵੇੜੇ ਆ, ਤੇਰਾ ਪਿੰਡ ਨਾ ਅੱਜ ਤੜਫੇ ਤੇ ਗੱਲ ਕਰੀ, ਅੱਜ ਸੁਲਤਾਨੀ ਆਇਆ ਜੁਮਲੇ ਦੇ ਗਿਆ, ਸਾਡੇ ਵੇੜੇ ਆ ਜਾ ਬਾਬਲ, ਚਿਹਰਾ ਤੇਰਾ ਵੇਖਣ ਬਾਬਲ, ਸਾਡੇ ਵੇੜੇ ਆ ਜਾ ਬਾਬਲ। ਅਲਾਮਾ ਸਾਹਿਬ ਬੜਾ ਦੁੱਖ ਭਰੀ ਗੱਲ ਸੁਣਾ ਰਿਹਾ, ਰੋ ਰੋ ਕੇ ਆਉਂਦੀ ਏ, ਸਾਡੇ ਵੇੜੇ ਆ ਜਾ ਬਾਬਲ, ਚਿਹਰਾ ਤੇਰਾ ਵੇਖਣ ਬਾਬਲ। ਅਗਲੇ ਦਿਨ ਮੈਨੂੰ ਇੱਕ ਬੇਟੀ ਦਾ ਫੋਨ ਆਇਆ, ਆਉਂਦੀ ਏ ਮੌਲਵੀ ਜੀ ਤੁਹਾਡੀਆਂ ਤਕਰੀਰਾਂ ਸਾਰੀ ਰਾਤ ਸੁਣਦੀ ਰਹਿੰਦੀ ਆ, ਸਾਰੀ ਰਾਤ ਰੋਂਦੀ ਰਹਿੰਦੀ ਆ। ਮੈਂ ਕਿਹਾ ਨੀ ਦੀਏ ਕਿਉਂ ਰੋਣੀ, ਆਉਂਦੀ ਏ ਕਾਰੀ ਸਾਹਿਬ ਮੇਰੀ ਮਾਂ ਮਰ ਗਈ ਜੇ, ਮੇਰਾ ਬਾਪ ਵੀ ਦੁਨੀਆਂ ਛੱਡ ਗਿਆ, ਹੋਇਆ ਜੀ ਤਾਂ ਲੈ ਕੇ ਕੋਈ ਨਹੀਂ ਆਉਂਦਾ, ਅੱਜ ਸ਼ਬਰਾ ਤਾਂ ਲੈ ਕੇ ਕੋਈ ਨਹੀਂ ਆਉਂਦਾ। ਬਾਬਾ ਜੀ ਜੁਮਲੇ ਸੁਣੀ, ਹੋਏ ਅੱਜ ਪਿਓ ਜ਼ਿੰਦਾ ਹੋਵੇ, ਅੱਜ ਪੁੱਤਰਾਂ ਨੂੰ ਆਉਂਦਾ ਈਦ ਸਿਰ ਤੇ ਆ ਗਈ ਏ, ਹੋਏ ਮੇਰੀਆਂ ਧੀਆਂ ਨੂੰ ਈਦ ਦੇ ਕੇ ਆਉਣੀ ਏ, ਹੋਏ ਮੈਂ ਆਪਣੀਆਂ ਭੈਣਾਂ ਨੂੰ ਸ਼ਬਰਾਤਾਂ ਦੇ ਕੇ ਆਉਣੀਆਂ ਨੇ। ਹੱਲਾ ਦੀ ਕਸਮ ਕਹਿਣਾ ਤਲਿਆ, ਹੋਏ ਈਦਾਂ ਉਹਨਾਂ ਦੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵੇੜੇ ਬਾਪ ਜ਼ਿੰਦਾ ਆਉਂਦੇ, ਸ਼ਬਰਾਤਾਂ ਉਹਨਾਂ ਦੀਆਂ ਜਾਂਦੀਆਂ ਨੇ ਜਿਨ੍ਹਾਂ ਦੀਆਂ ਮਾਵਾਂ ਜ਼ਿੰਦਾ ਆਉਂਦੀਆਂ ਨੇ। ਇਹਨਾਂ ਨੂੰ ਬੜੀਆਂ ਫਿਕਰਾਂ ਆਉਂਦੀਆਂ ਨੇ, ਹੋਏ ਮਾਵਾਂ ਨੂੰ ਬੜੀਆਂ ਟੈਨਸ਼ਨਾਂ ਆਉਂਦੀਆਂ ਨੇ। ਬਾਬਾ ਜੀ ਆਪਣਿਆਂ ਪੁੱਤਰਾਂ ਨੂੰ ਆਉਂਦੀਆਂ ਨੇ, ਜਲਦੀ ਕਰੋ, ਹੇ ਮੇਰੀ ਧੀ ਪਰਦੇਸਾਂ ਵਿੱਚ ਉਡੀਕਦੀ ਆਉਣੀ ਹੈ, ਹੇ ਮੇਰੀ ਧੀ ਆਉਂਦੀ ਆਉਣੀ ਹੈ, ਮੇਰਾ ਵੀਰ ਨਹੀਂ ਆਇਆ, ਆਉਂਦੀ ਆਉਣੀ ਹੈ ਮੇਰਾ ਅੱਬੂ ਨਹੀਂ ਆਇਆ, ਆਉਂਦੀ ਆਉਣੀ ਹੈ ਮੇਰੀ ਮਾਂ ਨਹੀਂ ਆਈ। ਹੇ ਸੱਜਣਾ ਜੁਮਲੇ ਸੁਣ ਜਾਇਆ ਨੇ, ਰੋ ਰੋ ਕੇ ਬਾਪ ਦੀ ਕਬਰ ਦੇ ਖਲੋ ਕੇ ਬੇਟੀ ਆਉਂਦੀ ਹੈ, ਆਉਂਦੀ ਹੈ ਬਾਬਲਾ, ਹਾਏ ਹਾਏ ਹਾਏ, ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ
ਆਉਂਦੀਆਂ ਨੇ ਯਾਦਾਂ, ਇਹ ਜੁਮਲੇ ਸੀਨੇ ਤੇ ਲਿਖ ਕੇ ਖੜਦੇ ਨੀ ਅੱਜ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਸਾਡੇ ਵੇੜੇ ਆ ਜਾ ਬਾਬਲ ਸਾਡੇ ਵੇੜੇ, ਇਹ ਸੁਣੀ ਜੁਮਲੇ, ਸਾਡੇ ਵੇੜੇ ਆ ਜਾ ਬਾਬਲ ਚਿਹਰਾ ਤੇਰਾ ਵੇਖਣ ਬਾਬਲ, ਸਾਡੇ ਵੇੜੇ ਆ ਜਾ ਬਾਬਲ, ਇੱਧਰ ਸੁਣੀ ਯਾਰ, ਸਾਡੇ ਵੇੜੇ ਆ ਜਾ ਬਾਬਲ ਚਿਹਰਾ ਤੇਰਾ ਵੇਖਣ ਬਾਬਲ, ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇ, ਅਗਲਾ ਸ਼ੇਰ ਸੁਣੀ, ਚਾਚੇ ਮਾਮੇ ਛੱਡ ਗਏ ਬਾਬਲ ਆਪਣੇ ਹੋ ਗਏ ਬੇਗਾਨੇ ਬਾਬਲ, ਚਾਚੇ ਮਾਮੇ ਛੱਡ ਗਏ ਬਾਬਲ ਆਪਣੇ ਹੋ ਗਏ ਬੇਗਾਨੇ ਬਾਬਲ, ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ ਇੱਧਰ ਵੇਖਣਾ ਹੀ, ਅੱਜ ਮੈਂ ਉਹਨਾਂ ਧੀਆਂ ਅੱਗੇ ਹੱਥ ਬੰਨਣਾ ਵਾਂ, ਹੋਏ ਮੇਰੀ ਉਹ ਪਰਦੇਸਣ ਪੈਣਾ, ਹੋਏ ਅੱਜ ਅੱਬੇ ਦੀ ਤਸਵੀਰ ਛੁਪਾ ਕੇ ਰੱਖੀਏ, ਜਦੋਂ ਦੁਖੀ ਆਉਂਦੀ ਏ ਅੱਬੇ ਨੂੰ ਵੇਖ ਲੈਂਦੀ ਏ, ਜਦੋਂ ਪਰੇਸ਼ਾਨ ਆਉਂਦੀ ਏ ਮਾਂ ਦੀਆਂ ਤਸਵੀਰਾਂ ਵੇਖ ਲੈਂਦੀ ਏ, ਆਂਦੀ ਏ ਅੰਮੀ ਜੀ ਜਦੋਂ ਦੇ ਤੁਸੀਂ ਜੁਦਾਈਆਂ ਪਾ ਗਏ ਹੋ, ਓ ਸਾਡਾ ਪੇਕੇ ਜਾਣ ਤੇ ਦਿਲ ਨਹੀਂ ਕਰਦਾ, ਹੱਬੂ ਜੀ ਸਾਡੇ ਪੇਕੇ ਮੁੱਕ ਗਏ ਨੇ, ਹੱਬੂ ਜੀ ਸਾਡੇ ਪਰਦੇਸੀਆਂ ਦੇ ਪੇਕੇ ਮੁੱਕ ਗਏ ਨੇ, ਹੋਏ ਰੋਣ ਵਾਲਿਆ ਮੇਰੇ ਨਬੀ ਨੇ ਫਰਮਾਇਆ, ਇਹ ਸਹਾਬਾ ਜਿਹਦੇ ਤੇ ਬਾਪ ਰਾਜ਼ੀ ਏ ਉਹਦੇ ਤੇ ਰੱਬ ਰਾਜ਼ੀ ਏ, ਜ਼ਿੰਦਾਬਾਦ ਜੀ, ਤਵੱਜੋ ਮਿਹਰਬਾਨੀ, ਤੇਰਾ ਪੂਰਾ ਪਿੰਡ ਪਿਆ ਸੁਣਦਾ, ਤੇ ਛੱਤਾਂ ਤੇ ਵੀ ਤੀਆਂ ਰੋਂਦੀਆਂ ਹੋਣੀਆਂ ਨੇ ਕਿ ਅੱਜ ਕੋਈ ਮੌਲਵੀ ਆਇਆ ਤੇ ਕੋਈ ਸੁਣਾ ਕੇ ਗਿਆ, ਕਸਮ ਖੁਦਾ ਦੀ ਯਾਦ ਨਾ ਕਰੇ ਤੇਰਾ ਪਿੰਡ ਤੇ ਮੈਂ ਜੁਰਮਦਾਰ ਹਾਂ। ਧੀਆਂ ਨੂੰ ਬਾਬਾ ਜੀ ਇੱਕ ਹੀ ਆਸਰਾ ਹੁੰਦਾ, ਵੀਰਾਂ ਦਾ, ਪਿਓ ਦਾ ਤੇ ਮਾਂ ਦਾ, ਭਰਜਾਈਆਂ ਦਾ ਕੀ ਜੋ ਵੜਨ ਦੇਣ ਤੇ ਭਾਵੇਂ ਨਾ ਦੇਣ ਜੀ। ਬਾਬਾ ਮੈਂ ਗੱਲ ਸੱਚੀ ਪੇ ਕਰਨਾ, ਜਿੰਨਾਂ ਤੱਕ ਬਾਪ ਜ਼ਿੰਦਾ ਨਾ ਉਹਨਾਂ ਤੱਕ ਧੀਆਂ ਨੂੰ ਡਹਿਲ ਕੋਈ ਨਹੀਂ ਹੁੰਦੀ, ਭਾਵੇਂ ਉਹ ਵਿਆਹ ਹੀ ਹੋਏ ਤੇ ਭਾਵੇਂ ਗੈਰ ਵਿਆਹ ਹੀ ਹੋਵੇ, ਉਹ ਆਕੜ ਕੇ ਰਹਿੰਦੀਆਂ ਨੇ, ਆਉਂਦੀਆਂ ਨੇ ਮੇਰੇ ਅੱਬੇ ਦਾ ਵੇੜ ਹੈ, ਸਾਡੇ ਪਿਓ ਦਾ ਵੇੜ ਹੈ। ਬਾਬਾ ਜੀ ਫਿਰ ਵੀਰ ਵੀ ਡਰਦੇ, ਗੱਲ ਨਹੀਂ ਕਰਦੇ ਕਿਤੇ ਅੱਬਾ ਗੁੱਸਾ ਨਾ ਕਰ ਜੇ, ਕਿਤੇ ਅੰਮਾ ਗੁੱਸਾ ਨਾ ਕਰ ਜੇ, ਅਤੇ ਮਾਂ ਪਿਓ ਫਿਰ ਗੱਲ ਨਹੀਂ ਕਰਨ ਦਿੰਦੇ ਆਪਣੀਆਂ ਧੀਆਂ ਨੂੰ, ਜਿਹੜੇ ਚੰਗੇ ਨੇ ਉਹ ਆਉਂਦੇ ਨੇ ਸੂਫੀ ਜੀ ਖਬਰਦਾਰ, ਸਾਡਾ ਖਾਂਦੀਆਂ ਪੀਂਦੇ ਤੁਹਾਡਾ ਨਹੀਂ ਖਾਂਦੀਆਂ ਪੀਆਂ, ਪਰ ਰੱਬੇ ਕਾਬਾ ਦੀ ਕਸਮ ਹੈ ਸਾਰਾ ਮਜਮਾ ਬੈਠਾ ਯਾਰ, ਪੂਰਾ ਪਿੰਡ ਪਿਆ ਸੁਣਦਾ। ਉਹਨਾਂ ਧੀਆਂ ਨੂੰ ਪੁੱਛ ਜਿਨ੍ਹਾਂ ਦਾ ਆਸਰਾ ਵੀ ਮੁੱਕ ਜਾਏ, ਮਾਂ ਦੇ ਨਾਲ ਹੀ ਪਿਓ ਵੀ ਟੁਰ ਜਾਏ, ਤੂੰ ਆਪਣੇ ਪੁੱਤਰਾਂ ਨੂੰ ਆਉਂਦੀਆਂ ਨੇ ਪੁੱਤਰੋ, ਜੇ ਪੁੱਤਰ ਆਖਣ ਅੰਮੀ ਜੀ ਨਾਨਕੇ ਨਹੀਂ ਜਾਣਾ ਤਾਂ ਧੀ ਰੋ ਪੈਂਦੀ, ਬਾਬਾ ਜੀ ਕਸਮ ਖੁਦਾ ਦੀ ਰੋ ਕੇ ਆਉਂਦੀ, ਪੁੱਤਰੋ ਹੁਣ ਨਾਨਕੇ ਮੁੱਕ ਗਏ ਨੇ, ਹੁਣ ਮਾਮਿਆਂ ਦਾ ਦਿਲ ਕਰੇ ਤੇ ਵੜਨ ਦੇਣ, ਅਤੇ ਦਿਲ ਕਰੇ ਤੇ ਵੜਨ, ਫੋਨ ਕਰਕੇ ਭਰਜਾਈਆਂ ਆਉਂਦੀਆਂ ਨੇ ਅਜੇ ਨਾ ਆਇਓ, ਸਾਡੇ ਘਰ ਖਿਲਾਰ ਬੜਾ ਪਿਆ, ਅਜੇ ਬੱਚੇ ਲੈ ਕੇ ਨਾ ਆਇਓ,
ਸਾਡੇ ਕੋਲ ਆਪਣੇ ਨਹੀਂ ਸਾਂਭੇ ਜਾਂਦੇ ਤੇ ਤੁਸੀਂ ਆ ਜਾਂਦੀਆਂ ਲੈ ਕੇ ਆਪਣੇ ਬੱਚੇ, ਇਹ ਹੱਥ ਬੰਨ ਕੇ ਬੁੱਢੇ ਵਾਲੇ ਹੱਥ ਬੰਨ ਕੇ ਇੱਕ ਛੋਟਾ ਜਿਹਾ ਨਿਕੰਮਾ ਜਿਹਾ ਮੌਲਵੀ ਤੇਰੇ ਪਿੰਡ ਆ ਕੇ ਇਲਤਜਾ ਪਿਆ ਕਰਦਾ, ਮੈਂ ਉਹਨਾਂ ਆਪਣੀਆਂ ਭੈਣਾਂ ਅੱਗੇ ਹੱਥ ਬੰਨ ਕੇ ਇਲਤਮਾਸ ਕਰਨਾ, ਕਦੀ ਆਪਣੇ ਬੰਦੇ ਦੀਆਂ ਭੈਣਾਂ ਨੂੰ ਝਿੜਕ ਨਾ ਮਾਰੀ ਉਹਨਾਂ, ਬਾਬਾ ਜੀ ਤੇਰੇ ਵਿਹੜੇ ਨਹੀਂ ਆਉਣਾ ਤਾਂ ਕਿੱਥੇ ਜਾਣਾ ਉਹਨਾਂ, ਹੋਰ ਕੋਈ ਹੈ ਵੇ ਕੋਈ ਥਾਂ ਜਿੱਥੇ ਉਹਨਾਂ ਜਾਣਾ, ਉਹਨਾਂ ਪਿਓ ਦੇ ਵਿਹੜੇ ਹੀ ਆਉਣਾ, ਉਹਨਾਂ ਮਾਂ ਦੇ ਵਿਹੜੇ ਆਉਣਾ। ਪਰ ਮੈਨੂੰ ਇਮਾਨਦਾਰੀ ਨਾ ਦੱਸ, ਤੇਰਾ ਮਜਮਾ ਪਿਆ ਰੋਂਦਾ, ਆ ਲੈ ਐਲਾਨ। ਬਾਬਾ ਜਦੋਂ ਇੱਕ ਵਾਰੀ ਭਰਜਾਈ ਆਖੇ ਨਾ ਇੱਕ ਵਾਰੀ, ਹੁਣ ਨਾ ਵੜੀ ਮੇਰੇ ਵਿਹੜੇ ਅਤੇ ਛੁੱਟੀਆਂ ਹੁੰਦੀਆਂ ਨਾ ਪੁੱਤਰਾਂ ਤੇ ਉੱਥੇ ਬਹਿ ਕੇ ਰੋਂਦੀ ਹੁੰਦੀ ਹੈ, ਹਾਏ ਹਾਏ। ਅਤੇ ਪੁੱਤਰ ਪੁੱਛਦੇ ਨੇ ਅੰਮੀ ਜੀ ਕਿਉਂ ਰੋਏ ਹੋ, ਕਹਿੰਦੀ ਪੁੱਤਰ ਕੁਝ ਨਹੀਂ, ਅੱਜ ਤੁਹਾਡੀ ਨਾਨੀ ਬੜੀ ਯਾਦ ਆਈ, ਅੱਜ ਤੁਹਾਡਾ ਨਾਨਾ ਬੜਾ ਯਾਦ ਆਇਆ। ਅੱਜ ਉਹ ਹੀ ਪਿੰਡ ਜਿੱਥੇ ਖੇਡੀ ਹੁੰਦੀ ਹੈ ਨਾ, ਉਹ ਹੀ ਪਿੰਡ ਬਾਬਾ ਜੀ ਜਿੱਥੇ ਸਾਰੀ ਜ਼ਿੰਦਗੀ ਉਹਨੇ 20-25 ਸਾਲ ਗੁਜ਼ਾਰੇ ਹੁੰਦੇ ਨੇ ਨਾ, ਅੱਜ ਉਹ ਹੀ ਪਿੰਡ ਬੇਗਾਨਾ ਹੋ ਗਿਆ ਉਸ ਧੀ ਵਾਸਤੇ। ਮੈਂ ਧੀ ਦੀ ਸ਼ਾਨ ਤੁਹਾਨੂੰ ਦੱਸਣ ਲੱਗਾ, ਬੇਟੀ ਦੀ ਅੱਜ ਉਹ ਹੀ ਗਲੀਆਂ ਸੁੰਜੀਆਂ ਹੋ ਗਈਆਂ ਨੇ, ਉੱਥੇ ਆਉਣਾ ਵੀ ਉਹਨੂੰ ਗੁਬਾਰਾ ਨਹੀਂ, ਉੱਥੇ ਵੜਨ ਵੀ ਕੋਈ ਨਹੀਂ ਦਿੰਦਾ। ਬਾਬਾ ਅਗਲੇ ਦਿਨ ਧੀ ਮੈਨੂੰ ਕਹਿੰਦੀ, ਕਹਿੰਦੀ ਕਾਰੀ ਸਾਹਿਬ ਮੈਂ ਭਰਾਵਾਂ ਕੋਲ ਜਗ੍ਹਾ ਲੈ ਲਈ ਅਤੇ ਭਰਾਵਾਂ ਨੇ ਮੇਰਾ ਮਰਨ ਜੂਣ ਮੁਕਾ ਲਿਆ, ਇੱਦਾਂ ਮੇਰੇ ਵੱਲ ਤਵੱਜੋ ਕਰੀ, ਤੇਰਾ ਪਿੰਡ ਨਾ ਰੋਵੇ ਦੁਨੀਆ ਨਾ ਰੋਵੇ ਤੇ ਗੱਲ ਕਰੀ। ਭਰਾਵਾਂ ਨੇ ਲਾਮਾ ਸਾਹਿਬ ਆਖਿਆ ਵੀ ਤੂੰ ਜ਼ਮੀਨ ਲਈਏ ਤਾਂ ਹੁਣ ਅੱਬਾ ਸਾਡਾ ਮਰ ਵੀ ਗਿਆ ਤੇ ਤੂੰ ਸਾਡੇ ਘਰ ਪੈਰ ਨਹੀਂ ਰੱਖਣਾ, ਸਾਡੇ ਘਰ ਨਹੀਂ ਆਉਣਾ। ਦੁੱਖ ਭਰੀ ਕਹਾਣੀ ਸੁਣੀ, ਕਹਿੰਦਾ ਕਹਿੰਦੀ ਕਾਰੀ ਸਾਹਿਬ ਜਦੋਂ ਮਰਨ ਜੂਣ ਮੁੱਕ ਗਿਆ, ਇੱਧਰੋਂ ਬੰਦਾ ਸਤਾਉਂਦਾ ਸੀ ਜ਼ਮੀਨ ਲੈ ਕੇ ਆ, ਉੱਧਰੋਂ ਭਰਾ ਟੁਰ ਗਏ, ਭਰਾ ਛੁੱਟ ਗਏ, ਜ਼ਮੀਨ ਲੈ ਲਈ ਨਾ ਜਾਇਦਾਦ ਲੈ ਲਈ। ਹਾਲਾਂਕਿ ਪਿੰਡ ਵਾਲਿਓ ਇਹਨਾਂ ਦਾ ਹੱਕ ਬਣਦਾ ਜੇ, ਧੀਆਂ ਦਾ ਹੱਕ ਹੈ ਨਹੀਂ ਹੱਕ, ਕੁਰਾਨ ਨੇ ਕਿਹਾ ਧੀਆਂ ਦਾ ਹੱਕ ਹੈ ਜ਼ਮੀਨ ਵਿੱਚ, ਘਰ ਵਿੱਚ ਧੀਆਂ ਦਾ ਹੱਕ ਹੈ, ਹਿੱਸਾ ਰੱਖਿਆ, ਉਹ ਆਪਣੀ ਮਰਜ਼ੀ ਨਾਲ ਦੇ ਦੇਣ ਤਾਂ ਉਹਨਾਂ ਦੀ ਖੁਸ਼ੀ ਹੈ, ਤੁਸੀਂ ਧੱਕੇ ਨਾਲ ਨਹੀਂ ਉਹਨਾਂ ਨੂੰ ਮਜਬੂਰ ਕਰ ਸਕਦੇ ਕਿ ਇੱਥੇ ਅੰਗੂਠੇ ਲਵਾਓ ਜਾਂ ਸਾਨੂੰ ਦੇ ਕੇ ਜਾਓ। ਅੱਲਾ ਦੀ ਇੱਜ਼ਤ ਦੀ ਕਸਮ ਉਠਾ ਕੇ ਨਾ ਕਾਇਨਾਤ ਵਾਲਿਆ ਜੁਮਲੇ ਸੁਣੀ, ਜ਼ਿੰਦਗੀ ਦਾ ਪਤਾ ਕੋਈ ਨਹੀਂ ਅੱਗੋਂ ਆਉਣਾ ਕਿ ਨਹੀਂ ਆਉਣਾ, ਸਾਹ ਮੁੱਕ ਜਾਣੇ ਨੇ ਕਿੱਥੇ, ਬਾਬਾ ਜੀ ਪਤਾ ਕੋਈ ਨਹੀਂ ਨਾ। ਕਹਿੰਦੀ ਕਰ ਸਾਹਿਬ ਬਾਪ ਫੋਤ ਹੋ ਗਿਆ, ਮੈਨੂੰ ਪਤਾ ਚੱਲਿਆ, ਅਤੇ ਫਿਰ ਵੀ ਧੀ ਸੀ, ਰਹਿਣ ਤਾਂ ਨਹੀਂ ਸੀ ਨਾ ਆਉਣਾ ਧੀ ਕੋਲ, ਬਾਬਾ ਧੀਆਂ ਕੋਲ ਰਹਿਣ। ਆ ਜੁਮਲੇ ਸੁਣੋ ਯਾਰ ਸਾਰੇ, ਬੜੀ ਵੱਡੀ ਗੱਲ ਜੇ, ਜਦੋਂ ਇੰਨੀ ਗੱਲ ਕੀਤੀ, ਕਹਿੰਦੀ ਮੈਂ ਆਪਣੇ ਪੁੱਤਰ ਨੂੰ ਲਿਆ ਅਤੇ ਮੈਂ ਟੁਰ ਗਈ, ਅਜੇ ਅੰਦਰ ਨਹੀਂ ਵੜੀ, ਮੈਨੂੰ ਮੇਰਿਆਂ ਭਰਾਵਾਂ ਨੇ ਉਹ ਗੱਲਾਂ ਸੁਣਾਈਆਂ, ਮੈਨੂੰ ਮੇਰੀਆਂ ਭਰਜਾਈਆਂ ਨੇ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ। ਬਾਬਾ ਕੈਸੀ ਗੱਲ ਹੈ, ਜਿਸ ਘਰ ਵਿੱਚ ਧੀਆਂ ਖੇਡੀਆਂ ਹੁੰਦੀਆਂ ਨੇ ਉਸੇ ਘਰਾਂ 'ਚੋਂ ਧੱਕੇ ਮਾਰ ਕੇ ਬਾਹਰ ਕੱਢੀਆਂ ਜਾਂਦੀਆਂ ਨੇ, ਉਸੇ ਘਰਾਂ 'ਚੋਂ ਬੇਦਖਲ ਕੀਤੀਆਂ ਜਾਂਦੀਆਂ ਨੇ, ਉਹ ਬਾਹਰ ਹੋ ਜਾ ਤੁਸੀਂ ਇਸ ਘਰੋਂ, ਤੁਹਾਡਾ ਇੱਥੇ ਕੀ ਹੈ। ਆਂਦੀ ਹੈ ਰੋ ਕੇ ਤੇ ਮੈਂ ਵਾਪਸ ਟੁਰ ਗਈ, ਬਾਪ ਦਾ ਚਿਹਰਾ ਵੀ ਮੈਨੂੰ ਵੇਖਣਾ ਨਸੀਬ ਨਹੀਂ ਹੋਇਆ। ਕਹਿੰਦੀ ਹਫ਼ਤੇ ਬਾਅਦ, ਇਹ ਬਾਬਾ ਜੁਮਲੇ ਸੁਣੀ, ਹਫ਼ਤੇ ਬਾਅਦ ਮੈਂ ਆਪਣੇ ਪੁੱਤਰ ਨੂੰ ਆਖਿਆ, ਬੜਾ ਰੋਈ ਨਾ, ਅਤੇ ਪੁੱਤਰ ਵੀ ਫਿਰ ਮਾਵਾਂ ਦੇ ਬਾਬਾ ਜੀ ਹੁੰਦੇ ਨਾ, ਉਹਨੇ ਕਿਹਾ ਮਾਂ ਮੈਨੂੰ ਗੱਲ ਤਾਂ ਸੁਣਾ। ਸੂਫੀ ਜੀ ਅਲਾਮਾ ਸਾਹਿਬ ਜੁਮਲੇ ਸੁਣਿਓ, ਕਹਿਣ ਲੱਗੀ ਮੈਂ ਆਪਣੇ ਪੁੱਤਰ ਨੂੰ ਆਖਿਆ ਮੈਨੂੰ ਇੱਕ ਵਾਰੀ ਮੇਰੇ ਅੱਬੇ ਦੀ ਕਬਰ 'ਤੇ ਲੈ ਜਾ, ਮੈਂ ਆਪਣੇ ਘਰ ਨਹੀਂ ਜਾਵਾਂਗੀ, ਭਰਾਵਾਂ ਕੋਲ ਨਹੀਂ ਜਾਵਾਂਗੀ, ਬਾਹਰੋਂ ਬਾਹਰ ਕਬਰਸਤਾਨ ਸੀ ਪਿੰਡ ਦਾ, ਉਹਨੇ ਪੁੱਤਰ ਨੂੰ ਮੋਟਰਸਾਈਕਲ 'ਤੇ ਨਾਲ ਲਿਆ। ਬਾਬਾ ਜੀ ਜੁਮਲੇ ਸੁਣਿਓ, ਗੱਲ ਬੜੀ ਕੀਮਤੀ ਹੈ, ਉਹਨੇ ਪੁੱਤਰ ਨੂੰ ਨਾਲ ਲਿਆ, ਪੁੱਤਰ ਨੂੰ ਨਾਲ ਲੈ ਕੇ ਬਾਹਰੋਂ ਬਾਹਰ ਅੱਜ ਵੀਰਾਂ ਦੇ ਘਰ ਨਹੀਂ ਆਈ, ਅੱਜ ਭਰਾਵਾਂ ਦੇ ਘਰ ਨਹੀਂ ਆਈ, ਭੈਣ ਬਾਹਰੋਂ ਬਾਹਰ ਹੀ ਕਬਰਸਤਾਨ ਗਈ, ਅਤੇ ਕਬਰਸਤਾਨ ਜਾ ਕੇ ਨਾ ਅੱਬੇ ਦੀ ਕਬਰ 'ਤੇ ਇੰਨਾ ਰੋਈ, ਹਾਏ ਹਾਏ ਇੰਨਾ ਰੋਈ, ਅਤੇ ਰੋ ਕੇ ਪਤਾ ਕੀ ਆਉਂਦੀ ਹੈ, ਬਾਬਲਾ ਜਿਸ ਘਰ ਤੇਰੀ ਉਂਗਲ ਫੜ ਕੇ ਖੇਡਦੀ ਰਹੀ ਹਾਂ, ਜਿਸ ਘਰ ਤੂੰ ਮੈਨੂੰ ਮੋਢਿਆਂ 'ਤੇ ਚੁੱਕਦਾ ਰਹੇ ਹੈ, ਉਹੀ ਘਰ ਅੱਜ ਤੇਰੀ ਧੀ ਵਾਸਤੇ ਬੇਗਾਨਾ ਹੋ ਗਿਆ। ਅੱਲਾ ਦੀ ਇੱਜ਼ਤ ਦੀ ਕਸਮ, ਸਾਰਾ ਪਿੰਡ ਪਿਆ ਸੁਣਦਾ, ਕਦੀ ਧੀ ਨੂੰ ਥੱਪੜ ਨਾ ਮਾਰੀ,
ਮੈਂ ਹੱਥ ਬੰਨਾ ਪਿਆ, ਕਦੀ ਬੇਟੀ ਨੂੰ ਝਿੜਕ ਨਾ ਮਾਰੀ, ਜਿੰਨੀ ਮਰਜ਼ੀ ਵੀ ਗਲਤੀਆਂ ਕਰੇ ਨਾ, ਇਹਨਾਂ ਸਦਾ ਤੇ ਤੇਰੇ ਵਿਹੜੇ ਨਹੀਂ ਰਹਿਣਾ, ਪੁੱਤਰਾਂ ਨੇ ਤੇਰੇ ਕੋਲ ਰਹਿਣਾ, ਇਹਨਾਂ ਧੀਆਂ ਨੇ ਪਰਦੇਸ਼ ਨਾ ਹੋ ਜਾਣਾ, ਇਹਨਾਂ ਧੀਆਂ ਨੇ ਤੇਰੇ ਵਿਹੜਿਓਂ ਟੁਰ ਜਾਣਾ। ਆਲਾਲੇ ਐਲਾਨ ਇਸੇ ਵਾਸਤੇ ਸੁਲਤਾਨੀ ਅੱਜ ਬੁੱਢੇ ਪਿੰਡ ਵਿੱਚ ਬਹਿ ਕੇ ਆਲਾਲੇ ਐਲਾਨ ਕਹਿ ਰਿਹਾ, ਅੱਲਾਹ ਦੀ ਰਹਿਮਤ, ਇੱਥੇ ਸੁਣਨੇ ਨਹੀਂ ਹੁਣ ਜੁਮਲੇ, ਅੱਲਾਹ ਦੀ ਰਹਿਮਤ ਹੁੰਦੀਆਂ ਨੇ। ਬਾਬਾ ਜੀ ਤਕਰੀਰ ਨੇੜੇ ਲੈ ਗਿਆ, ਮੇਰੇ ਵੱਲ ਵੇਖੀ, ਅੱਲਾਹ ਦੀ ਰਹਿਮਤ ਹੁੰਦੀਆਂ ਨੇ, ਧੀਆਂ ਪਰੌਣੀਆਂ ਹੁੰਦੀਆਂ, ਬਾਬਾ ਜੀ ਧੀਆਂ ਤੇ ਪਰੌਣੀਆਂ ਹੁੰਦੀਆਂ ਨੇ, ਅੱਲਾਹ ਦੀ ਰਹਿਮਤ ਹੁੰਦੀਆਂ ਨੇ। ਆਏ ਹਾਏ ਅੱਲਾਹ, ਜਿਹਦੇ ਵਿਹੜੇ ਧੀ ਉਹ ਮੇਰੇ ਜੁਮਲੇ ਸੁਣੇਗਾ, ਅੱਲਾਹ ਦੀ ਰਹਿਮਤ ਹੁੰਦੀਆਂ ਨੇ, ਧੀਆਂ ਪਰੌਣੀਆਂ ਹੁੰਦੀਆਂ ਨੇ, ਬਾਬਾ ਜੀ ਧੀਆਂ ਤੇ ਪਰੌਣੀਆਂ ਹੁੰਦੀਆਂ ਨੇ। ਅਗਲਾ ਸ਼ੇਰ ਸੁਣੀ, ਮਾਂ ਨਾਲੇ ਵਫਾਵਾਂ ਕਰਦੀਆਂ ਨੇ, ਮਾਂ ਭੁੱਲ ਲਈ ਦੁਆਵਾਂ, ਬਾਬਾ ਜੀ ਮਾਂ ਭੁੱਲ ਲਈ ਦੁਆਵਾਂ ਕਰਦੀਆਂ ਨੇ, ਕਿਉਂ ਵੇੜੇ ਦੀ ਰੌਣਕ ਹੁੰਦੀਆਂ ਨੇ। ਆਏ ਹਾਏ ਬਾਬਾ ਜੀ ਮਿਲੇ ਸੁਣੀ, ਵੇੜੇ ਦੀ ਰੌਣਕ, ਅੱਜ ਵੀ ਬਾਪ ਅੱਧੀ ਰਾਤ ਨੂੰ ਵੇੜੇ ਆਵੇ, ਅੱਜ ਪੁੱਤਰ ਸੌ ਜਾਂਦੇ ਨੇ, ਅੱਜ ਸਾਰੇ ਸੌ ਜਾਂਦੇ ਨੇ, ਬੁੱਢੇ ਆਲੇ ਅੱਜ ਵੀ ਅੱਧੀ ਰਾਤ ਨੂੰ ਧੀ ਉੱਠ ਕੇ ਬਹਿ ਜਾਂਦੀ ਹੈ, ਅੱਜ ਵੀ ਧੀ ਉੱਠ ਕੇ ਬਹਿ ਜਾਂਦੀ ਹੈ, ਆਉਂਦੀ ਹੈ ਅੱਬੂ ਜੀ ਮੈਂ ਖਾਣਾ ਲੈ ਕੇ ਆਉਂਦੀ ਹਾਂ, ਅੱਬੂ ਜੀ ਪਾਣੀ ਲੈ ਕੇ ਆਉਂਦੀ ਹਾਂ, ਬਾਪ ਆਉਂਦਾ ਨਹੀਂ ਧੀਏ ਨਾ ਨਾ ਸੌ ਜਾ, ਆਉਂਦੀ ਹੈ ਨਹੀਂ ਅੱਬੂ ਜੀ ਮੈਂ ਤੇਰੀ ਪਸੰਦ ਦਾ ਖਾਣਾ ਬਣਾਇਆ, ਮੈਂ ਤੇਰੀ ਪਸੰਦ ਦੀ ਹਾਂਡੀ ਬਣਾਇਆ। ਸਜਣਾ ਕਿਹੜੇ ਮਾਣ ਆਉਂਦੇ ਨੇ, ਇਹਨਾਂ ਧੀਆਂ ਨੂੰ ਤੇਰੀ ਜ਼ਮੀਨ ਨਹੀਂ ਚਾਹੀਦੀ, ਇਹਨਾਂ ਧੀਆਂ ਨੂੰ ਤੇਰੀ ਫੈਕਟਰੀ ਨਹੀਂ ਚਾਹੀਦੀ, ਇਹਨਾਂ ਧੀਆਂ ਨੂੰ ਤੇਰੀ ਹਵੇਲੀ ਨਹੀਂ ਚਾਹੀਦੀ, ਇਹਦੇ ਪਿਓ ਦੀ ਵਾਰਸ ਹੁੰਦੀਆਂ ਨੇ, ਇਹਦੇ ਅੱਬੇ ਦੀ ਮਈਆ ਦੀ ਵਾਰਸ ਹੁੰਦੀਆਂ ਨੇ, ਇਹਦੇ ਮਾਂ ਦੀ ਮਈਆ ਦੀ ਵਾਰਸ ਹੁੰਦੀਆਂ ਨੇ। ਅੱਲਾ ਦੀ ਕਸਮ ਰੋਣ ਵਾਲਿਆ ਜੁਮਲੇ ਸੁਣਿਆ ਨੇ, ਅੱਜ ਤੇਰੀ ਬੇਟੀ ਜਿਹੜੀ ਚੀਜ਼ ਮੰਗੇ, ਓਏ ਮੈਂ 80-80 ਸਾਲ ਦੇ ਬਾਬੇ ਰੋਂਦੇ ਵੇਖੇ ਨੇ, ਆਂਦੇ ਨੇ ਕਾਰੀ ਸਾਹਿਬ ਅੱਜ ਦੀ ਵੇੜੇ ਕੋਈ ਨਹੀਂ, ਅੱਜ ਬੇਟੀ ਵੇੜੇ ਕੋਈ ਨਹੀਂ, ਅੱਜ ਵੇੜਾ ਸੁੰਜਾ ਹੋ ਗਿਆ ਵੇ, ਅੱਜ ਘਰ ਸੁੰਜਾ ਹੋ ਗਿਆ। ਸਜਣਾ ਧੀਆਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ, ਧੀਆਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ, ਧੀਆਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ। ਕਦੀ ਬੇਟੀ ਨੂੰ ਥੱਪੜ ਨਾ ਮਾਰਿਆ ਰੇ, ਕਦੀ ਬੇਟੀ ਨੂੰ ਗਾਲੀ ਨਾ ਦਿਆ ਰੇ, ਕਦੀ ਬੇਟੀ ਨੂੰ ਝਿੜਕ ਨਾ ਮਾਰਿਆ ਰੇ, ਅੱਜ ਪਿਓ ਸੋਧੀਆ ਪਰੇਸ਼ਾਨ ਹੋਏ। ਹੇ ਸਜਣਾ ਧੀਆਂ ਮੁਸੱਲੇ ਪਾ ਲੈਂਦੀਆਂ ਨੇ, ਆਉਂਦੀਆਂ ਨੇ ਮੌਲਾ ਮੇਰੇ ਪਾਪਾ ਦੀ ਖੈਰ ਹੋਵੇ, ਯਾ ਅੱਲਾ ਮੇਰੇ ਅੱਬੂ ਦੀ ਖੈਰ ਹੋਵੇ, ਯਾ ਅੱਲਾ ਮੇਰੇ ਬਾਬੇ ਦੀ ਖੈਰ ਹੋਏ। ਓਏ ਸਜਣਾ
ਹੋਏ ਅੱਜ ਤੀਆਂ ਰੁੱਸ ਗਈਆਂ ਨੇ, ਅੱਜ ਤੀਆਂ ਰੁੱਸ ਗਈਆਂ ਨੇ, ਹੋਏ ਅੱਜ ਵੀਰ ਵੀ ਛੱਡ ਗਏ ਨੇ, ਅੱਜ ਰਿਸ਼ਤੇਦਾਰ ਵੀ ਛੱਡ ਗਏ ਨੇ, ਅੱਜ ਤਲਕ ਵਾਲੇ ਵੀ ਛੱਡ ਗਏ ਨੇ, ਪਰ ਸੁਲਤਾਨੀ ਅਲਲ ਐਲਾਨ ਕਹਿ ਰਿਹਾ ਏ ਅੱਲਾਹ ਦੀ ਰਹਿਮਤ ਆਉਂਦੀਆਂ ਨੇ, ਇੱਧਰ ਵੇਖਣਾ ਈ ਅੱਲਾਹ ਦੀ ਰਹਿਮਤ ਆਉਂਦੀਆਂ ਨੇ ਬਾਬਾ ਜੀ ਅੱਲਾਹ, ਐ ਮੇਰੀਆਂ ਧੀਆਂ ਮੇਰੇ ਸਾਹਮਣੇ ਖਲੋਦੀਆਂ ਨੇ, ਹੇ ਪਰਦੇਸਣਾ ਆਉਂਦੀਆਂ ਜੇ, ਹੇ ਪਤਾ ਨਹੀਂ ਲੱਗਦਾ ਇਹਨਾਂ ਕਦੋਂ ਜਵਾਨ ਹੋ ਜਾਣਾ ਏ, ਬਾਬਾ ਜੀ ਦਿਨਾਂ ਵਿੱਚ ਜਵਾਨ ਹੋ ਜਾਂਦੀਆਂ ਨੇ, ਧੀਆਂ ਵਿੱਚ ਪਿਓ ਦੇ ਵੇੜੀਓ ਡੋਲੀ ਉੱਠ ਜਾਂਦੀ ਏ, ਹੇ ਪਿਓ ਰੋਂਦੇ ਰਹਿੰਦੇ ਨੇ, ਭਰਾ ਰੋਂਦੇ ਰਹਿੰਦੇ ਨੇ, ਰੋ ਰੋ ਕੇ ਆਉਂਦੇ ਨੇ ਅੱਲਾਹ ਹਾਦੀਰ, ਆਏ ਹਾਏ ਹਾਏ ਜੁਮਲੇ ਵੱਡੇ ਨੀ, ਜੁਮਲੇ ਵੱਡੇ ਨੀ, ਅੱਲਾਹ ਹਾਦੀਰ ਰਹਿਮਤ ਆਉਂਦੀਆਂ ਨੇ, ਪਿੰਡ ਵਾਲਿਆ ਇੱਧਰ ਵੇਖੀ ਅੱਲਾਹ ਹਾਦੀਰ ਰਹਿਮਤ ਆਉਂਦੀਆਂ ਨੇ, ਧੀਆਂ ਹੇ ਪਰੋਣੀਆਂ ਹੁੰਦੀਆਂ ਨੇ, ਬਰੋਣੀਆਂ ਹੁੰਦੀਆਂ ਨੇ, ਇੱਧਰ ਜੁਮਲੇ ਸੁਣੇ, ਨਾ ਸ਼ਿਕਵਾ, ਆ ਬੜਾ ਵੱਡਾ ਸ਼ੇਰੀ, ਨਾ ਸ਼ਿਕਵਾ ਕਰੇ ਤਕਦੀਰਾਂ ਦਾ, ਹਾਏ ਹਾਏ ਹਾਏ, ਬੜਾ ਮਾਣ ਇਹਨਾਂ ਨੂੰ ਵੀਰਾਂ ਦਾ, ਬੜਾ ਮਾਣ ਇਹਨਾਂ ਨੂੰ ਵੀਰਾਂ ਦਾ, ਹੈ ਬੜਾ ਮਾਣ ਇਹਨਾਂ ਨੂੰ ਵੀਰਾਂ ਦਾ, ਕਿਉਂ ਵੀਰਾਂ ਦੀ ਇੱਜ਼ਤ ਹੁੰਦੀਆਂ ਨੇ, ਧੀਆਂ ਪਰੋਣੀਆਂ ਹੁੰਦੀਆਂ ਨੇ, ਬਾਬਾ ਜੀ ਧੀਆਂ ਪਰੋਣੀਆਂ ਹੁੰਦੀਆਂ ਨੇ, ਧੀਆਂ ਪਰੋਣੀਆਂ ਹੁੰਦੀਆਂ ਨੇ, ਇਹ ਬੇਟੀ ਤੇ ਬਾਪ ਤਵੱਜੋ ਕੀਤੀ, ਮਹਿਫਲ ਆਈ ਹੈ ਕਿ ਨਹੀਂ ਆਈ, ਲੋਕ ਆਏ ਨੇ ਕਿ ਨਹੀਂ ਆਏ, ਕਿਬਲਾ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਕੇ ਨਾ ਕਹੇ ਨਾ ਤਾਲਿਆ, ਜੇ ਤੇਰੇ ਅੰਦਰ ਦਰਦ ਨਹੀਂ ਨਾ ਤੇ ਤੇਰੇ ਜੀਣ ਦਾ ਵੀ ਮਕਸਦ ਕੋਈ ਨਹੀਂ, ਬਾਬਾ ਰੋਂਦਾ ਹੋਵੇ ਜਿਹਦਾ ਦਿਲ ਨਰਮ ਹੋਵੇ, ਅਤੇ ਜਿਹੜਾ ਸਖਤ ਦਿਲ ਪੱਥਰ ਦਿਲ ਹੋਵੇ ਉਹ ਤਾਂ ਜੋ ਮਰਜ਼ੀ ਵੀ ਉਹਨੂੰ ਸੁਣਾ ਛੱਡੋ ਉਹਦੇ 'ਤੇ ਅਸਰ ਕੋਈ ਨਹੀਂ, ਤਕਰੀਰ ਦਾ ਅਸਰ ਲੈ ਕੇ ਉੱਠੋ, ਬਿਆਨ ਦਾ ਅਸਰ ਲੈ ਕੇ ਉੱਠੋ, ਇਹ ਪੁੱਤਰ ਨੂੰ ਕਦੀ ਕਦੀ ਮੇਰੇ ਵੱਲ ਵੇਖਿਓ, ਇਹ ਕਦੀ ਕਦੀ ਥੱਪੜ ਮਾਰ ਲਓ ਨਾ ਪੁੱਤਰ ਨੂੰ ਤਾਂ ਕੋਈ ਗੱਲ ਨਹੀਂ, ਸਮਝਾਉਣਾ ਪੈਂਦਾ, ਝਿੜਕਣਾ ਪੈਂਦਾ ਪੁੱਤਰ ਨੂੰ, ਪਰ ਬੁੱਢੇ ਵਾਲਿਆ ਸਾਰੀ ਜ਼ਿੰਦਗੀ ਧੀ 'ਤੇ ਹੱਥ ਨਾ ਚੁੱਕੀ, ਮੈਂ ਹੱਥ ਪਿਆ ਬੰਨਣਾ, ਉਸ ਹੁਸੈਨ ਇਬਨ ਅਲੀ ਨੂੰ ਪੁੱਛ, ਅੱਜ 3 ਮੁਹਰਮ ਹੈ ਨਾ ਜੀ, ਕਿਬਲਾ ਇਹ 10 ਮੁਹਰਮ ਕਰੀਬ ਹੈ, ਮੇਰਾ ਦਿਲ ਲੈ ਕੇ ਮੈਂ ਕਰਬਲਾ ਦੇ ਸੱਯਦ ਦਾ ਜ਼ਿਕਰ ਕਰ ਛੱਡਾਂ ਵਿੱਚ, ਇੱਕ ਵਾਰੀ ਬੋਲੋ ਹਾਂ ਸੁਬਹਾਨ ਅੱਲਾ, ਸੱਜਾ ਹੱਥ ਬੁਲੰਦ ਕਰਕੇ ਬੋਲ ਸੁਬਹਾਨ ਅੱਲਾ,
ਜਿਹੜਾ ਆਲੇ ਨਬੀ ਦਾ ਨਹੀਂ ਉਹ ਮੁਸਤਫਾ ਦਾ ਨਹੀਂ, ਜਿਹੜਾ ਮੁਸਤਫਾ ਦਾ ਨਹੀਂ ਉਹ ਅੱਲਾਹ ਦਾ ਨਹੀਂ। ਹਜ਼ਰਤ ਇਮਾਮ ਹੁਸੈਨ ਦੇ ਗਮ ਦੇ ਅੰਦਰ ਕਾਇਨਾਤ ਰੋਈ ਹੈ। ਬਾਬਾ ਜਨਾਬ ਸਕੀਨਾ ਦੀ 6 ਸਾਲ ਦੀ ਉਮਰ, ਇੱਧਰ ਤਵੱਜੋ ਕਰੀ, ਤੇਰਾ ਮਜਮਾ ਹਿੱਲ ਗਿਆ, ਦਿਲ ਦੇ ਅੱਥਰੂ ਆ ਗਏ, ਅੱਖਾਂ ਦੇ ਅੱਥਰੂ ਆ ਗਏ, ਇਹ ਹੀ ਮੇਰੀ ਮਿਹਨਤ ਸੀ ਜਿਹੜੀ ਕਬੂਲ ਹੋ ਗਈ ਹੈ। ਬੱਚਿਆ ਥੱਲੇ ਬਹਿ ਜਾ ਪੁੱਤਰ, ਇੱਧਰ ਤਵੱਜੋ ਕਰਿਓ। ਬਾਬਾ 6 ਸਾਲ ਜਦੋਂ ਹੋ ਸੰਭਾਲੀ ਨਾ ਥੋੜ੍ਹੀ ਜਿਹੀ ਜਨਾਬ ਸਕੀਨਾ ਨੇ, ਅਤੇ ਜਨਾਬ ਸਕੀਨਾ ਜਦੋਂ ਵੀ ਸੁੱਤੀਆਂ ਨੇ ਨਾ, ਹਜ਼ਰਤ ਇਮਾਮ ਹੁਸੈਨ ਦੇ ਸੀਨੇ 'ਤੇ ਸੁੱਤੀਆਂ ਨੇ। ਅੱਜ ਵੀ ਇਹ ਜਿਹੜੇ ਭਾਈ ਮੇਰੇ ਬੈਠੇ ਹੋ ਸ਼ਾਦੀਸ਼ੁਦਾ ਹੋ ਤੁਸੀਂ ਵੀ, ਇਹ ਛੱਤਾਂ 'ਤੇ ਮੇਰੀਆਂ ਮਾਵਾਂ ਭੈਣਾਂ ਵੀ ਸੁਣਦੀਆਂ ਪਈਆਂ ਨੇ, ਇੱਧਰ ਵੇਖਿਓ। ਅੱਬਾ ਥੱਕਿਆ ਹੋਵੇ ਨਾ, ਥੱਕਿਆ, ਮਿਸਤਰੀਆਂ ਪਿੱਛੇ ਕੰਮ ਕੀਤਾ ਸੂ, ਪਹਿਲੀ 'ਚ ਕੰਮ ਕੀਤਾ, ਹੁਣ ਮੂੰਜੀ ਦੇ ਦਿਨ ਨੇ। ਮੈਂ ਕਹਿੰਦਾ ਬੜੀ ਹਿੰਮਤ ਲੋਕਾਂ ਦੀ, ਮੂੰਜੀ ਦੇ ਦਿਨਾਂ ਵਿੱਚ ਵੀ ਇੰਨਾ ਮਜਮਾ ਜਮ੍ਹਾਂ ਹੋ ਗਿਆ, ਇੰਨੇ ਲੋਕ ਆ ਗਏ ਨੇ, ਤੁਹਾਡੀ ਮਿਹਰਬਾਨੀ ਹੈ ਜਨਾਬ, ਅੱਲਾਹ ਤੁਹਾਡਾ ਬੈਠਣਾ ਕਬੂਲ ਫਰਮਾਏ। ਇਹ ਘਰ ਵਾਲਿਆਂ ਦੀ ਮਿਹਨਤ ਅੱਜ ਉਹਨਾਂ ਆਪਣੇ ਅੱਬੂ ਦੀ ਯਾਦ ਕਰਾਈ ਹੈ। ਬਾਬਾ ਜ਼ਿੰਦਗੀ 'ਚ ਧੀ ਨੂੰ ਥੱਪੜ ਨਹੀਂ ਮਾਰਨਾ, ਧੀ 'ਤੇ ਹੱਥ ਨਹੀਂ ਚੁੱਕਣਾ। ਇੱਕ ਵਾਰੀ ਪਿਓ ਦਾਬਾ ਮਾਰ ਛੜੇ ਨਾ ਧੀ ਨੂੰ, ਅਤੇ ਪੂਰੇ 2 ਦਿਨ ਰੋਂਦਿਆਂ ਚੁੱਪ ਨਹੀਂ ਕਰਦੀ। ਮਾਂ ਦੀ ਕੋਈ ਗੱਲ ਨਹੀਂ ਤੇ ਰੱਬ ਹੈ, ਆਂਦੀ ਨਹੀਂ ਮੈਨੂੰ ਅੱਬੂ ਨੇ ਕਦੀ ਕੁਛ ਕਿਹਾ ਹੀ ਨਹੀਂ ਨਾ, ਮੈਨੂੰ ਅੱਬੂ ਨੇ ਕਦੀ ਝਿੜਕ ਹੀ ਨਹੀਂ ਨਾ ਮਾਰੀ। ਬਾਬਾ ਜੀ ਨੇ ਕਦੀ ਕੁਛ ਨਾ ਕਿਹਾ ਹੋਵੇ ਤਾਂ ਉਹ ਜਦੋਂ ਕਹਿੰਦਾ ਨਾ, ਫਿਰ ਅਗਲੇ ਨੂੰ ਬੜਾ ਦੁੱਖ ਲੱਗਦਾ। ਤੇਰੀ ਧੀ ਹੈ ਨਾ, ਆਪਣੀ ਬੇਗਮ ਨੂੰ ਵੀ ਕਹੋ, ਆਪਣੀ ਬੁੱਢੀ ਨੂੰ ਵੀ ਕਹੋ ਕਿ ਇਹਨਾਂ ਧੀਆਂ ਨੂੰ ਨਾ ਮਾਰਿਆ ਕਰਿਆ, ਪੁੱਤਰਾਂ ਨੂੰ ਕੁਝ ਕਹਿ ਲੈ ਕਹਿਣਾ। ਇਹ ਬਾਬਾ ਜੀ ਪੁੱਤਰ ਕੋਈ ਗੱਲ ਨਹੀਂ, ਇਹਨਾਂ ਇੱਥੇ ਹੀ ਰਹਿਣਾ, ਧੀਆਂ ਪਰਦੇਸਣਾਂ ਨੇ, ਕੀ ਯਾਦ ਕਰਨਗੀਆਂ ਤੇਰੇ ਵਿਹੜੇ ਦਾ ਕਿ ਸਾਰੀ ਜ਼ਿੰਦਗੀ ਸਾਡਾ ਅੱਬਾ ਸਾਨੂੰ ਝਿੜਕਦਾ ਰਿਹਾ ਸੀ, ਅਗਲੇ ਵਿਹੜਿਓਂ ਪਤਾ ਨਹੀਂ ਸਹੁਰਿਆਂ ਨੇ ਇਹਦੇ ਨਾਲ ਕੀ ਸਲੂਕ ਕਰਨਾ, ਅੱਗੋਂ ਪਤਾ ਨਹੀਂ ਸਹੁਰੇ ਨੇ ਪਿਓ ਬਣਨਾ ਕਿ ਨਹੀਂ ਬਣਨਾ, ਸੱਸ ਨੇ ਮਾਂ ਬਣਨਾ ਕਿ ਨਹੀਂ ਬਣਨਾ। ਤੂੰ ਤਾਂ ਇੰਨਾ ਪਿਆਰ ਦੇ ਨਾ ਆਪਣੀ ਧੀ ਨੂੰ ਕਿ ਇਹਨੂੰ ਅਗਲੇ ਘਰ ਜਾ ਕੇ ਬਾਬਾ ਜੀ ਦੁੱਖ ਹੀ ਨਾ ਹੋਵੇ, ਹਸਰਤ ਹੀ ਨਾ ਹੋਵੇ ਕਿ ਮੈਨੂੰ ਪਿਆਰ ਨਹੀਂ ਮਿਲਿਆ, ਇੰਝ ਪਿਆਰ ਦੇ ਅਤੇ ਮੈਂ ਆਪਣੇ ਭਰਾਵਾਂ ਅੱਗੇ ਹੱਥ ਬੰਨਾਂ। ਗੱਲ ਸੁੱਟ ਨਾ ਭਾਈ, ਧੀਆਂ ਕਿਸੇ ਇੱਕ ਕੁਰਾਨ ਪੜਿਆ, 2 ਆਪਣੇ ਬੱਚਿਆਂ ਨੂੰ ਵੀ ਕਿਹਾ, ਆਪਣੀਆਂ ਧੀਆਂ ਨੂੰ ਵੀ ਕਿਹਾ ਤੁਹਾਡੇ ਨਾਨੇ ਦਾ ਖਤਮ ਵੀ ਆਉਂਦਾ ਅਤੇ ਕੁਝ ਪੜ੍ਹੋ, ਅਤੇ ਪੜ੍ਹ ਕੇ ਲੈ ਕੇ ਆਉਂਦੀਆਂ ਨੇ ਅਤੇ ਆ ਕੇ ਆਉਂਦੀਆਂ ਘਰ ਰੋਂਦੀਆਂ ਨੇ, ਜਦੋਂ ਬਾਬਲ ਦਾ ਵਿਹੜਾ ਵਹਿੰਦੀਆਂ ਨੇ ਨਾ, ਜਦੋਂ ਅੱਬੇ ਦਾ ਵਿਹੜਾ ਵਹਿੰਦੀਆਂ ਨੇ ਫਿਰ ਰੋਂਦੀਆਂ ਨੇ, ਪਿਓ ਦੀ ਵੇਲੀ ਵਹਿੰਦੀਆਂ ਨੇ, ਮਾਂ ਦਾ ਉਹ ਗੁਲਸ਼ਨ ਵਹਿੰਦੀਆਂ ਨੇ, ਮਾਂ ਵੀ ਕੋਈ ਨਹੀਂ ਅਤੇ ਬਾਪ ਵੀ ਕੋਈ ਨਹੀਂ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਕਾਇਨਾਤ ਆਲਿਆ, ਹਲਲ ਐਲਾਨ, ਸੋਹਣੀ ਮਹਿਫਿਲ ਲੱਗ ਗਈ, ਸੋਹਣਾ ਤੁਸੀਂ ਸੁਣਿਆ, ਇਹ ਹੀ ਮੇਰੀ ਨੀਯਤ ਸੀ ਔਰ ਇਹ ਮੇਰੀ ਮੁਰਾਦ ਸੀ ਜਿਹੜੀ ਤੁਸੀਂ ਪੂਰੀ ਕੀਤੀ। ਥੋੜ੍ਹਾ ਟਾਈਮ ਹੈ, ਆਖਰੀ ਗੱਲ ਕਰਨ ਲੱਗਾ। ਧੀ ਜਦੋਂ ਬਾਪ ਦੇ ਵਿਹੜੇ ਆਉਂਦੀ ਹੈ ਨਾ, ਤਾਂ ਰੋਂਦੀ ਕਿਉਂ ਮੈਂ, ਰੋਂਦੀ ਕਿਉਂ ਮੈਂ, ਪਤਾ ਮੈਂ ਤੁਹਾਨੂੰ ਦੱਸਾਂ ਕਿਉਂ ਰੋਂਦੀ। ਇੱਧਰ ਵੇਖੋ ਬਾਬਾ ਜੀ, ਜਿਹਦੇ ਨਾਲ ਚੋਖਾ ਪਿਆਰ ਹੋਵੇ ਨਾ, ਜਿਹਦੇ ਨਾਲ ਚੋਖਾ ਪਿਆਰ ਹੋਵੇ, ਜਨਾਬ ਸੈਯਦਾ ਸਕੀਨਾ ਇਹ ਸੁਣੀ, ਜਦੋਂ ਪਿਓ ਦੀ ਲਾਸ਼ 'ਤੇ ਗਈਆਂ ਨੇ 10ਵੀਂ ਮੁਹਰਮ ਨੂੰ, ਪਿਛਲਾ ਟਾਈਮ ਦਾ ਵੇਲਾ, ਸੂਰਜ ਗਰੂਬ ਹੋ ਰਿਹਾ, ਬੁੱਢੇ ਵਾਲਿਓ, ਬਾਪ ਦੀ ਲਾਸ਼ 'ਤੇ ਨਾ ਸੀਨਾ ਵੇਖਿਆ ਨਾ ਜਿੱਥੇ ਸੌਂਦੀ ਰਹੀ ਸੀ ਸਕੀਨਾ, ਅਤੇ ਸੀਨੇ 'ਤੇ ਤੀਰਾਂ ਦੀਆਂ ਬਾਰਿਸ਼ਾਂ ਹੋਈਆਂ ਨੇ ਮੇਰੇ ਇਮਾਮ ਦੀ। ਸਕੀਨਾ ਰੋ ਕੇ ਬਾਬੇ ਦੇ ਪੈਰਾਂ 'ਚ ਨਾ ਬਹਿ ਗਈ, ਧੀ ਸੀ ਨਾ ਛੋਟੀ ਬੱਚੀ ਸੀ, ਅਤੇ ਪੈਰਾਂ ਨੂੰ ਚੁੰਮ ਕੇ ਆਉਂਦੀ, ਬਾਬਲਾ ਸਾਰੀ ਜ਼ਿੰਦਗੀ ਸੀਨੇ 'ਤੇ ਸੁਲਾਉਂਦਾ ਰਿਹਾ, ਚੱਲ ਕੋਈ ਗੱਲ ਨਹੀਂ, ਅੱਜ ਤੇਰੇ ਸੀਨੇ 'ਤੇ ਜਗ੍ਹਾ ਕੋਈ ਨਹੀਂ, ਮੈਂ ਤੇਰੇ ਪੈਰਾਂ ਵਿੱਚ ਹੀ ਸੋ ਜਾਂਦੀ ਹਾਂ, ਮੈਂ ਤੇਰੇ ਕਦਮਾਂ ਵਿੱਚ ਹੀ ਸੋ ਜਾਂਦੀ ਹਾਂ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ ਹੁਸੈਨੀਓ,
ਆਲੇ ਨਬੀ ਨਾਲ ਪਿਆਰ ਕਰਨ ਵਾਲੇ ਆ ਜੁਮਲੇ ਸੁਣੀ। ਥੋੜ੍ਹੀ ਦੇਰ ਗੁਜ਼ਰੀ ਅਤੇ ਜਨਾਬੇ ਜ਼ੈਨਬ ਲੱਭਦੀਆਂ ਪਿਰਦੀਆਂ ਨੇ, ਸਕੀਨਾ ਕਿੱਥੇ ਟੁਰ ਗਈ ਹੈ, ਮੇਰੀ ਸ਼ਹਜ਼ਾਦੀ ਮੇਰੇ ਵੀਰ ਦੀ ਨਿਸ਼ਾਨੀ ਕਿੱਥੇ ਟੁਰ ਗਈ ਹੈ। ਬਾਬਾ ਜੁਮਲੇ ਸੁਣਿਆ ਜੇ, ਰੋਂਦਿਆਂ ਰੋਂਦਿਆਂ ਜਦੋਂ ਵੀਰ ਦੀ ਲਾਸ਼ 'ਤੇ ਜਨਾਬੇ ਜ਼ੈਨਬ ਆਈਆਂ, ਜਨਾਬੇ ਜ਼ੈਨਬ ਨੇ ਆ ਕੇ, ਹਜ਼ਰਾਤ ਤਵੱਜੋ ਫਰਮਾਇਆ ਜੇ, ਜਨਾਬੇ ਜ਼ੈਨਬ ਨੇ ਆ ਕੇ ਉਹ ਪਿੱਛੋਂ ਦੀ ਫੇਰਾ ਲਾ, ਯਾਰ ਉਧਰ ਇੱਧਰ ਤਵੱਜੋ ਫਰਮਾਇਆ ਜੇ, ਜਨਾਬੇ ਜ਼ੈਨਬ ਜਦੋਂ ਵੀਰ ਦੀ ਲਾਸ਼ 'ਤੇ ਆਈਆਂ, ਆ ਕੇ ਵੇਖੀਆਂ ਅਤੇ ਜਨਾਬੇ ਹੁਸੈਨ ਦਾ ਲਾਸ਼ਾ ਬੇਗੋਰੋ ਕਫਨ ਪਿਆ ਹੋਇਆ। ਸਕੀਨਾ ਨੂੰ ਛੁਗ ਕੇ ਆਉਂਦੀ ਹੈ, ਸਕੀਨਾ ਤੇਰੀ ਅੱਖ ਦਾ ਥਰੂ ਆ ਗਿਆ, ਸੈਯਦ ਤੇਰੇ ਤੇ ਰਾਜ਼ੀ ਹੋ ਗਏ, ਕਰਬਲਾ ਦੇ ਸੈਯਦ ਤੇਰੇ ਤੇ ਰਾਜ਼ੀ ਹੋ ਗਏ, ਰੱਬੇ ਕਾਬਾ ਦੀ ਕਸਮ ਹੈ ਬੁੱਢੇ ਆਲਿਆ ਜੁਮਲੇ ਸੁਣਿਆ ਜੇ, ਉੱਥੇ ਫਿਰ ਮੇਰਾ ਇਮਾਨ ਡੋਲਿਆ, ਉੱਥੇ ਫਿਰ ਮੇਰਾ ਦੁੱਖ ਬੋਲਿਆ, ਜਦੋਂ ਜਾਂਦੀ ਵਾਰੀ ਰੱਬੇ ਕਾਬਾ ਦੀ ਕਸਮ ਹੈ ਅੱਜ ਹਰ ਸੁਨੀ ਦੀ, ਹਰ ਆਲੇ ਬੈਤ ਨਾਲ ਮੁਹੱਬਤ ਕਰਨ ਵਾਲੇ ਦੀ, ਕਰਬਲਾ ਨਾਲ ਮੁਹੱਬਤ ਕਰਨ ਵਾਲੇ ਦੀ ਇਹ ਸਦਾ ਹੈ। ਬਾਬਾ ਜੀ ਜਦੋਂ ਦੀ ਆਖਰੀ ਸਲਾਮ ਕਰਕੇ ਆਪਣੇ ਬਾਬ ਹੁਸੈਨ ਦੇ ਲਾਸ਼ ਤੋਂ ਦੌੜਦੀਆਂ ਜਾ ਰਹੀਆਂ ਨੇ, ਜਨਾਬੇ ਜ਼ੈਨਬ ਨੇ ਸਕੀਨਾ ਨੂੰ ਸੀਨੇ ਲਾਇਆ ਹੋਇਆ, ਫਰਮਾਇਆ ਨੀ ਸਕੀਨਾ ਹੁਣ ਬਾਪ ਦੀ ਲਾਸ਼ ਤੇ ਦੀਪੀ ਰੋਂਦੀ ਏ, ਹੁਣ ਅੱਬੇ ਦੀ ਲਾਸ਼ ਤੇ ਦੀਪੀ ਰੋਂਦੀ ਏ। ਹਜ਼ਰਾ ਜੁਮਲੇ ਸਮਾਧ ਕਰ ਜਾਇਆ ਨੇ, ਰੱਬੇ ਕਾਬਾ ਦੀ ਕਸਮ ਅਲਲ ਐਲਾਨ ਜੁਮਲੇ ਦੇ ਲਗਾਵਾਂ, ਜਦੋਂ ਬੇਟੀ ਰੋਂਦੀਆਂ ਰੋਂਦੀਆਂ ਆਈਆਂ ਨੇ, ਹੇ ਰੋਣ ਵਾਲਿਆ ਜ਼ਰਾ ਮੇਰੇ ਵੱਲ ਵੇਖਿਓ, ਟਾਈਮ ਥੋੜ੍ਹਾ ਆਵੇ, ਗੱਲਾਂ ਜ਼ਿਆਦਾ ਨੇ, ਹੇ ਬੇਟੀ ਰੋਂਦੀ ਜਾ ਰਹੀ ਏ, ਬਾਬੇ ਨੂੰ ਆਖਰੀ ਸਲਾਮ ਕਰਦੀ ਜਾ ਰਹੀ ਏ, ਹੁਸੈਨ ਇਬਨੇ ਅਲੀ ਨੂੰ ਆਖਰੀ ਸਲਾਮ ਕਰਦੀ ਜਾ ਰਹੀ ਏ, ਹੇ ਮੇਰਾ ਵੀ ਦਿਲ ਏ, ਅੱਜ ਮੈਂ ਬੁੱਢੇ ਪਿੰਡ ਵਿੱਚ ਆ ਗਏ, ਹਲਲ ਐਲਾਨ ਆਲੇ ਨਬੀ ਨਾਲ ਬਿਹਾਰ ਕਰਨ ਵਾਲਿਓ, ਕਰਬਲਾ ਦੇ ਸੈਯਦ ਨਾਲ ਬਿਹਾਰ ਕਰਨ ਵਾਲਿਓ, ਹਲਲ ਐਲਾਨ ਕਹਿ ਰਿਹਾ, ਇਹ ਦਿਲ ਵੀ ਹੁਸੈਨੀ ਹੈ, ਇੱਥੇ ਬੋਲਣਾ ਹੀ, ਇੱਕ ਵਾਰੀ ਸੱਜਾ ਹੱਥ ਬੁਲੰਦ ਕਰਨਾ ਹੀ, ਹੁਸੈਨ ਇਬਨੇ ਅਲੀ ਦੇ ਨਾਂ ਤੇ, ਇਹ ਦਿਲ ਵੀ ਹੁਸੈਨੀ ਹੈ, ਇਹ ਜਾ ਵੀ ਹੁਸੈਨ, ਆਏ ਹਾਏ ਹਾਏ, ਇੱਕ ਵਾਰੀ ਹੁਸੈਨ ਇਬਨੇ ਅਲੀ ਦਾ ਨਾਰਾ ਮਾਰਨਾ ਹੀ ਇੱਥੇ ਬਹਿ ਕੇ, ਇਹ ਦਿਲ ਵੀ ਹੁਸੈਨੀ ਹੈ, ਇਹ ਜਾ ਵੀ ਹੁਸੈਨੀ ਹੈ, ਇਹ ਦਿਲ ਵੀ ਹੁਸੈਨੀ ਹੈ, ਇਹ ਜਾ ਵੀ ਹੁਸੈਨੀ ਹੈ, ਅਲ ਹਮ ਦੇਖ ਆਪਣਾ ਤਾਂ, ਇਮਾਂ ਵੀ ਹੁਸੈਨੀ ਹੈ, ਅਲ ਹਮ ਦੇਖ ਆਪਣਾ ਤਾਂ, ਇਮਾਂ ਵੀ ਹੁਸੈਨ, ਹੁਸੈਨੀਅਤ, ਇੱਕ ਵਾਰੀ ਸੱਜਾ ਹੱਥ ਬੁਲੰਦ ਕਰਕੇ ਪੂਰੀ ਦੁਨੀਆ ਨੂੰ ਪਤਾ ਲੱਗੇ, ਹੁਸੈਨੀਅਤ, 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 ਯਜ਼ੀਦੀਅਤ, 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 ਮੇਰਾ ਹੁਸੈਨ ਕੱਲ ਵੀ ਜ਼ਿੰਦਾ ਏ, ਮੇਰਾ ਹੁਸੈਨ ਅੱਜ ਵੀ ਜ਼ਿੰਦਾ ਏ, ਕਰਬਲਾ ਦਾ ਸ਼ਾਹ ਸਵਾਰ ਕੱਲ ਵੀ ਜ਼ਿੰਦਾ ਏ, ਜ਼ੈਨਬ ਦਾ ਵੀਰ ਅੱਜ ਵੀ ਜ਼ਿੰਦਾ ਏ, ਕਰਬਲਾ ਦੀ ਜ਼ਮੀਨ ਦੱਸਦੀ ਏ। ਬਾਬਾ ਜੀ ਜਦੋਂ ਜਨਾਬੇ ਜ਼ੈਨਬ ਰੋਂਦੀਆਂ, ਆਪਣੀ ਵੀਰ ਦੀ ਲਾਸ਼ ਤੋਂ ਤੋਰ ਟੁਰੀ ਜਾ ਰਹੀਆਂ ਨੇ, ਨਾਲੇ ਰੋਂਦੀਆਂ ਨੇ ਨਾਲੇ ਆਉਂਦੀਆਂ ਨੇ, ਸ਼ਾਲਾ ਮਰਨ ਨਵੀ ਕਿਸ ਦੇ ਸੁਣੀ, ਹੇ ਸ਼ਾਲਾ ਮਰਨ, ਹੇ ਬੁੱਢੇ ਆਲਿਓ ਸ਼ਾਲਾ ਮਰਨ, ਨਵੀ ਕਿਸ ਦੇ ਤੇ ਨਹਾਣ ਨੀ ਮਾਣੀਆਂ, ਸੂਫੀ ਜੀ ਤੇ ਨਹਾਣ ਨੀ ਮਾਣੀਆਂ ਪੈਣਾ,
ਜਿਸ ਭੈਣ ਦਾ ਹੈ ਇੱਧਰ ਵੇਖੀ ਯਾਰ ਮੈਂ ਤਕਰੀਰ ਛੱਡ ਲਗਾ ਨੇੜੇ ਲੈ ਗਿਆ ਹੈ ਜਿਸ ਭੈਣ ਦਾ ਹੈ ਰਨਾ ਕੋਏ ਉਸ ਕੀ ਦੁਨੀਆ ਤੋਂ ਲੈਣਾ ਹਲੀ ਕਾ ਘਰ ਵੀ ਕਿਆ ਘਰ ਹੈ ਸੁਣੋ ਕਰਬਲਾ ਦਾ ਜ਼ਿਕਰ ਸੁਣੀ ਅੱਜ ਹਲੀ ਕਾ ਘਰ ਵੀ ਕਿਆ ਘਰ ਹੈ ਜਿਸ ਘਰ ਕਾ ਬੱਜਾ ਬੱਜਾ ਹਲੀ ਕਾ ਘਰ ਵੀ ਕਿਆ ਘਰ ਹੈ ਓਏ ਪਿੰਡ ਵਾਲਿਓ ਸੈਯਦ ਨਾਂ ਤੇ ਬੋਲਣਾ ਹਲੀ ਕਾ ਘਰ ਵੀ ਕਿਆ ਘਰ ਹੈ ਜਿਸ ਘਰ ਕਾ ਬੱਜਾ ਬੱਜਾ ਹਰੇ ਜਿਸੇ ਦੇਖੋ ਵਹੀ ਸ਼ੇਰੇ ਖੁਦਾ ਮਾਲੂਮ ਹੋਤਾ ਹੈ ਤਿੰਨ ਦਿਨ ਦੇ ਦਰਿਆਏ ਸੈਯਦ ਹੋਈਆਂ ਸਭ ਦੀਆਂ ਖੁਸ਼ੇਕ ਜ਼ਬਾਨਾਂ ਤਿੰਨ ਦਿਨ ਦੇ ਬਾਬਾ ਜੀ ਤਿੰਨ ਦਿਨ ਦੇ ਦਰਿਆਏ ਸੈਯਦ ਹੋਈਆਂ ਸਭ ਦੀਆਂ ਖੁਸ਼ੇਕ ਜ਼ਬਾਨਾਂ ਫੇਰ ਵੀ ਵਧ ਵਧ ਹੈ ਜਾਨਾ ਦਿੱਤੀਆਂ ਮੇਰੇ ਗਾਜ਼ੀ ਸ਼ੇਰ ਜਵਾਨਾ ਹੈ ਫੇਰ ਵੀ ਵਧ ਵਧ ਜਾਨਾ ਦਿੱਤੀਆਂ ਹੱਲਾ ਦੀ ਕਸਮ ਰੋਣ ਵਾਲਿਆ ਆਖਰੀ ਜੁਮਲੇ ਸੁਣ ਜਾਣੇ ਨੀ ਜਦੋਂ ਮੇਰੇ ਇਮਾਮ ਦੀ ਸਵਾਰੀ ਕਰਬਲਾ ਦੀ ਜ਼ਮੀਨ ਤੇ ਆਈ ਏ ਇੱਧਰ ਲੱਖਾਂ ਦੀਆਂ ਫੌਜਾਂ ਨੇ ਇੱਧਰ ਜ਼ੈਨਬ ਦਾ ਵੀਰ ਹੁਸੈਨ ਉੱਧਰ ਸ਼ਿਮਰ ਇੱਧਰ ਹੁਸੈਨ ਉੱਧਰ ਹੋਲੀ ਏ ਬਾਬਾ ਜੀ ਦਰਦੇ ਦਿਲ ਨਾਲ ਜੁਮਲੇ ਸੁਣਿਆ ਜੇ ਮੇਰੇ ਇਮਾਮ ਨੇ ਘੋੜਾ ਦੌੜਾਇਆ ਏ ਫਰਮਾਇਆ ਯਜ਼ੀਦੀਓ ਮੈਨੂੰ ਬੇਜਾਣੋ ਮੈਂ ਗਾਉਣਾ ਹੋਏ ਅੱਜ ਅੱਬੇ ਦਾ ਖਤਮ ਦਬਾਇਆ ਈ ਹੋਏ ਅੱਲਾ ਜ਼ੈਨਬ ਦੇ ਵੀਰ ਦਾ ਸਦਕਾ ਤੇਰੇ ਅੱਬੇ ਦੀ ਬਖਸ਼ਿਸ਼ ਫਰਮਾਵੇ ਹੋਏ ਅੱਲਾ ਤੇਰੇ ਵਾਲਦ ਦੀ ਬਖਸ਼ਿਸ਼ ਫਰਮਾਵੇ ਜੁਮਲੇ ਸੁਣਿਆ ਰੇ ਹੋਏ ਜੱਟ ਸਾਹਿਬ ਅੱਲਾ ਦੀ ਕਸਮ ਉਠਾ ਗਿਆ ਨਾ ਹੋਏ ਮੇਰੇ ਇਮਾਮ ਦਾ ਘੋੜਾ ਯਜ਼ੀਦੀਆਂ ਦੀਆਂ ਫੌਜਾਂ ਦੇ ਸਾਹਮਣੇ ਆਇਆ ਏ ਮੇਰੇ ਇਮਾਮ ਨੇ ਫਰਮਾਇਆ ਮੈਨੂੰ ਭੇਜਾਣੋ ਮੈਂ ਕੌਣ ਸ਼ਿਮਰ ਕਹਿਣ ਲਗਾ ਹੁਸੈਨ ਤੋਂ ਕੌਣ ਫਰਮਾਇਆ ਸ਼ਿਮਰ ਮੈਨੂੰ ਜਾਣ ਮੈਂ ਹੁਸੈਨ ਆਇਆ ਇੱਧਰ ਵੇਖਿਓ ਮੈਂ ਹੁਸੈਨ ਆਇਆ ਵਾਂ ਮੈਂ ਜ਼ੈਨਬ ਦਾ ਵੀਰ ਆਇਆ ਵਾਂ ਮੈਂ ਫਾਤਿਮਾ ਦਾ ਪੁੱਤਰ ਆਇਆ ਮੈਂ ਮੁਹੰਮਦ ਦਾ ਨਵਾਸਾ ਆਇਆ ਹੈ ਰੋਣ ਵਾਲਿਓ ਕਰਬਲਾ ਦੀ ਜੁਮਲੇ ਸੁਣਿਆ ਰੇ ਮੇਰੇ ਇਮਾਮ ਨੇ ਫਰਮਾਇਆ ਮੈਨੂੰ ਜਾਣੋ ਮੈਂ ਕੌਣ ਮੈਂ ਉਹ ਹੁਸੈਨ ਆਇਆ ਵਾਂ ਜਿਹਦੇ ਝੂਲੇ ਨੂੰ ਜਬਰੀਲ ਝੁਲਾਉਂਦਾ ਰਿਹਾ ਏ ਅਲਾਮਾ ਸਾਹਿਬ ਕੌਣ ਹੁਸੈਨ ਇਬਨ ਅਲੀ ਏ ਜਿਹਦੀ ਜ਼ੁਬਾਨ ਨਾਨਾ ਚੂਸਦਾ ਰਿਹਾ ਏ ਤੇ ਨਾਨੇ ਦੀ ਜ਼ੁਬਾਨ ਚੂਸਦਾ ਰਿਹਾ ਏ ਇਹ ਕੌਣ ਹੁਸੈਨ ਇਬਨ ਅਲੀ ਏ ਜਿਹਨੂੰ ਨਾਨਾ ਕੰਧਿਆਂ ਤੇ ਬਿਠਾ ਕੇ ਮਦੀਨੇ ਦੀਆਂ ਗਲੀਆਂ 'ਚ ਟੁਰਦਾ ਰਿਹਾ ਏ ਮੇਰੇ ਇਮਾਮ ਨੇ ਫਰਮਾਇਆ ਮੈਨੂੰ ਜਾਣੋ ਮੈਂ ਹੁਸੈਨ ਇਬਨ ਅਲੀ ਆਇਆ ਵਾਂ ਮੈਂ ਮਦੀਨੇ ਦਾ ਵਾਰਸ ਆਇਆ ਵਾਂ ਮੈਂ ਜੰਨਤ ਦਾ ਵਾਰਸ ਆਇਆ ਵਾਂ ਅੱਲਾ ਦੀ ਕਸਮ ਰੋਣ ਵਾਲਿਆ ਦਸ ਮੁਹਰਮ ਕਰੀਬ ਏ ਇਹ ਮੁਹਰਮ ਦਾ ਮਹੀਨਾ ਜਾਰੀ ਉਸਾਰੀ ਏ ਮੇਰੇ ਇਮਾਮ ਨੇ ਫਰਮਾਇਆ ਸ਼ਿਮਰ ਮੈਨੂੰ ਜਾਣ ਮੇਰੇ ਵੱਡੇ ਵੀਰ ਦਾ ਨਾਂ ਇਮਾਮੇ ਹਸਨ ਅਸੀਂ ਜੰਨਤ ਦੇ ਵਾਰਸ ਬਣ ਕੇ ਆਇਆ ਅਸੀਂ ਜੰਨਤ ਦੇ ਮਾਲਕ ਬਣ ਕੇ ਆਇਆ ਮੇਰੇ ਇਮਾਮ ਨਾਲ ਬਿਹਾਰ ਕਰਨ ਵਾਲਿਆ ਜੁਮਲੇ ਸੁਣਿਆ ਰੇ ਇਧਰੂ ਯਜ਼ੀਦੀਆਂ ਦੀਆਂ ਫੌਜਾਂ ਆ ਗਈਆਂ ਨੇ ਆਖਣ ਲੱਗੇ ਹੁਸੈਨ ਸਾਨੂੰ ਤਕਰੀਰ ਨਾ ਸੁਣਾ ਹੁਸੈਨ ਸਾਨੂੰ ਦੱਸ ਯਜ਼ੀਦ ਦੀ ਬੈਤ ਕਰੇਗਾ ਕਿ ਨਹੀਂ ਕਰੇਗਾ ਮੇਰੇ ਇਮਾਮ ਨੇ ਫਰਮਾਇਆ ਇੰਜ ਨਹੀਂ ਹੋਏਗਾ ਅਸੀਂ ਪਾਕ ਯਜ਼ੀਦ ਬਲੀਦ ਅਸੀਂ ਪਾਕ ਯਜ਼ੀਦ
ਸ਼ਹੀਦ ਬਲੀ ਦੇ ਕਦੀ ਬਾਤ ਬਲੀਦਾਂ ਦੇ ਹੱਥ ਤੇ ਬੈਤ ਨਹੀਂ ਕਰਦੇ। ਮੇਰੇ ਇਮਾਮ ਨੇ ਫਰਮਾਇਆ ਜੰਗ ਜਾਰੀ ਕਰੋ, ਬਾਬਾ ਜੀ ਜੰਗ ਜਾਰੀ ਹੋ ਗਈ ਏ। ਜਨਾਬੇ ਆਲੇ ਨਬੀ ਦੀ ਮੁਹੱਬਤ ਚ ਬਹਿਣ ਵਾਲਿਆ, ਮੇਰੇ ਹੁਸੈਨ ਦੇ ਗਮ ਚ ਰੋਣ ਵਾਲਿਆ, ਜੁਮਲੇ ਸੁਣਿਆ ਰੇ। ਮੇਰੇ ਇਮਾਮ ਨੇ ਤਲਵਾਰ ਉਠਾਈ ਏ, ਜਿਹੜਾ ਆ ਰਿਹਾ ਵਾਸਲੇ ਜਹਨਮ ਆ ਰਿਹਾ ਏ। ਅਲਾਮਾ ਸਾਹਿਬ ਅੱਜ ਅਲੀ ਦਾ ਸ਼ੇਰ ਆਇਆ ਏ, ਅਲਾਮਾ ਸਾਹਿਬ ਅੱਜ ਅਲੀ ਦਾ ਸ਼ੇਰ ਆਇਆ ਏ। ਹਜ਼ਰਾ ਜੁਮਲੇ ਸੁਣਿਆ ਰੇ, ਮੇਰੇ ਇਮਾਮ ਦੀ ਤਲਵਾਰ ਚੱਲ ਰਹੀ ਏ। ਹੋਏ ਗੂਫੀ ਵਾਸਲੇ ਜਹਨਮ ਆ ਰਹੇ ਨੇ, ਯਜ਼ੀਦੀ ਵਾਸਲੇ ਜਹਨਮ ਆ ਰਹੇ ਨੇ, ਇਸੇ ਵਾਸਤੇ ਅਲਲ ਇਲਾਨ ਸੁਲਤਾਨੀ ਕਹਿ ਰਿਹਾ ਏ। ਕਲਮੇ ਦੇ ਵਾਰਸਾਨਾ, ਇੱਕ ਵਾਰੀ ਹੱਥ ਬੁਲੰਦ ਕਰਨਾ ਹੀ ਹੁਸੈਨ ਪਾਕ ਦੇ ਨਾਂ ਤੇ, ਮੇਰੇ ਨਾਂ ਤੇ ਨਹੀਂ, ਕਰਬਲਾ ਤੇ ਸੈਯਦ ਦੇ ਨਾਂ ਤੇ, ਹੁਸੈਨ ਇਬਨ ਅਲੀ ਦੇ। ਵੇਖਿਓ ਕਲਮੇ ਦੇ ਵਾਰਸਾਨਾ, ਬਾਬਾ ਜੀ ਕਲਮੇ ਦੇ ਵਾਰਸਾਨਾ, ਸਾਡਾ ਸਲਾਮ ਹੋਵੇ ਆਏ ਹਾਏ। ਕਲਮੇ ਦੇ ਵਾਰਸਾਨਾ ਜੀ, ਬਾਬਾ ਅੱਲਾ ਤੇਰਾ ਹੱਥ ਸਲਾਮਤ ਰੱਖੇ। ਕਲਮੇ ਦੇ ਵਾਰਸਾਨਾ, ਕਿਆ ਮਾਹੌਲ ਏ, ਕਿਆ ਮਹਿਫਲ ਏ, ਇੱਥੇ ਸੈਯਦ ਦੀ ਨਜ਼ਰ ਹੋ ਗਈ ਜੁਮਲੇ ਸੁਣ ਯਾਰ। ਕਲਮੇ ਦੇ ਵਾਰਸਾਨਾ, ਸਾਡਾ ਸਲਾਮ ਹੋਵੇ, ਜੰਨਤ ਦੇ ਮਾਲਕਾਨਾ, ਜੰਨਤ ਦੇ ਮਾਲਕਾਨਾ, ਸਾਡਾ ਸਲਾਮ। ਇੱਕ ਵਾਰੀ ਹੁਸੈਨ ਇਬਨ ਅਲੀ ਦੇ ਨਾਂ ਤੇ ਕਲਮੇ ਦੇ ਵਾ, ਆਏ ਹਾਏ ਹਾਏ, ਕਿਆ ਬਾਤ ਏ ਤੁਹਾਡੀ ਯਾਰ। ਕਲਮੇ ਦੇ ਵਾਰਸਾਨਾ, ਸਾਡਾ ਸਲਾਮ ਹੋਵੇ, ਜੰਨਤ ਦੇ ਮਾਲਕਾਨਾ, ਸਾਡਾ ਹੁਸੈਨ ਇਬਨ ਅਲੀ ਜ਼ਿੰਦਾਬਾਦ, ਹੁਸੈਨ ਇਬਨ ਅਲੀ, ਹੁਸੈਨ ਇਬਨ ਅਲੀ, ਇੱਕ ਵਾਰੀ ਬੋਲਣਾ ਹੀ, ਹੁਸੈਨ ਇਬਨ ਅਲੀ ਜ਼ਿੰਦਾਬਾਦ, ਹੁਸੈਨ ਇਬਨ ਅਲੀ, ਹੁਸੈਨ ਇਬਨ ਅਲੀ, ਹੁਸੈਨ ਇਬਨ ਅਲੀ, ਪਤਾ ਲੱਗੇ ਯਜ਼ੀਦੀਆਂ ਨੂੰ। ਕਲਮੇ ਦੇ ਵਾਰਸਾਨਾ ਬਾਬਾ, ਕਲਮੇ ਦੇ ਵਾਰਸਾਨਾ, ਸਾਡਾ ਸਲਾਮ ਹੋਵੇ, ਮੁੱਕ ਗਈ ਮਹਿਫਲ। ਕਲਮੇ ਦੇ ਵਾਰਸਾਨਾ, ਸਾਡਾ ਸਲਾਮ ਹੋਵੇ, ਜੰਨਤ ਦੇ ਮਾਲਕਾਨਾ, ਜੰਨਤ ਦੇ ਮਾਲਕਾਨਾ, ਸਾਡਾ ਸਲਾਮ ਹੋਵੇ। ਇਸੇ ਆਲ ਦੀ ਵਜ੍ਹਾ ਤੋਂ ਅਸਾਂ ਬਖਸ਼ਿਆ ਜਾਣਾ, ਨਬੀ ਪਾਕ ਦੀ ਆਲ ਦੀ ਵਜ੍ਹਾ ਤੋਂ ਬਖਸ਼ੇ ਜੇ। ਹੋਰ ਸਾਡੀਆਂ ਨਮਾਜ਼ਾਂ ਇਸ ਲੈ ਕੇ ਹਨ, ਸਾਡੀਆਂ ਦਾੜੀਆਂ, ਸਾਡੇ ਰੋਜ਼ੇ। ਮੈਂ ਤਾਂ ਕਦੀ ਕਦੀ ਅਲਾਮਾ ਸਾਹਿਬ ਆਨਾ, ਇਹ ਸਾਡਾ ਬਹਾਨਾ ਬਣ ਗਿਆ ਕਿ ਅਸੀਂ ਉਸ ਪਾਰਟੀ ਵਿੱਚ ਹਾਂ ਜਿਸ ਪਾਰਟੀ ਵਿੱਚ ਹੁਸੈਨ ਇਬਨ ਅਲੀ ਨੇ, ਸਾਡੇ ਲੀਡਰ ਦਾ ਨਾਂ ਹੁਸੈਨ ਇਬਨ ਅਲੀ ਹੈ, ਕਰਬਲਾ ਦੇ ਵਾਰਸਾਂ ਦਾ ਨਾਂ ਹੁਸੈਨ ਇਬਨ ਅਲੀ ਹੈ। ਜੁਮਲੇ ਸੁਣਿਓ, ਆਖਰੀ ਗੱਲ ਜੀ, ਮੈਂ ਅਲਲ ਐਲਾਨ ਕਹਿ ਰਿਹਾ ਕਿ ਬਾਪ ਦੀ ਕਦਰ ਕਰੋ ਅਤੇ ਮਾਂ ਦੀ ਕਦਰ ਕਰੋ। ਮੈਂ ਸ਼ੁਰੂ ਵਿੱਚ ਕੀ ਆਖਿਆ ਸੀ, ਬਾਪ ਜੰਨਤ ਦਾ, ਜਿਹਨੂੰ ਯਾਦ ਜੀ, ਠੀਕ ਹੈ ਉਹੀ, ਉਸ ਤੋਂ ਬਾਅਦ ਉਹੀ ਮੈਂ ਫਿਰ ਚੱਲੇ ਜਾਵਾਂਗਾ, ਉਹੀ ਪੜਨਗੇ ਇਨਸ਼ਾਅੱਲਾ। ਇੱਧਰ ਤਵੱਜੋ ਫਰਮਾਓ, ਮੇਰੇ ਤੋਂ ਬਾਅਦ ਅਲਾਮਾ ਸਾਹਿਬ ਦਾ ਵੀ ਟਾਈਮ ਹੈ, ਤੁਸੀਂ ਮੇਰੇ ਵੱਲ ਤਵੱਜੋ ਕਰਨੀ। ਮੈਂ ਸਿਰਫ 2 ਤੋਂ 4 ਮਿੰਟ, ਮੈਨੂੰ ਤੁਹਾਡੇ ਨਾਲ ਵੀ ਜ਼ਿਆਦਾ ਜਲਦੀ,
ਸਹੀ ਬਾਜ ਅਸੀਂ ਮੈਂ ਕਹਿੰਦਾ ਮੈਂ ਕੁਝ ਦੇ ਕੇ ਜਾਵਾਂ ਕਿ ਤੁਹਾਡੇ ਬਾਬੇ ਆਖਣ ਵੀ ਕੋਈ ਮੌਲਵੀ ਸੱਦਿਆ ਸਾ ਜੇ ਕੋਈ ਸਾਨੂੰ ਸਮਝ ਆਈਏ। ਇੱਧਰ ਜੁਮਲੇ ਸੁਣਿਓ, ਇੱਕ ਬਾਪ ਅਤੇ ਇੱਕ ਪੁੱਤਰ। ਮੇਰੇ ਨਬੀ ਨੇ ਫਰਮਾਇਆ ਜਿਹਦੇ 'ਤੇ ਅੱਬਾ ਰਾਜ਼ੀ ਉਹਦੇ 'ਤੇ ਰੱਬ ਰਾਜ਼ੀ, ਜਿਹਦੇ 'ਤੇ ਵਾਲਦ ਰਾਜ਼ੀ ਉਹਦੇ 'ਤੇ। ਅਗਲੇ ਦਿਨ ਮੈਂ ਇੱਕ ਨੂੰ ਆਖਿਆ, ਮੈਂ ਕਿਹਾ ਜਿਹਦੇ 'ਤੇ ਅੱਬਾ ਰਾਜ਼ੀ, ਆਂਦਾ ਨਹੀਂ ਜਿਹਦੇ 'ਤੇ ਬੁੱਢੀ ਰਾਜ਼ੀ। ਮੈਂ ਕਿਹਾ ਲੱਖ ਲਾਣਤ ਹੀ, ਤੂੰ ਬੁੱਢੀਆਂ ਰਾਜ਼ੀ ਕਰਨਾ ਪਿਆ। ਐ ਐ ਜਿਨ ਐਨੀ ਉਮਰ ਹੋ ਗਈ ਆ, ਬਾਬੇ ਮੇਰੇ ਸਾਹਮਣੇ ਬੈਠੇ ਨੇ 70-80 ਸਾਲ ਦੇ, ਮੈਨੂੰ ਬਾਬੇ ਤੁਸੀਂ ਦੱਸੋ ਬੁੱਢੀ ਕਦੀ ਰਾਜ਼ੀ ਹੋਈ ਹੈ? ਮੈਂ ਨਿਚੋੜ ਕੱਢਿਆ, ਜਿੰਨਾ ਮਰਜ਼ੀ ਕਰ ਲਿਆ ਬੁੱਢੀ ਦਾ, ਅੱਬੇ ਨੂੰ ਛੱਡ ਹਾਂ ਭਲਾ, ਅੰਮਾ ਨੂੰ ਛੱਡ ਹਾਂ, ਅਤੇ ਬੁੱਢੀ ਨੂੰ ਆਖ ਮੈਂ ਤੈਨੂੰ ਰਾਜ਼ੀ ਕਰਾਂਗਾ, ਜੇ ਤੈਨੂੰ ਉਹਨੇ ਲਿੱਤਰ ਨਾ ਮਾਰੇ ਤਾਂ ਮੇਰੇ ਗਿਰੇਬਾਨ ਤੂੰ ਫੜ ਲਈ। ਆਲਾ ਲੈ ਐਲਾਨ ਗੱਲ ਪਿਆ ਕਰਨਾ, ਕਈਆਂ ਨੂੰ ਬੜਾ ਗੁੱਸਾ ਪਿਆ ਚੜ੍ਹਦਾ ਜੀ, ਜਿਹੜੇ ਬੁੱਢੀਆਂ ਨੂੰ ਜਿਹਨੇ ਲਾਡ ਨਾ ਰੱਖਿਆ, ਵੀ ਮੌਲਵੀ ਹਰੀ ਕਿਹੜੀ ਗੱਲ ਪਏ ਕਰਦੇ ਨੇ। ਅਤੇ ਮੈਂ ਸੱਚੀ ਪਿਆ ਕਰਨਾ। ਅਗਲੇ ਦਿਨ ਮੈਨੂੰ ਬੰਦਾ, ਬਾਬਾ ਜੀ ਤੁਹਾਡੀ ਉਮਰ ਦਾ, ਕਹਿੰਦਾ ਕਾਰੀ ਮੈਂ ਤੇਰੀ ਤਕਰੀਰ ਸੁਣੀ, ਤੂੰ ਜਿਹੜਾ ਆਖਿਆ ਨਾ ਵੀ ਬੁੱਢੀਆਂ ਰਾਜ਼ੀ ਨਹੀਂ ਹੁੰਦੀਆਂ, ਤੂੰ ਸੱਚ ਆਖਿਆ। ਮੈਂ ਕਿਹਾ ਕਿਉਂ? ਕਹਿੰਦਾ ਮੇਰੀ ਵੀ 80 ਸਾਲ ਦੀ ਉਮਰ ਹੋ ਗਈ ਹੈ, ਤੁਰਨ ਦੇ ਲਾਇਕ ਵੀ ਨਹੀਂ ਰਿਹਾ, ਅਜੇ ਵੀ ਮੈਨੂੰ ਗਾਲਾਂ ਕੱਢ ਕੇ ਆਉਂਦੀ, ਬੁੱਢੀਆ ਤੂੰ ਨਾ ਹੀ ਨਾ ਹੁੰਦਾ ਤਾਂ ਚੰਗਾ ਸੀ। ਉਹਨੇ ਆਖਿਆ ਜੇ ਮੈਂ ਨਾ ਹੁੰਦਾ ਤਾਂ ਤੂੰ ਇੱਥੇ ਕਿੱਥੇ ਆਉਣਾ ਸੀ, ਮੇਰੇ ਨਾਲ ਤਾਂ ਤੂੰ ਆਈ ਹੈ। ਇਹ ਹੱਥ ਬੰਨਣਾ ਪਿਆ, ਇਲਤਜਾ ਪਿਆ ਕਰਨਾ, ਬੀਵੀ ਦੇ ਹਕੂਕ ਨੇ, ਮੈਂ ਇਹ ਨਹੀਂ ਆਉਂਦਾ, ਦਿਓ ਉਹਨੂੰ ਹਕੂਕ, ਉਹਨੂੰ ਖਰਚਾ ਦਿਓ। ਅਤੇ ਜਿਹੜੀ ਬੁੱਢੀ ਬੰਦੇ ਦੇ ਸਾਹਮਣੇ ਉੱਠ ਕੇ ਉਹਦੇ ਪਿਓ ਨੂੰ ਪਾਈਏ, ਜਿਹੜੀ ਬੁੱਢੀ ਆਪਣੇ ਬੰਦੇ ਦੇ ਸਾਹਮਣੇ ਉਹਦੀ ਮਾਂ ਨੂੰ ਗਾਲਾਂ ਕੱਢੇ ਅਤੇ ਬੰਦਾ ਸਿਰ ਸੁੱਟ ਕੇ ਚੌਧਰੀ ਬਣ ਕੇ ਥੱਲੇ ਖਲੋਤਾ, ਇਹ ਨਹੀਂ ਜੀ, ਮੇਰੀ ਅੰਮਾ ਵੀ ਬੜੀਆਂ ਗੱਲਾਂ ਕਰਦੀ, ਇਹ ਮੇਰਾ ਅੱਬਾ ਵੀ ਬੜੀਆਂ ਗੱਲਾਂ ਕਰਦਾ। ਮੈਂ ਹੈ ਇਹੋ ਜਿਹੀ ਜ਼ਿੰਦਗੀ ਨਾਲ ਮਰ ਜਾਂਦਾ ਤਾਂ ਚੰਗਾ ਸੀ, ਤੂੰ ਕਾਹਦਾ ਮਰਦੇ, ਤੈਨੂੰ ਬਾਹਰ ਕੋਈ ਤੇਰੀ ਮਾਂ ਨੂੰ ਗਾਲ ਕੱਢੇ ਬਰਦਾਸ਼ਤ ਕਰਦੇ? ਬੋਲੋ ਯਾਰ, ਮੇਰੀ ਮਾਂ ਨੂੰ ਕੋਈ ਗੱਲ ਇੱਥੇ ਕਰੇ ਮੈਂ ਬਰਦਾਸ਼ਤ ਕਰਾਂਗਾ? ਅਤੇ ਬੁੱਢੀਆਂ ਦੀ ਕਰੀ ਜਾਂਦੇ, ਉੱਥੇ ਕਿਉਂ ਨਹੀਂ ਬੋਲਦੇ, ਉੱਥੇ ਕਿਉਂ ਨਹੀਂ ਆਉਂਦੇ? ਖੁਦਾ ਦਾ ਵਾਸਤਾ ਵੀ ਮੇਰੀ ਜੰਨਤ ਤਬਾਹ ਨਾ ਕਰ, ਅਗਰ ਤੂੰ ਖਿਦਮਤ ਨਹੀਂ ਨਾ ਕਰਨੀ। ਅੱਜ ਆਉਂਦੀਆਂ ਨੇ ਨਾ ਅਤੇ ਆਉਂਦਿਆਂ ਹੀ ਪੁਆੜੇ ਪੈ ਜਾਂਦੇ ਨੇ, ਮੈਂ ਨਹੀਂ ਰਹਿਣਾ ਤੇਰੇ ਅੱਬੇ ਨਾਲ, ਮੈਂ ਨਹੀਂ ਰਹਿਣਾ ਤੇਰੇ ਭਰਾਵਾਂ ਨਾਲ। ਮੈਂ ਤਾਂ ਬੀਬੀਆਂ ਨੂੰ ਗੁੱਸਾ ਹੀ ਲੱਗਦਾ ਹੋਵੇ, ਗੱਲ ਮੈਂ ਸੱਚੀ ਕਰਨੀ, ਜਿਹੜੀਆਂ ਚੰਗੀਆਂ ਨੇ ਮੈਂ ਉਹਨਾਂ ਨੂੰ ਸਲਾਮ ਕਰਨਾ, ਸਾਰੀਆਂ ਇੱਕ ਜੈਸੀਆਂ ਨਹੀਂ ਆਉਂਦੀਆਂ। ਬਾਬਾ ਜੀ ਬੜੀਆਂ ਬੜੀਆਂ ਨੇਕ ਵੀ ਨੇ, ਬੜੀਆਂ ਬੜੀਆਂ ਸਾਹਲੇ ਵੀ ਨੇ, ਬੜੀਆਂ ਬੜੀਆਂ ਅੱਛੀਆਂ ਨੇ, ਪਰ ਮੈਂ ਹੱਥ ਬੰਨ ਕੇ ਆਉਂਦਾ। ਮਾਵਾਂ ਭੈਣਾਂ ਵੀ ਸੁਣਦੀਆਂ ਨੇ, ਆਵਾਜ਼ ਆ ਰਹੀ ਹੈ ਨਾ, ਕਦੀ ਆ ਕੇ ਨਾ, ਜਦੋਂ ਤੇਰੀ ਸ਼ਾਦੀ ਹੋਵੇ ਨਾ, ਕਦੀ ਪੁੱਤਰ ਨੂੰ ਮਾਂ ਪਿਓ ਕੋਲ ਦੂਰ ਨਾ ਕਰੀ। ਜੇ ਮੇਰੀ ਗੱਲ ਤੇਰੇ ਸੀਨੇ ਤੱਕ ਪਹੁੰਚ ਗਈ ਹੈ ਤਾਂ ਨਿਚੋੜੀ। ਜੇ ਤੇਰਾ ਬੰਦਾ ਕੋਈ ਗੱਲ ਵੀ ਕਰਦਾ ਨਾ ਤੇਰੀ ਸੱਸ ਨੂੰ, ਤੇਰੇ ਸਹੁਰੇ ਨੂੰ, ਕਹਿ ਖਬਰਦਾਰ, ਇਹਨਾਂ ਨੂੰ ਨਹੀਂ ਗੱਲ ਕਰਨੀ, ਇਹ ਤਾਂ ਤੋਹਫ਼ਾ ਮਿਲੇ ਨੇ ਅੱਲਾ ਦੀ ਤਰਫੋਂ ਸਾਨੂੰ, ਹੈਂ ਫਿਰ ਘਰ ਵੱਸਦੇ ਨੇ, ਫਿਰ ਬੰਦੇ ਬੰਦਾ ਹੋਰ ਖਿਦਮਤ ਕਰਦਾ ਬੁੱਢੀ ਦੀ, ਬੰਦਾ ਹੋਰ ਰਾਜ਼ੀ ਹੁੰਦਾ ਕਿ ਯਾਰ ਮੇਰੀ ਬੇਗਮ ਹੋ ਕੇ, ਉਹਨਾਂ ਮੈਂ ਅੱਬੇ ਨਾਲ ਨਹੀਂ ਕਰਦਾ, ਉਹਨਾਂ ਮੈਂ ਅੰਮਾ ਨਾਲ ਨਹੀਂ ਕਰਦਾ, ਜਿੰਨੀ ਹੈ ਵੀ ਕਰਦੀ ਖਿਦਮਤ ਸੇਵਾ, ਕੱਪੜੇ ਧੋ ਕੇ, ਰੋਟੀ ਧੋ ਕੇ, ਅਤੇ ਜਿਹੜੀ ਆਖੇ ਮੇਰੇ ਕੋਲ ਨਹੀਂ ਕਫਨ ਧੋਚਦੇ ਇਹਨਾਂ ਦੇ, ਮੈਂ ਕਿਹਾ ਜੇ ਤਾਂ ਉਹ ਫੋਤ ਨਹੀਂ ਹੋਏ ਕਫਨ ਤੋਂ ਪਹਿਲਾਂ ਹੀ ਗਿਣ ਛੇੜੇ ਨੇ ਉਹਨਾਂ ਦੇ, ਮੇਰੇ ਕੋਲ ਨਹੀਂ ਇਹਨਾਂ ਦੇ ਟੁੱਕਰ ਪੱਕਦੇ। ਬਾਬਾ ਜਿੱਥੇ ਬੁੱਢੀ ਆਪਣੇ ਬੱਚਿਆਂ ਦੀਆਂ ਰੋਟੀਆਂ ਪਕਾਉਂਦੀ ਹੈ ਤਾਂ ਦੋ ਮਾਈ ਬਾਬੇ ਦੀਆਂ ਪਕਾ ਛੱਡੇਗੀ ਤਾਂ ਕੀ ਹੋਏਗਾ, ਹੈਂ ਕੀ ਹੋਏਗਾ, ਕੋਈ ਘਾਟਾ ਪੈ ਜਾਏਗਾ? ਮੈਂ ਤਾਂ ਕਦੀ ਕਦੀ ਆਹਨਾ, ਬਾਬਾ ਜੀ ਜਿਹਨਾਂ ਦੇ ਘਰ ਮਾਂ ਪਿਓ ਹੁੰਦਾ ਨਾ, ਉਹਨਾਂ ਦੇ ਘਰ ਅੱਲਾ ਦੀ ਰਹਿਮਤ ਹੁੰਦੀ ਹੈ, ਉਹਨਾਂ ਦੇ ਘਰ ਅੱਲਾ ਦਾ ਫਜ਼ਲ ਹੁੰਦਾ। ਉਹ ਗਰੀਬ ਵੀ ਹੋਵੇ ਨਾ ਬਾਬਾ ਜੀ, ਜਿਹਦੇ ਘਰ ਮਾਂ ਪਿਓ ਹੋਵੇ, ਮੈਂ ਇਹਨਾਂ ਬੱਚਿਆਂ ਵਾਸਤੇ, ਆਪਣੇ ਭਰਾਵਾਂ ਵਾਸਤੇ ਇਹ ਇਲਤਜਾ ਕਰਨਾ, ਜਦੋਂ ਜ਼ਮੀਨ ਵੰਡੀ ਜਾਏ, ਜਦੋਂ ਡੇਰਾ ਵੰਡਿਆ ਜਾਏ, ਜਦੋਂ ਡੇਰੇ ਹਵੇਲੀਆਂ ਵੰਡੀਆਂ ਜਾਣ, ਤਾਂ ਸਾਰਿਆਂ ਭਰਾਵਾਂ ਨੂੰ ਆਖੀ ਵੀ ਸਾਰਾ ਕੁਝ ਲੈ ਲਓ, ਮੈਂ ਅੰਮਾ ਬਣੀ ਜੀ ਦੇਣਾ। ਇਹ ਗੱਲ ਔਖੀ ਹੈ ਕਹਿਣੀ, ਜ਼ਮੀਨ ਛੱਡਣੀ ਬਾਬਾ ਜੀ ਬੜੀ ਔਖੀ ਹੁੰਦੀ, ਹਵੇਲੀ ਛੱਡਣੀ ਬੜੀ ਔਖੀ ਹੁੰਦੀ, ਪਰ ਉਹਨਾਂ ਨੂੰ ਕਹੀਂ ਮੈਂ ਸਭ ਕੁਝ ਛੱਡ ਦਿਆਂਗਾ, ਹਵੇਲੀ ਲੈ ਲਓ, ਮਕਾਨ ਲੈ ਲਓ, ਗੱਡੀਆਂ ਲੈ ਲਓ, ਮੈਂ ਅੱਬਾ ਨਹੀਂ ਜੇ ਦੇਣਾ, ਮੈਂ ਮਾਂ ਨਹੀਂ ਜੇ ਦੇਣੀ,
ਕਸਮ ਖੁਦਾ ਦੀ ਬੁੱਢੇ ਵਾਲਿਆ, ਤੂੰ ਮਾਂ ਪਿਓ ਆਪਣੇ ਘਰ ਰੱਖ ਲੈ, ਜੇ ਤੈਨੂੰ ਕਮੀ ਆਈ ਤਾਂ ਮੇਰੇ ਗਿਰੇਬਾਨ ਤੂੰ ਫੜ ਲਈ, ਜੇ ਤੇਰਾ ਨੁਕਸਾਨ ਹੋਇਆ ਤਾਂ ਮੈਨੂੰ ਫੋਨ ਕਰਕੇ ਆਖੀ ਵੀ ਮੌਲਵੀ ਤੇਰੀ ਮੈਂ ਗੱਲ ਮੰਨੀ ਸੀ ਤਾਂ ਮੈਨੂੰ ਨੁਕਸਾਨ ਹੋਇਆ। ਉਹ ਚੱਲਿਆ ਡਿੱਗਦਾ ਵੀ ਹੋਵੇ ਨਾ ਬੰਦਾ, ਡਿੱਗਦਾ ਵੀ ਹੋਵੇ ਅਤੇ ਮਾਂ ਪਿੱਛੂ ਦੁਆ ਕਰੇ ਤਾਂ ਅੱਲਾ ਡਿੱਗਦੇ ਨੂੰ ਵੀ ਤਾਰ ਛੱਡਦਾ ਹੈ, ਬਾਪ ਪਿੱਛੂ ਦੁਆ ਕਰੇ ਤਾਂ ਅੱਲਾ ਡਿੱਗਦੇ ਨੂੰ ਵੀ। ਅਗਲੇ ਦਿਨ ਇੱਕ ਬੰਦਾ ਕਹਿੰਦਾ ਮੈਂ ਪੀਰਾਂ ਕੋਲ ਗਿਆ ਦੁਆ ਕਰੋ ਮੇਰਾ ਕਾਰੋਬਾਰ ਨਹੀਂ ਚੱਲਦਾ, ਅਤੇ ਪੀਰਾਂ ਨੇ ਮੇਰੇ ਕੋਲ 10,000 ਰੁਪਇਆ ਲੈ ਲਿਆ ਅਤੇ ਦੁਆ ਵੀ ਕੀਤੀ ਅਤੇ ਅੱਗੇ ਨਾਲ ਵੀ ਕੰਮ ਪੈ ਗਿਆ। ਇੱਧਰ ਸੁਣਿਓ, ਮੈਂ ਕਿਹਾ ਮਾਂ ਹੈ ਹੀ ਜਾਂਦਾ ਨਹੀਂ, ਮੈਂ ਕਿਹਾ ਅੱਬਾ ਹੈ ਜਾਂਦਾ ਉਹ, ਮੈਂ ਕਿਹਾ ਕਿੱਥੇ ਹੁੰਦਾ ਆਂਦਾ ਡੇਰੇ 'ਤੇ, ਗੁੱਸਾ ਤਾਂ ਨਹੀਂ ਕੀਤਾ ਜਿਹਨਾਂ ਮਦੇ ਅੱਬੇ ਨੂੰ ਡੇਰੇ 'ਤੇ ਰੱਖਿਆ ਉਹ ਆਖਣ ਮੈਂ ਗੱਲ ਸੱਚੀ ਪਿਆ ਕਰਨਾ। ਬਾਬਾ ਜੀ ਇੱਧਰ ਤਵੱਜੋ ਫਰਮਾਓ, ਪਿਓ ਤੇਰਾ ਨੌਕਰ ਤਾਂ ਨਹੀਂ ਵੀ ਤੇਰੀਆਂ ਮੱਝਾਂ ਦਾ ਖਿਆਲ ਰੱਖੇ ਅਤੇ ਤੂੰ ਘਰ ਏ ਸੀ 'ਚ ਸੁੱਤਾ ਹੋਵੇਂ, ਬਾਪ ਤੇਰਾ ਮੁਲਾਜ਼ਮ ਤਾਂ ਨਹੀਂ ਕਿ ਸਾਰਾ ਦਿਨ ਪੈਲੀਆਂ 'ਚ ਪੱਠੇ ਵੜਦਾ ਰਹੇ ਅਤੇ ਇਹ ਸ਼ਾਮ ਨੂੰ ਚੌਧਰੀ ਬਣ ਕੇ ਆ ਜਾਂਦਾ, ਅੱਬਾ ਜੀ ਪੱਠੇ ਨਹੀਂ ਜੇ ਲਿਆਉਂਦੇ, ਅੱਬਾ ਜੀ ਪਾਣੀ ਨਹੀਂ ਜੇ ਡਾਇਆ। ਮੈਂ ਕਿਹਾ ਚੱਲਿਆ ਤੇਰਾ ਪਿਓ ਵੇ ਤੇਰਾ ਨੌਕਰ ਨਹੀਂ, ਨੌਕ ਤਾਂ ਲੋਕਰਾਂ ਵਾਲੇ ਵੀ ਇੰਝ ਗੱਲ ਨਹੀਂ ਕਰਦੇ। ਬਾਬਾ ਜੀ ਮੈਂ ਕਿਹਾ ਅੱਬਾ ਕਿੱਥੇ ਆਉਂਦਾ ਡੇਰੇ 'ਤੇ, ਮੈਂ ਕਿਹਾ ਜੇ ਡੇਰੇ 'ਤੇ ਜਾਈਂ ਤਾਂ ਅੱਬੇ ਦੇ ਪੈਰ ਫੜ ਲਈ, ਆਂਦਾ ਸਾਰੀ ਜ਼ਿੰਦਗੀ ਨਹੀਂ ਫੜੇ। ਮੈਂ ਕਿਹਾ ਨਹੀਂ ਫੜੇ ਤਾਂ ਹੀ ਤਾਂ ਰੋਲਣਾ ਪਿਆ, ਜਿਹਨਾਂ ਮਾਂ ਪਿਓ ਨੂੰ ਛੱਡਿਆ। ਮੈਂ ਕਿਹਾ ਅੱਜ ਜਾ ਕੇ ਨਾ ਪੈਰ ਫੜ ਲਿਆ ਤਾਂ ਕੀ ਕਰਾਂ। ਮੈਂ ਕਿਹਾ ਪੈਰ ਫੜ ਕੇ ਆਖੀ ਅੱਬਾ ਜੀ ਮਾਫ਼ ਕਰੋ ਅਤੇ ਦੁਆ ਕਰੋ ਪੁੱਤਰ ਵਾਸਤੇ। ਹਾਏ 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 ਬੁੱਢੇ ਵਾਲੇ ਆ ਜੁਮਲੇ ਕਰੋੜਾਂ ਦੇ ਨੇ ਸੁਲਤਾਨੀ ਦੇ। ਆਂਦਾ ਮੈਂ ਗਿਆ, ਮੈਂ ਜਾ ਕੇ ਅੱਬੇ ਦੇ ਪੈਰ ਫੜੇ ਤਾਂ ਅੱਬਾ ਰੋਣ ਲੱਗ ਪਿਆ, ਰੋਣਾ ਮੈਨੂੰ ਚਾਹੀਦਾ ਸੀ ਅਤੇ ਰੋਣ ਅੱਬਾ ਲੱਗ ਪਿਆ। ਮੈਂ ਕਿਹਾ ਅੱਬਾ ਕਿਉਂ ਰੋਇਆ? ਕਹਿੰਦਾ ਪੁੱਤਰ ਜ਼ਿੰਦਗੀ 'ਚ ਪਹਿਲੀ ਵਾਰੀ ਅੱਜ ਮੇਰੇ ਕੋਲ ਬੈਠਾ, ਇੰਝ ਮੁਹੱਬਤ ਨਾਲ ਬੈਠਾ, ਦੱਸ ਕੀ ਚਾਹੀਦਾ ਜੀ? ਆਂਦਾ ਅੱਬਾ ਕੁਝ ਨਹੀਂ ਚਾਹੀਦਾ, ਤੇਰੀ ਦੁਆ ਚਾਹੀਦੀ। ਕੀ ਚਾਹੀਦੀ ਤੇਰੀ? ਇਹ ਗੱਲਾਂ ਸੁਣਨ ਵਾਲੀਆਂ 'ਚ ਲੈ ਜਾਓ ਤੋਹਫ਼ਾ ਲੈਣ ਲੈ ਜਾਓ। ਉਹਨੇ ਅੱਬੇ ਨੇ ਦੁਆ ਕੀਤੀ, ਇੱਕ ਹਫ਼ਤੇ ਤੋਂ ਬਾਅਦ ਮੈਨੂੰ ਫੋਨ ਕਰਕੇ ਆਉਂਦਾ ਸੁਲਤਾਨੀ ਸਾਹਿਬ ਮੇਰਾ ਇੰਝ ਦਾ ਕੰਮ ਟੁਰਿਆ ਕਿ ਦੁਨੀਆ ਹੈਰਾਨ ਹੈ। ਮੈਂ ਕਿਹਾ ਸੁਣਾ ਫਿਰ ਅੱਬੇ ਦੀ ਦੁਆ ਲੱਗੀ ਹੈ ਕਿ ਨਹੀਂ ਲੱਗੀ, ਮਾਂ ਦੀ ਦੁਆ ਲੱਗੀ ਹੈ ਕਿ ਨਹੀਂ ਲੱਗੀ? ਆਖਰੀ ਸ਼ੇਰ ਪੜ੍ਹ ਕੇ ਉਸ ਤੋਂ ਬਾਅਦ ਇਜਾਜ਼ਤ, ਆਪਣੇ ਅੱਬੇ ਨਾਲ ਸੁਲਾਹ ਕਰ ਲੈ ਜੇ ਨਾਰਾਜ਼ ਹੈ, ਆਪਣੀ ਅੰਮਾ ਨਾਲ ਸੁਲਾਹ ਕਰ ਲੈ ਜੇ ਨਾਰਾਜ਼ ਹੈ, ਇਹਨਾਂ ਨੂੰ ਕਦੀ ਨਾਰਾਜ਼ ਨਾ ਹੋਣ ਦੇਵੀਂ। ਨਾਰਾਜ਼ ਹੋ ਵੀ ਜਾਣ ਤਾਂ ਜੱਫਾ ਮਾਰ ਲਈ ਦਾ ਅੱਬੇ ਨੂੰ, ਅੱਬਾ ਜੀ ਕੋਈ ਗੱਲ ਨਹੀਂ ਮੈਂ ਤੁਹਾਡਾ ਪੁੱਤਰ ਹਾਂ, ਮੈਨੂੰ ਚਪੇੜ ਮਾਰ ਲਓ, ਮੈਨੂੰ ਜੁੱਤੀ ਮਾਰ ਲਓ। ਅੰਮਾ ਨੂੰ ਕਿਹਾ ਅੰਮਾ ਮੈਨੂੰ ਜਿੰਨਾ ਮਾਰਨ ਹੁੰਦਾ ਜੇ ਮਾਰੋ, ਮੈਂ ਤੁਹਾਡਾ ਪੁੱਤਰ ਹਾਂ, ਮੈਂ ਤੁਹਾਡਾ ਕੀ ਹਾਂ, ਮੈਂ ਤੁਹਾਡਾ ਕੀ ਹਾਂ? ਆਖਰੀ ਜੁਮਲੇ ਸੁਣ ਤੇ ਜ਼ਿੰਦਗੀ ਰਹੀ ਤੇ ਫਿਰ ਗੱਲਾਂ ਕਰਾਂਗੇ। ਅਹਲਲ ਐਲਾਨ ਸੁਲਤਾਨੀ ਕਹਿ ਰਿਹਾ ਅਜ਼ਮ ਮੈਂ ਤਾਂ ਕੀ ਸੋਨਾਵਾ ਮਾਂ ਦੀਆਂ, ਹੁਣ ਅੱਬੇ ਦੀ ਸ਼ਾਨ ਸੁਣੀਆਂ ਆਖਰੀ ਵਾਰੀ ਮਾਂ ਦੇ ਨਾਂ ਤੇ ਬੋਲਣੇ ਅਜ਼ਮ ਤਾਂ ਕੀ, ਇੱਕ ਮਿੰਟ ਰਹਿ ਗਿਆ ਜੁਮਲੇ ਸੁਣਨੇ ਜੇ, ਅਜ਼ਮ ਤਾਂ ਕੀ ਸੋਨਾਵਾ ਮਾਂ ਦੀਆਂ ਤਾਰ ਦਿੰਦੀਆਂ ਹੈਂ ਦੁਆਵਾਂ ਮਾਂ ਦੀਆਂ ਤਾਰ ਦਿੰਦੀਆਂ ਹੈਂ ਦੁਆਵਾਂ ਤੇ ਮੀਆਂ ਸਾਹਿਬਾਂ ਦੇ ਨੇ ਲੈ ਓ ਯਾਰ ਹਵਾਲ ਰੱਬ ਦੇ ਤੇ ਮਿਲ ਜੇ ਚਾਰ ਬਿਨਾ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫੇਰ ਮਿਲਾਂਗੇ। ਅੱਲਾ ਪਾਕ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਕਬੂਲ ਫਰਮਾਏ, ਤਸ਼ਰੀਫ ਰੱਖੋ, ਕਾਰੀ ਸਾਹਿਬ ਦਾ ਬਿਆਨ ਹੈ ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਦੁਆ